ਤੁਹਾਡੇ ਕਰਕੇ ਵੀ ਹੈ ਨਾ, ਤੁਸੀਂ ਖਾਲੀ ਕਰਨ ਤੇ ਤੁਲੇ ਹੋ, ਪੰਜਾਬ ਪੂਰਾ ਚੱਕ ਕੇ ਉਧਰ ਲੈ ਕੇ ਜਾ ਰਹੇ ਹੋ, ਬੱਚੇ ਦਾ ਪੜ੍ਹਾਈ 'ਚ ਜੀ ਨਹੀਂ ਲੱਗ ਰਿਹਾ, ਉਹਦਾ ਇਹ ਮਨ ਹੈ ਕਿ ਮੈਂ ਵੀ ਬਾਹਰ ਹੀ ਚਲੇ ਜਾਣਾ। ਪੰਜਾਬ ਦੇ ਕਸਬਿਆਂ ਦੇ ਵਿੱਚ ਉਹਨੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਜਿੰਨੇ ਅੱਜ ਦੀ ਰੇਟ ਆਇਲ ਸੈਂਟਰ ਖੁੱਲ ਚੁੱਕੇ। 100% ਜ਼ਿੰਮੇਵਾਰੀ ਗਰੰਟੀ ਕੌਣ ਲੈ ਸਕਦਾ? ਤੁਹਾਨੂੰ ਲੱਗਦਾ ਲੈ ਸਕਦਾ? ਦੋ ਬੰਦੇ ਲੈ ਸਕਦੇ, ਇੱਕ ਗੌਡ ਲੈ ਸਕਦਾ, ਇੱਕ ਫਰੌਡ ਲੈ ਸਕਦਾ। 99.9% ਲੱਗ ਜਾਏਗਾ ਭਾਈ ਸਾਹਿਬ। ਇਹ ਭਾਈ ਸਾਹਿਬ ਜਿਹੜੇ ਲੋਕ ਬੋਲਦੇ ਨਾ, ਇਹ ਸਾਰੇ ਹਰਿਆਣਵੀ ਹੈ, ਇੱਥੇ ਲੁੱਟਣ ਆਏ ਹੋਏ ਆ। ਜਿਹੜਾ ਬੰਦਾ ਆਇਆ ਲਿਆਓ 10,000 ਰੁਪਈਆ ਮੱਥਾ ਟੇਕੋ। ਕੋਈ ਜਾਦੂ ਹੈ ਨਹੀਂ ਤੁਹਾਡੇ ਕੋਲ? ਕਿਸੇ ਤਰ੍ਹਾਂ ਦਾ ਕੋਈ ਜਾਦੂ ਕਿਸੇ ਕੋਲ ਨਹੀਂ ਜੀ ਹੈਗਾ। ਠੱਗੀ ਦਾ ਕੰਮ ਹੈ, ਸਿਸਟਮ ਹੈ, ਕਾਰੋਬਾਰ ਹੈ। ਕਿਹਾ ਜਾਂਦਾ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬੀ ਪੰਜਾਬ 'ਚ ਨਹੀਂ ਰਹਿਣਗੇ, ਉਹ ਵਿਦੇਸ਼ਾਂ ਦੇ ਵਿੱਚ ਵਸਿਆ ਕਰਨਗੇ। ਪੰਜਾਬ ਖਾਲੀ ਹੋ ਰਿਹਾ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕੋਈ ਰੇਲ ਗੱਡੀ ਵੀ ਜਾਂਦੀ ਹੁੰਦੀ ਤਾਂ ਸ਼ਾਇਦ ਉਹ ਭਰ ਕੇ ਪੰਜਾਬੀ ਕੈਨੇਡਾ ਪਹੁੰਚ ਜਾਂਦੇ। ਹਵਾਈ ਜਹਾਜ਼ਾਂ ਦੀਆਂ ਤਾਕੀਆਂ ਨੂੰ ਵੀ ਹੱਥ ਪੈ ਜਾਂਦੇ ਜੇ ਰੂਲਜ਼ ਸੌਖੇ ਹੋ ਜਾਣ, ਜੇ ਪੰਜਾਬੀਆਂ ਨੂੰ ਸੌਖਾ ਬਾਹਰ ਲਿਜਾਣ ਦੀ ਇਜਾਜ਼ਤ ਹੋ ਜੇ ਤਾਂ ਸਾਰਾ ਪੰਜਾਬ ਖਾਲੀ ਹੋ ਜਾਊਗਾ। ਪਰ ਕਿਉਂ ਪੰਜਾਬੀ ਬਾਹਰ ਜਾ ਰਹੇ ਨੇ, ਕਾਰਨ ਕੀ ਹੈ, ਕਿਉਂ ਪੰਜਾਬ ਖਾਲੀ ਹੋ ਰਿਹਾ ਅਤੇ ਜਿਹੜੀ ਲੁੱਟ ਹੋ ਰਹੀ ਹੈ ਉਹਦਾ ਜਵਾਬ ਕੌਣ ਦੇਊਗਾ? ਬਾਹਰ ਜਾਣ ਦੇ ਨਾਂ 'ਤੇ ਏਜੰਟਾਂ ਦੇ ਵੱਲੋਂ ਲਗਾਤਾਰ ਲੁੱਟਿਆ ਜਾ ਰਿਹਾ, ਐਸੀਆਂ ਖਬਰਾਂ ਰੋਜ਼ ਸਾਹਮਣੇ ਆਉਂਦੀਆਂ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣਾ ਲਾਜ਼ਮੀ ਹੈ, ਅਤੇ ਲਾਜ਼ਮੀ ਵੀ ਉਸ ਸ਼ਖਸ ਤੋਂ ਹੈ ਜਿਹਦਾ ਨਾਮ ਇਸ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਬਹੁਤ ਵੱਡਾ ਹੋ ਚੁੱਕਿਆ। ਅਸੀਂ ਅੱਜ ਗੱਲਬਾਤ ਕਰਾਂਗੇ ਵਿਨੇ ਹਰੀ ਦੇ ਨਾਲ ਅਤੇ ਜਵਾਬ ਲਵਾਂਗੇ ਕਿ ਆਖਰ ਕਿਉਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਲੁੱਟਿਆ ਜਾ ਰਿਹਾ। ਵਿਨੇ ਹਰੀ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਭਾਜੀ, ਕਿਉਂ ਬਹੁਤ ਸਾਰੇ ਸਵਾਲ ਉੱਠ ਰਹੇ ਆ? ਕਿਹਾ ਜਾ ਰਿਹਾ ਹੈ ਕਿ ਕਦੇ ਇੱਕ ਵੀਡੀਓ ਸਾਹਮਣੇ ਆ ਰਿਹਾ, ਕਦੇ ਦੂਸਰਾ, ਕਿ ਵਿਨੇ ਹਰੀ ਕੋਲ ਗਏ ਸੀ, ਵੀਜ਼ਾ ਲਵਾਉਣਾ ਸੀਗਾ, ਪੈਸੇ ਨਹੀਂ ਮੋੜੇ, ਲੁੱਟਿਆ ਜਾ ਰਿਹਾ ਹੈ, ਕੀ ਸੱਚ ਕੀ ਹੈ? ਸੱਚ ਇਹ ਹੈ ਜੀ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਵੀ ਕਿਸੇ ਨੇ ਵਿਦੇਸ਼ ਦੇ ਵਿੱਚ ਜਾਣਾ, ਉਹ ਜਦੋਂ ਕਿਸੇ ਏਜੰਟ ਦੇ ਕੋਲ ਜਾਂਦਾ, ਉਹਨੂੰ ਲੱਗਦਾ ਕਿ ਪਤਾ ਨਹੀਂ ਵੀਰਾ ਵੀਜ਼ਾ 100% ਹੀ ਲੱਗ ਜਾਣਾ। ਬੇਸਿਕ ਪ੍ਰੋਬਲਮ ਕਿੱਥੇ ਹੈਗੀ ਹੈ ਕਿ ਸਾਡੇ ਲੋਕ ਐਲੀਜੀਬਲ ਨਹੀਂ ਹੈਗੇ। ਉਹ ਜਦੋਂ ਕਿਸੇ ਏਜੰਟ ਕੋਲ ਜਾਂਦੇ ਆ, ਉਹਨਾਂ ਨੂੰ ਲੱਗਦਾ ਕਿ ਏਜੰਟ ਨੇ ਕੇਸ ਫੜ ਲਿਆ ਤਾਂ ਮੇਰਾ ਵੀਜ਼ਾ ਲੱਗ ਜਾਣਾ। ਬਾਕੀ ਜਿੱਥੇ ਤੱਕ ਗੱਲ ਲੁੱਟਦੀ ਹੈਗੀ ਹੈ, ਜੋ ਸਾਡੀ ਕੰਪਨੀ ਦਾ ਸਾਡਾ ਆਪਣਾ ਸਿਸਟਮ ਹੈ, ਅਸੀਂ ਪਿਛਲੇ 3 ਸਾਲਾਂ 'ਚ ਕਿਸੇ ਵੀ ਕਲਾਇੰਟ ਕੋਈ ਪੈਸੇ ਐਡਵਾਂਸ ਨਹੀਂ ਲਏ। ਪੈਸੇ ਜਿਹੜਾ ਬੰਦਾ ਐਡਵਾਂਸ ਲੈਂਦਾ, ਪੈਸਿਆਂ ਨਾਲ ਠੱਗੀ ਹੁੰਦੀ ਹੈ। ਜਦੋਂ ਕਿਸੇ ਜਗ੍ਹਾ ਦੇ ਉੱਤੇ ਪੈਸੇ ਇਨਵੋਲਵ ਨਹੀਂ ਹੈਗੇ ਤਾਂ ਠੱਗੀ ਕਿੱਦਾਂ ਹੋ ਸਕਦੀ ਆ? ਬਾਕੀ ਜਦੋਂ ਲੁਟੇਰਿਆਂ ਦੀ ਗੱਲ ਕਰਦੇ ਹਾਂ, ਅੱਜ ਅਸੀਂ ਪ੍ਰਸ਼ਾਸਨ ਦੇ ਵਿੱਚ ਵੀ ਦੇਖਦੇ ਹਾਂ, ਅੱਜ ਰੇਡਸ ਹੋ ਰਹੀਆਂ ਵੱਖਰੇ ਵੱਖਰੇ ਇਮੀਗ੍ਰੇਸ਼ਨ ਏਜੰਟਾਂ ਦੇ ਉੱਤੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ। ਰੀਸੈਂਟਲੀ ਜਲੰਧਰ ਦੇ ਵਿੱਚ 20-22 ਲੋਕਾਂ ਨੂੰ ਕਲੋ ਉਹਨਾਂ 'ਤੇ ਕੇਸ ਵੀ ਦਰਜ ਕੀਤਾ ਗਿਆ। ਕੌਣ ਨੇ ਇਹ ਲੋਕ, ਇਹ ਜਾਣਨਾ ਜ਼ਿਆਦਾ ਜ਼ਰੂਰੀ ਹੈ ਕਿ ਲੁਟੇਰਾ ਕੌਣ ਹੈਗਾ ਵੈ, ਹੋ ਕੀ ਰਿਹਾ ਵੈ। ਅੱਜ ਜੇ ਮੈਂ ਕੰਮ ਕਰਦਾ ਪਿਆ ਤਾਂ ਮੈਂ ਜਲੰਧਰ ਦਾ ਵਾਸੀ ਹਾਂ, ਮੇਰਾ ਜਨਮ ਜਲੰਧਰ ਦਾ ਵੈ, ਔਰ ਮੈਂ ਜਿਹੜਾ ਕਾਰੋਬਾਰ ਕਰਦਾ ਪਿਆ, ਮੇਰੀ ਇਹ ਪ੍ਰਾਈਵੇਟ ਲਿਮਿਟਡ ਕੰਪਨੀ ਹੈ, ਔਰ ਮੈਂ ਅੱਜ ਤੋਂ 10 ਸਾਲ ਪਹਿਲਾਂ ਵਪਾਰ ਕੀਤਾ ਸੀ ਸ਼ੁਰੂ, ਔਰ ਮੇਰੇ ਕੋਲ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਲਾਇਸੈਂਸ ਵੀ ਹੈ, ਔਰ ਜਿੱਥੇ ਮੈਂ 10 ਸਾਲ ਪਹਿਲਾਂ ਦਫ਼ਤਰ ਸ਼ੁਰੂ ਕੀਤਾ ਸੀ, ਅੱਜ ਵੀ ਮੇਰਾ ਉੱਥੇ ਹੀ ਦਫ਼ਤਰ ਹੈ। ਜਦੋਂ ਮੈਂ ਲੁਟੇਰਿਆਂ ਦੀ ਗੱਲ ਕਰਦਾ, ਹੋ ਕੀ ਰਿਹਾ ਵੈ ਦਿੱਲੀ? ਲੋਕ ਸਵਾਲ ਕਰਦੇ ਆ ਨਾ, ਵਿਨੇ ਹਰੀ 10 ਸਾਲ ਪਹਿਲਾਂ ਜਦੋਂ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਅੱਜ 'ਚ ਬਹੁਤ ਫਰਕ ਆ ਗਿਆ ਨਾ, ਵਿਨੇ ਹਰੀ ਬਹੁਤ ਵੱਡਾ ਨਾਮ ਬਣ ਗਿਆ, ਹੁਣ ਇੰਨੇ ਦਫ਼ਤਰ ਹੋ ਗਏ। ਲੋਕ ਸਵਾਲ ਤਾਂ ਕਰਨਗੇ ਨਾ, ਕਿੱਥੋਂ ਆ ਰਿਹਾ ਸਭ ਕੁਛ, ਕੀ ਹੋ ਰਿਹਾ, ਚੀਜ਼ਾਂ ਤਾਂ ਸਾਹਮਣੇ ਆਉਂਦੀਆਂ, ਲੋਕ ਜਵਾਬ ਮੰਗਦੇ। ਸਕਸੈਸ ਰੇਟ ਤੇ ਕੰਮ ਕਰਦੇ ਆ ਜੀ, ਕੋਈ ਵੀ ਇਨਸਾਨ ਜਦੋਂ ਕੰਮ ਕਰਦਾ ਵਾ, ਉਹਨੂੰ ਜਦੋਂ ਰਿਜ਼ਲਟ ਮਿਲਦਾ ਵਾ ਤੇ ਉਹਨੇ ਅਲਟੀਮੇਟਲੀ ਗਰੋ ਹੋਣਾ। ਇੱਕ ਕਾਰੋਬਾਰ ਦੀ ਸ਼ੁਰੂਆਤ ਕੀਤੀ ਕਿ 10 ਸਾਲ ਦੇ ਵੇ ਪਹਿਲਾਂ, 10 ਸਾਲ ਪਹਿਲਾਂ ਅਸੀਂ ਕਾਰੋਬਾਰ ਸ਼ੁਰੂ ਕੀਤਾ, ਉਹ ਅਲਟੀਮੇਟਲੀ ਸਾਡੀ ਟੀਮ ਨੇ ਮਿਹਨਤ ਕੀਤੀ। ਅੱਜ ਅੱਗੇ ਅਸੀਂ ਇੱਕ ਦਫ਼ਤਰ ਸੀਗਾ ਸਾਡੇ, ਅੱਜ ਸਾਡੇ 4 ਦਫ਼ਤਰ ਹੈ। ਮੈਂ ਤੁਹਾਡੀ ਲੁਟੇਰਿਆਂ ਵਾਲੀ ਗੱਲ ਖਤਮ ਕਰਦਾ ਕਿ ਅੱਜ ਕੀ ਹੋ ਕੀ ਰਿਹਾ ਵਾ ਇੰਡਸਟਰੀ ਦੇ ਵਿੱਚ। ਬਹੁਤ ਸਾਰੀਆਂ ਬਾਹਰਲੀਆਂ ਸਟੇਟਾਂ ਦੇ ਲੋਕ ਅੱਜ ਪੰਜਾਬ ਦੇ ਵਿੱਚ ਆ ਕੇ ਠੱਗੀ ਕਰਦੇ ਪਏ ਆ। ਅਸੀਂ ਆਏ ਦਿਨ ਦੇਖਦੇ ਹਾਂ ਵਰਕ ਪਰਮਿਟ ਦੀ ਐਡ ਆਉਂਦੀ ਹੈ, ਇੱਕ ਐਡ ਨੂੰ ਪ੍ਰਸ਼ਾਸਨ ਬੰਦ ਕਰਾਉਂਦਾ, ਇੱਕ ਬੰਦੇ 'ਤੇ ਪਰਚਾ ਦਰਜ ਕਰਦਾ, ਨਾਲ ਦੀ ਨਾਲ ਉਹੀ ਬੰਦਾ ਅਗਲੇ ਦਿਨ ਦੁਬਾਰਾ ਫਿਰ ਨਵਾਂ ਦਫ਼ਤਰ ਖੋਲ੍ਹ ਲੈਂਦਾ। ਅੱਜ ਪ੍ਰਸ਼ਾਸਨ ਨੇ ਬਹੁਤ ਸਾਰੇ ਬੰਦੇ ਚੁੱਕ ਕੇ ਅੰਦਰ ਦੇ ਦਿੱਤੇ, ਉਹ ਕੌਣ ਨੇ ਬੰਦੇ ਚੈੱਕ ਤਾਂ ਕੀਤਾ ਜਾਏ। ਕੋਈ ਦਿੱਲੀ ਦਾ ਬੰਦਾ ਵਾ, ਕੋਈ ਮੋਹਾਲੀ ਦਾ ਬੰਦਾ, ਕੋਈ ਵੱਖਰੀਆਂ ਵੱਖਰੀਆਂ ਸਟੇਟਾਂ ਤੋਂ ਲੋਕ ਪੰਜਾਬ ਦੇ ਵਿੱਚ ਮਾਈਗ੍ਰੈਂਟ ਹੋਏ ਆ ਠੱਗੀ ਵਾਸਤੇ। ਅੱਜ ਹਰਿਆਣੇ ਦੇ ਸੂਬਿਆਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ 150 ਤੋਂ 200 ਤੋਂ ਵੱਧ ਏਜੰਟ ਜਿਹੜੇ ਹਰਿਆਣੇ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਪੰਜਾਬ ਦੇ ਵਿੱਚ ਆਪਦੀਆਂ ਬ੍ਰਾਂਚਾਂ ਖੋਲ੍ਹੀਆਂ ਹੋਈਆਂ, ਅਤੇ 200 ਤੋਂ 250 ਕੰਪਨੀਆਂ ਜਿਹੜੀਆਂ ਕਿ ਦਿੱਲੀ ਦੀਆਂ ਵੈ ਜਾਂ ਮਹਾਰਾਸ਼ਟਰ ਦੀਆਂ ਵੈ ਜਾਂ ਬਹੁਤ ਸਾਰੇ ਰੀਸੈਂਟਲੀ ਪਰਚੇ ਵੀ ਹੋਏ, 3-4 ਕੰਪਨੀਆਂ ਹੀ ਸਾਰੀਆਂ, ਮਾਲਕ ਹੀ ਕੋਈ ਦਿੱਲੀ ਬੈਠਾ ਵਾ, ਕੋਈ ਕਲਕੱਤੇ ਬੈਠਾ ਵਾ। ਪੰਜਾਬੀਆਂ ਨੂੰ ਲੁੱਟਿਆ ਜਾ ਰਿਹਾ ਇੱਥੇ ਆ ਕੇ, ਪੰਜਾਬ ਦੇ ਵਿੱਚ ਪੈਸੇ ਐਡਵਾਂਸ ਲਏ ਜਾ ਰਹੇ ਆ।
ਹੁੰਦਾ ਕੀ ਹੈ ਕਿ ਜਦੋਂ ਵੀ ਕੋਈ ਕਲਾਇੰਟ ਇੱਕ ਵਿਊਅਰ ਸਾਡੇ ਜਿੰਨੇ ਕੁ ਵੀ ਨੇ, ਅੱਜ ਤੁਸੀਂ ਵੀ ਕੰਮ ਕਰਦੇ ਜੇ ਤੁਹਾਨੂੰ ਵੀ ਪਤਾ ਜੇ ਕਿਸੇ ਨੇ ਬੱਚੇ ਨੇ ਬਾਹਰ ਜਾਣਾ ਤੇ ਅਲਟੀਮੇਟਲੀ ਉਹ ਕਿਸੇ ਨਾ ਕਿਸੇ ਏਜੰਟ ਕੋਲ ਜਾਊਗਾ, ਆਪ ਤਾਂ ਫਾਈਲ ਲਾਣੋ ਲਿਆ। ਅੱਜ ਕਿਸੇ ਵੀ ਏਜੰਟ ਕੋਲ ਜਾਂਦੇ ਹਾਂ, ਕੀ ਕਹਿੰਦਾ ਏਜੰਟ ਕਿ ਲਿਆਓ ਪਹਿਲਾਂ 25,000 ਰੁਪਈਆ ਦਿਓ, ਤੁਹਾਡੀ ਸਾਡੀ ਰਜਿਸਟ੍ਰੇਸ਼ਨ ਫੀਸ ਹੈ। ਕਿੰਨੇ ਕੁ ਲੋਕ ਨੇ ਅੱਜ ਦੀ ਡੇਟ 'ਚ ਜਿਹੜੇ ਕਹਿੰਦੇ ਆ ਕਿ ਜੀ ਮੈਂ ਵੀਜ਼ਾ ਲਵਾ ਕੇ ਪੈਸੇ ਲੈ ਲਾਂਗਾ। ਜਦੋਂ ਕਿਸੇ ਇਨਸਾਨ ਨੇ 20,000, 25,000 ਰੁਪਇਆ ਪਹਿਲਾਂ ਹੀ ਲੈ ਲਿਆ, ਉਹਦਾ ਤਾਂ ਮਕਸਦ ਖਤਮ ਹੋ ਗਿਆ ਜੀ। ਇੱਕ ਪੰਜਾਬ ਗੌਰਮੈਂਟ ਤੋਂ ਲਾਇਸੈਂਸ ਲੈਣਾ 25,000 ਰੁਪਈਆ ਲਾਇਸੈਂਸ ਦੀ ਫੀਸ ਹੈ, ਜੇ ਦਫ਼ਤਰ 'ਤੇ 2-4-5 ਲੱਖ ਰੁਪਈਆ ਲੱਗ ਵੀ ਗਿਆ ਤੇ ਅਲਟੀਮੇਟਲੀ 10 ਲੱਖ ਰੁਪਈਏ 'ਚ ਠੱਗੀ ਦੀ ਦੁਕਾਨ ਸ਼ੁਰੂ ਹੋ ਗਈ। 10,000 ਲੈ ਲਿਆ ਤੁਸੀਂ, ਕਹਿ ਰਹੇ ਹੋ ਤੁਸੀਂ ਠੀਕ ਹੋ, ਬਾਕੀ ਸਾਰੇ ਗਲਤ ਹੈ। ਦੇਖੋ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ, ਮੇਰੇ 'ਤੇ ਇਲਜ਼ਾਮ ਲੱਗਦੇ ਆ, ਮੇਰੇ 'ਤੇ ਇਲਜ਼ਾਮ ਲੱਗਦੇ ਆ ਕਿ ਸਾਡੇ ਕੋਲ ਪੈਸੇ ਪਹਿਲਾਂ ਲੈ ਲਏ। ਵੀ ਭਾਈ ਜੇ ਕਿਸੇ ਨੇ ਪਹਿਲਾਂ ਪੈਸੇ ਲਏ ਤਾਂ ਸਾਡੇ ਕੋਲ ਆਉਂਦਾ ਕਿਉਂ ਨਹੀਂ ਕੋਈ, ਸਾਡੀ ਕੋਈ ਕੰਪਲੇਂਟ ਕਿਉਂ ਨਹੀਂ ਕਰਦਾ ਪ੍ਰਸ਼ਾਸਨ ਨੂੰ ਜਾ ਕੇ? ਕਹਿ ਰਹੇ ਹੋ ਕਿ ਜਿਹੜੇ ਗਲਤ ਕੰਮ ਹੋ ਰਹੇ ਆ, ਜਿਹੜੇ ਫੜੇ ਗਏ ਆ, ਉਹ ਬਾਹਰੋਂ ਆ ਰਹੇ, ਉਹ ਪੰਜਾਬੀ ਨਹੀਂ ਹੈਗੇ, ਮਹਾਰਾਸ਼ਟਰ ਤੋਂ ਬਾਹਰੋਂ ਆ ਰਹੇ। ਜ਼ਿਆਦਾਤਰ ਅੱਜ ਜ਼ਿਆਦਾਤਰ ਠੱਗੀ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਵਾਲੇ ਲੋਕ ਆ ਕੇ ਕਰਦੇ ਪਏ ਆ। ਪਰ ਇਹਦਾ ਕੀ ਕਾਰਨ ਹੈ? ਕੀ ਬਾਹਰ ਵਾਲਿਆਂ ਨੂੰ ਲੱਗ ਰਿਹਾ ਵੀ ਪੰਜਾਬੀਆਂ ਨੂੰ ਮੂਰਖ ਬਣਾਉਣਾ ਇੰਨਾ ਸੌਖਾ ਹੋ ਗਿਆ? ਅੱਜ ਦੀ ਡੇਟ 'ਚ ਸਾਡੇ ਲੋਕ ਵੀਜ਼ੇ ਦੇ ਚੱਕਰ ਦੇ ਵਿੱਚ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਆ। ਬੱਚਾ ਐਲੀਜੀਬਲ ਨਹੀਂ ਆ, ਤੁਸੀਂ ਉਹਨੂੰ ਕਹਿ ਦਿਓ ਹਾਂ ਵੀ ਐਲੀਜੀਬਲ ਆ, 1,50,000 ਰੁਪਈਆ ਲੱਗੂਗਾ, ਇਹ ਪੈਸੇ ਵਾਪਸ ਨਹੀਂ ਹੋਣਗੇ। ਫੰਡ ਸ਼ੋਅ ਕਰਨ ਦੇ ਨਾਂ 'ਤੇ ਲੋਕ 2-2 ਲੱਖ ਰੁਪਈਆ ਲਈ ਜਾ ਰਹੇ ਆ। ਮੈਂ ਨਹੀਂ ਕਹਿੰਦਾ ਮੈਂ ਬਹੁਤ ਵਧੀਆ ਹੈਗਾ, ਤੁਸੀਂ ਵੀ ਮੀਡੀਆ ਦਾ ਕੰਮ ਕਰਦੇ ਹੋ, ਤੁਸੀਂ ਵੀ ਰਿਸਰਚ ਕਰ ਸਕਦੇ ਹੋ। ਅੱਜ ਪੂਰੇ ਪੰਜਾਬ ਦੇ ਵਿੱਚ ਮੈਨੂੰ ਕੋਈ 4-5-8-10 ਬੰਦੇ ਲੱਭ ਕੇ ਦਿਖਾਓ ਜਿਹੜੇ ਕਹਿਣ ਕਿ ਅਸੀਂ ਵੀਜ਼ੇ ਤੋਂ ਬਾਅਦ ਪੈਸੇ ਲੈਂਦੇ ਹਾਂ। ਅੱਜ ਪੰਜਾਬ ਸਰਕਾਰ ਨੇ, ਜੇ ਮੈਂ ਜਲੰਧਰ ਦੀ ਗੱਲ ਕਰਾਂ, ਜਲੰਧਰ 'ਚ 350 ਤੋਂ 400 ਲਾਇਸੈਂਸ ਇਸ਼ੂ ਹੋ ਗਿਆ। ਮੈਂ ਨਹੀਂ ਕਹਿੰਦਾ ਮੈਂ ਬਹੁਤ ਵਧੀਆ ਹੈਗਾ। ਫਿਰ ਕੀ ਗੇਮ ਹੈ ਉਹ, ਗੇਮ ਕੀ ਖੇਡ ਰਿਹਾ ਉਹ? ਭਾਜੀ ਸਿੱਧੀ ਸਿੱਧੀ ਗੇਮ ਹੈ ਕਿ ਜਿਹੜਾ ਬੰਦਾ ਆਇਆ ਲਿਆਓ 10,000 ਰੁਪਈਆ ਮੱਥਾ ਟੇਕੋ। ਅੱਜ ਤੁਸੀਂ ਡਾਕਟਰ ਕੋਲ ਜਾਂਦੇ ਹੋ, ਇੱਕ MBBS MD ਡਾਕਟਰ ਕੋਲ ਵੀ ਜਾਂਦੇ ਹੋ, ਉਹਦੀ ਫੀਸ 200 ਰੁਪਇਆ 500 ਰੁਪਇਆ ਹੁੰਦੀ ਹੈ। ਇੱਕ ਏਜੰਟ ਦੀ ਫੀਸ ਸ਼ੁਰੂ 10,000 ਰੁਪਏ ਤੋਂ ਹੁੰਦੀ ਹੈ। ਵੀਜ਼ਾ ਲੱਗੇ ਨਾ ਲੱਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼ਾਇਦ ਇਹਦਾ ਵੀਜ਼ਾ ਨਹੀਂ ਲੱਗੂਗਾ, ਫਿਰ ਵੀ ਉਹ 10,000 ਜਮ੍ਹਾਂ ਕਰ ਲੈਂਦੇ। ਵੀਰ ਜੀ, 99% ਲੋਕਾਂ ਦਾ ਕਾਰੋਬਾਰ ਇਹ ਹੈ, ਮੈਂ ਕੋਈ 1% ਨਹੀਂ ਕਹਿ ਰਿਹਾ। ਅੱਜ 99% ਦੁਕਾਨਾਂ ਚੱਲਦੀਆਂ ਇਹਦੇ 'ਤੇ ਪਈਆਂ ਕਿ ਆ 10,000 ਦੇ ਜਾ, 20,000 ਦੇ ਜਾ, 50,000 ਦੇ ਜਾ। ਹੁਣ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵਧੀਆ ਕਰਦਾ ਪਿਆ। ਜਿਹੜੇ ਬੋਰਡ ਲੱਗੇ ਹੁੰਦੇ ਆ, ਜਿਹੜੇ ਵੀਜ਼ਾ ਦਫ਼ਤਰ 'ਚ ਜਾਈਦਾ, ਵੀਜ਼ਾ ਪਾਸਪੋਰਟ ਵਾਲੀਆਂ ਫੋਟੋਆਂ ਲਾ ਕੇ 10-20 ਉਹ ਲਾ ਰੱਖੇ ਨੇ, ਸਕਸੈਸ ਰੇਟ ਸਾਡਾ 100% ਹੈ, ਉਹ ਦਾਵੇ ਫਿਰ ਆਪਾਂ ਸਕਸੈਸ ਰੇਟ ਦੀ ਤਾਂ ਗੱਲ ਹੀ ਨਹੀਂ ਕਰਦੇ ਪਏ ਨਾ ਜੀ। ਇੱਥੇ ਗੱਲ ਹੁੰਦੀ ਵੀ ਪਹਿਲਾਂ ਠੱਗੀ ਦੀ, ਮੈਂ ਸਕਸੈਸ ਰੇਟ 'ਤੇ ਤੁਹਾਡੇ ਕੋਲ ਬਾਅਦ 'ਚੋਂ ਆਉਣਾ, ਤੁਸੀਂ ਜਲੰਧਰੋਂ ਅੰਮ੍ਰਿਤਸਰ ਜਾਣਾ। ਪਰ ਠੱਗੀ ਤਾਂ ਹੀ ਹੁੰਦੀ ਹੈ ਨਾ, ਜਦੋਂ ਇੱਕ ਮੇਰੇ ਵਰਗਾ ਆਮ ਵਿਅਕਤੀ ਜਦੋਂ ਜਾਂਦਾ ਹੈ, ਦੇਖਦਾ ਹੈ ਕਿ ਇਹਦਾ 100% ਸਕਸੈਸ ਰੇਟ ਹੈ, ਮੈਂ ਇਹਨੂੰ 10,000 ਦੇਊਂਗਾ, ਮੇਰੇ ਮੁੰਡੇ ਦਾ ਜਾਂ ਮੇਰਾ ਵੀਜ਼ਾ 100% ਲੱਗਣਾ ਹੀ ਲੱਗਣਾ ਹੈ, ਫਿਰ ਠੱਗੀ ਕਿੱਥੇ ਹੁੰਦੀ ਹੈ ਜੀ? ਠੱਗੀ ਉੱਥੇ ਹੋ ਰਹੀ ਕਿ ਬੰਦੇ ਦਾ ਵੀਜ਼ਾ ਲੱਗਾ ਨਹੀਂ, ਅਸੀਂ 10,000 ਰੁਪਏ ਲੈ ਲਿਆ। 100% ਜ਼ਿੰਮੇਵਾਰੀ ਗਰੰਟੀ ਕੌਣ ਲੈ ਸਕਦਾ? ਤੁਹਾਨੂੰ ਲੱਗਦਾ ਲੈ ਸਕਦਾ? ਦੋ ਬੰਦੇ ਲੈ ਸਕਦੇ ਜੀ, ਇੱਕ ਗੋਡ ਲੈ ਸਕਦਾ, ਇੱਕ ਫਰੌਡ ਲੈ ਸਕਦਾ। ਵਿਨੇ ਹਰੀ ਨਹੀਂ ਲੈਂਦਾ? ਨਹੀਂ, ਵਿਨੇ ਹਰੀ ਨੇ ਅੱਜ ਤੱਕ ਨਹੀਂ ਪੈਸੇ ਲਏ ਜੀ ਕਿਸੇ ਕੋਲ। 100% ਗਰੰਟੀ ਵੀ ਨਹੀਂ? 100% ਗਰੰਟੀ ਵਾਲਾ ਕੋਈ ਕੰਮ ਨਹੀਂ ਹੈਗਾ ਜੀ ਸਾਡੇ ਕੋਲ। ਅਸੀਂ ਬੱਚੇ ਦਾ ਕੇਸ ਅਪਲਾਈ ਕਰਦੇ ਹਾਂ, ਸਾਡਾ ਮਕਸਦ ਅਪਲਾਈ ਕਰਨ ਦਾ ਵੈ, ਸਾਡਾ ਮਕਸਦ ਬੱਚੇ ਨੂੰ ਉਹਦੀ ਸਕਸੈਸ ਦਿਵਾਉਣ ਤੱਕ ਹੈ। ਅਸੀਂ ਬੱਚੇ ਦੇ ਉੱਤੇ ਕੰਮ ਕਰਦੇ ਹਾਂ, ਅਸੀਂ ਉਹਦੇ ਕੇਸ ਦੀ ਚੰਗੀ ਐਡਮਿਸ਼ਨ ਕਰਾਉਂਦੇ ਹਾਂ, ਅਸੀਂ ਉਹਦਾ ਚੰਗੀ ਯੂਨੀਵਰਸਿਟੀ 'ਚ ਦਾਖਲਾ ਕਰਾ ਕੇ ਉਹਦੀ ਵੀਜ਼ੇ ਦੀ ਫਾਈਲ ਅਪਲਾਈ ਕਰਦੇ ਹਾਂ। ਵੀਜ਼ੇ ਸਾਡੇ ਵੀ ਸਾਰੇ ਨਹੀਂ ਲੱਗਦੇ, ਤੁਸੀਂ 100% ਦੀ ਗੱਲ ਕਹਿੰਦੇ ਹੋ, ਮੈਂ ਔਨ ਏਅਰ TV 'ਤੇ ਕਹਿਣ ਨੂੰ ਤਿਆਰ ਹਾਂ, ਮੇਰਾ ਰਿਜ਼ਲਟ ਵੀ 50% ਤੋਂ ਘੱਟ ਹੈ। ਪਰ ਫਿਰ ਉਹ ਦਾਅਵੇ ਕਿਹਦੇ ਹੈ? ਬਹੁਤ ਬਹੁਤ ਐਡਸ ਚੱਲਦੀਆਂ, ਬੜਾ ਹਰ ਪਾਸੇ ਦਾਵਾ ਹੁੰਦਾ 100%, 100% ਵਿੱਚ ਲਿਖਿਆ ਵਾ 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਪਰ ਇਹ ਬਹੁਤ ਵੱਡੀ ਸਟੇਟਮੈਂਟ ਹੈ, ਵਿਨੇ ਹਰੀ ਇਹ ਗੱਲ ਕਹਿ ਰਹੇ ਕਿ ਮੈਂ 50% ਤੋਂ ਘੱਟ ਹੈ, ਤੁਸੀਂ ਮੰਨ ਰਹੇ ਹੋ ਗੱਲ? ਰੇਟ 50% ਤੋਂ ਘੱਟ ਹੈ ਜੀ, ਔਨ ਏਅਰ ਕਿਹੜਾ ਬੰਦਾ ਕਹਿੰਦਾ ਮੇਰੇ 100% ਵੀਜ਼ੇ ਨਹੀਂ ਲੱਗਦੇ? ਕਿਉਂ ਨਹੀਂ ਲੱਗਦੇ? ਕਿਉਂਕਿ ਮੈਂ ਹਰ ਬੱਚੇ ਦਾ ਵੀਜ਼ਾ ਅਪਲਾਈ ਕਰਦਾ। ਸਾਡੇ ਕੋਲ ਉਹ ਵੀਜ਼ੇ ਲੱਗਦੇ ਜੋ ਲੋਕ ਕਦੀ ਬਾਹਰ ਜਾ ਨਹੀਂ ਸਕਦੇ, ਜੋ ਲੋਕ ਡੀਮੋਰਲਾਈਜ਼ ਹੋ ਕੇ ਬੈਠੇ ਹੋਏ ਆ। ਬੰਦੇ ਨੂੰ ਪਤਾ ਹੁੰਦਾ ਮੇਰਾ ਅੰਦਰ ਕੋਈ ਨਾ ਕੋਈ ਕਮੀ ਹੈ, ਹਰ ਇਨਸਾਨ 'ਚ ਕੋਈ ਚੀਜ਼ ਚੰਗੀ ਵੀ ਹੁੰਦੀ ਹੈ। ਸਾਡੀ ਟੀਮ ਰਿਸਰਚ ਕਰਦੀ ਹੈ, ਅਸੀਂ ਬੱਚੇ ਦੇ ਕਾਗਜ਼ ਦੇਖਦੇ ਹਾਂ, ਬੱਚਾ ਕਿਹੜੀ ਕੰਟਰੀ 'ਚ ਜਾ ਸਕਦਾ, ਇਹਦੇ ਅੰਦਰ ਕੀ ਕੀ ਖੂਬੀ ਹੈ ਜਿਹਦੇ ਕਰਕੇ ਵੀਜ਼ਾ ਲੱਗ ਸਕਦਾ। ਤੁਸੀਂ 100% ਦੀ ਗੱਲ ਕਰਦੇ ਹੋ, ਲੋਕ 100% ਦੇ ਦਾਅਵਾ ਕਰਦੇ ਆ, ਮੈਂ ਕਹਿੰਦਾ ਮੇਰਾ ਸਕਸੈਸ ਰੇਟ ਹੀ 50% ਤੋਂ ਘੱਟ ਹੈ, ਸਮ ਟਾਈਮ ਇਹ 25% 'ਤੇ ਰਹਿ ਜਾਂਦਾ। ਜਿਹੜੇ ਮਾਂ ਪਿਓ ਨੂੰ ਇਹ ਪਤਾ ਹੈ, ਜਿਹੜੇ 1-2 ਜਗ੍ਹਾ ਤੋਂ ਰਿਜੈਕਟ ਹੋ ਗਏ, ਉਹਨਾਂ ਨੂੰ ਪਤਾ ਹੈ ਕਿ ਵੀਜ਼ਾ ਨਹੀਂ ਲੱਗਣਾ, ਉਹ ਫਿਰ ਵੀ ਤੁਹਾਡੇ ਕੋਲੇ ਆ ਰਹੇ ਹੈ, ਉਹਦੇ ਵੀ 25% ਵੀਜ਼ਾ ਲੱਗ ਗਿਆ ਜੀ। ਜਦੋਂ ਕਿਸੇ ਦਾ ਵੀਜ਼ਾ ਇੱਕ ਵਾਰ ਕਿਸੇ ਏਜੰਟ ਕੋਲ ਅਪਲਾਈ ਕੀਤਾ ਨਹੀਂ ਲੱਗਾ, ਉਹਨਾਂ ਸਕਸੈਸ ਉਹਨਾਂ ਕੇਸਾਂ 'ਚੋਂ ਵੀ ਅਸੀਂ 25-30% ਰਿਜ਼ਲਟ ਲੈ ਲੈਂਦੇ ਹਾਂ। ਨਹੀਂ, ਪਰ ਮੇਰਾ ਸਵਾਲ ਹੋਰ ਹੈ, ਮੇਰਾ ਸਵਾਲ ਹੈ ਕਿ ਕੀ ਉਹ ਮਾਂ ਪਿਓ ਕਸੂਰਵਾਰ ਹੈ ਜਿਹੜਾ 4-5 ਵਾਰੀ ਥਾਂ ਥਾਂ 'ਤੇ ਜਾ ਰਿਹਾ, ਉਹਨੂੰ ਪਤਾ ਹੈ ਵੀਜ਼ਾ ਨਹੀਂ ਲੱਗ ਸਕਦਾ, ਕਮੀਆਂ ਹੈ, ਸ਼ਾਇਦ ਕਿਸੇ ਬੱਚੇ ਦੇ ਬੈਂਡ ਨਹੀਂ ਪੂਰੇ ਹੋ ਰਹੇ ਜਾਂ ਪਰਸੈਂਟੇਜ ਸਹੀ ਨਹੀਂ ਹੈਗੀ, ਫਿਰ ਵੀ ਉਹਨਾਂ ਦੀ ਹੋੜ ਲੱਗੀ ਹੈ ਕਿ ਬਾਹਰ ਭੇਜਣਾ ਹੈ, ਭੇਜਣਾ ਹੈ, ਭੇਜਣਾ ਹੈ, ਕਿੱਥੇ ਕਮੀ ਕਿੱਥੇ ਹੈ?
ਕਮੀ ਦੋ ਪਾਸੇ ਹੈ ਜੀ। ਨੰਬਰ ਇੱਕ ਤਾਂ ਮਾਂ ਪਿਓ ਕਦੀ ਗਲਤ ਨਹੀਂ ਹੁੰਦਾ, ਕੋਈ ਵੀ ਮਾਂ ਬਾਪ ਕਦੀ ਇਹ ਨਹੀਂ ਚਾਹੁੰਦਾ ਕਿ ਉਹਦੇ ਬੱਚੇ ਦੇ ਨਾਲ ਗਲਤ ਹੋਵੇ। ਮਾਂ ਬਾਪ ਸ਼ਿਕਾਰ ਹੁੰਦਾ ਵੈ, ਸ਼ਿਕਾਰੀ ਨੇ ਜਾਲ ਫੈਲਾਇਆ ਹੋਇਆ ਵੈ, ਸ਼ਿਕਾਰੀ ਕਹਿੰਦਾ ਮੇਰੇ ਕੋਲ ਆਓ, ਮੈਨੂੰ 1.5 ਲੱਖ ਰੁਪਈਆ ਹੁੰਦੇ ਜੋ, ਤੁਹਾਨੂੰ 100% ਦੀ ਗਰੰਟੀ ਹੈ। ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੂੰਗਾ, ਮੈਂ ਜਿਹੜੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਹੈ ਉਹਨਾਂ ਦੇ ਮਾਂ ਬਾਪ ਨੂੰ ਵੀ ਕਹਿਣਾ ਚਾਹੂੰਗਾ, ਜਿਹੜਾ ਬੰਦਾ ਤੁਹਾਨੂੰ 100% ਦੀ ਗਰੰਟੀ, ਪੈਸੇ ਨਾ ਐਡਵਾਂਸ ਦਿਓ। ਜਦੋਂ ਪੈਸੇ ਐਡਵਾਂਸ ਨਹੀਂ ਦਿੱਤੇ ਹੋਣਗੇ ਅਗਲਾ ਆਪਣੇ ਆਪ ਕੰਮ ਕਰਾਏਗਾ। ਹੁਣ ਕਮੀ ਕਿੱਥੇ ਹੈਗੀ ਹੈ? ਕਮੀ ਹੈਗੀ ਸਾਡੇ ਬੱਚੇ ਦੇ ਵਿੱਚ। ਸਾਡੇ ਬੱਚੇ ਦੇ ਨੰਬਰ ਆਏ ਨਹੀਂ, 60% ਨੰਬਰ ਚਾਹੀਦੇ ਅੱਜ ਕੈਨੇਡਾ ਜਾਣ ਨੂੰ, ਸਾਡੇ ਬੱਚੇ ਦੇ 40% ਆਏ ਹੈ। ਅਤੇ ਅਸੀਂ ਏਜੰਟ ਕੋਲ ਜਾ ਕਹਿੰਦੇ ਹਾਂ, ਅਗਲਾ ਕਹਿੰਦਾ ਹਾਂਜੀ ਹਾਂਜੀ ਵੀਜ਼ਾ ਦਾ 100% ਲੱਗ ਜੂਗਾ ਜੀ। 99.9% ਲੱਗ ਜਾਏਗਾ ਭਾਈ ਸਾਹਿਬ। ਇਹ ਭਾਈ ਸਾਹਿਬ ਜਿਹੜੇ ਲੋਕ ਬੋਲਦੇ ਨਾ, ਇਹ ਸਾਰੇ ਹਰਿਆਣਵੀ ਹੈ, ਇੱਥੇ ਲੁੱਟਣ ਆਏ ਹੋਏ ਆ। ਇਹਨਾਂ ਨੇ ਜਲੰਧਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਚੰਡੀਗੜ੍ਹ, ਮੋਹਾਲੀ 'ਚ ਇਹ ਲੋਕ ਸਿਰਫ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਆਏ ਹੋਏ ਆ। ਜ਼ਿਆਦਾਤਰ ਕੰਪਨੀਆਂ ਸਵਾਲ ਉਹੀ ਹੈ ਨਾ, ਮੈਂ ਏਜੰਟ ਔਰ ਤੁਹਾਡੇ ਬਿਜ਼ਨਸ ਤੋਂ ਪਾਸੇ ਹੋ ਕੇ ਤੁਹਾਨੂੰ ਐਜ਼ ਅ ਪੰਜਾਬੀ ਪੁੱਛ ਰਿਹਾ ਵੀ ਇਹ ਕਿਉਂ ਬੇਵਕੂਫ ਬਣ ਰਹੇ ਪੰਜਾਬੀ? ਯਾਰ ਮੈਂ ਤੁਹਾਨੂੰ ਦੱਸਦਾ ਮੈਂ ਕਿ 40% ਨੰਬਰ ਆਏ, ਪੜ੍ਹਾਈ 'ਚ ਨੰਬਰ ਘੱਟ ਆ ਗਏ। ਪੜ੍ਹਾਈ ਮਾਨਸਿਕਤਾ ਕਿਉਂ ਹੈ? ਜਾਣਾ ਕਿਉਂ ਹੈ? ਇੱਥੇ ਕਿਉਂ ਨਹੀਂ ਰਹਿ ਸਕਦੇ? ਅੱਜ ਦੀ ਡੇਟ ਦੇ ਵਿੱਚ ਬੱਚਾ ਪਰੇਸ਼ਾਨ ਹੋ ਰਿਹਾ ਕਿਉਂਕਿ ਹਰ ਕਿਸੇ ਦਾ ਕੋਈ ਨਾ ਕੋਈ ਜਾਣਨ ਵਾਲਾ ਕੈਨੇਡਾ ਪਹੁੰਚ ਗਿਆ। ਕੈਨੇਡਾ ਸਰਕਾਰ ਨੂੰ ਬੰਦਿਆਂ ਦੀ ਲੋੜ ਹੈ, ਉਹਨਾਂ ਦੀ ਜ਼ਿਆਦਾਤਰ ਪਾਪੂਲੇਸ਼ਨ ਇਸ ਟਾਈਮ ਬੁੜੀ ਹੋ ਚੁੱਕੀ ਹੈ। ਉਹਨਾਂ ਨੂੰ ਹੋਰ ਅਗਲੇ 2-3 ਸਾਲਾਂ 'ਚ 10 ਲੱਖ ਮਾਈਗ੍ਰੈਂਟ ਚਾਹੀਦਾ। ਉਹਨਾਂ ਨੂੰ ਪੰਜਾਬੀ ਵਧੀਆ ਲੱਗਦੇ ਆ, ਪੰਜਾਬੀ ਲੋਕ ਆਪਣੇ ਸਿਵਿਲਾਈਜ਼ਡ ਨੇ, ਜਾ ਕੇ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ, ਅਤੇ ਬਾਕੀ ਕੰਟਰੀਆਂ ਦੀਆਂ ਜਿਹੜੀਆਂ ਪਾਪੂਲੇਸ਼ਨ ਉਹਨਾਂ ਨਾਲੋਂ ਸਾਡੇ ਲੋਕ ਜ਼ਿਆਦਾ ਵਧੀਆ। ਅੱਜ ਕਹਿ ਰਹੇ ਹੋ ਪੰਜਾਬੀ ਸਿਵਿਲਾਈਜ਼ਡ ਹੈ, ਕਦੇ ਤੁਸੀਂ ਇਹ ਬਿਆਨ ਦੇ ਦਿੰਦੇ ਹੋ ਕਿ ਨਿਊਜ਼ੀਲੈਂਡ 'ਚ ਜਾ ਕੇ ਬੱਕਰੀਆਂ ਚਾਰਦੇ ਆ ਪੰਜਾਬੀ? ਦੇਖੋ ਨਿਊਜ਼ੀਲੈਂਡ ਦਾ ਇੱਕ ਇਸ਼ੂ ਸੀਗਾ ਜੀ, ਮੇਰੀ ਇੱਕ ਚੈਨਲ 'ਤੇ ਕੋਈ ਇੰਟਰਵਿਊ ਚੱਲਦੀ ਪਈ ਸੀ, ਮੈਂ ਕੋਈ ਲਾਈਵ ਦੇ ਜ਼ਰੀਏ ਕੋਈ ਗੱਲ ਕਰਦਾ ਪਿਆ ਸੀ, ਕਿਸੇ ਨੇ ਮੇਰੀਆਂ ਗੱਲਾਂ ਕੱਟ ਲਈਆਂ। ਹੁੰਦਾ ਕੀ ਸੀਗਾ, ਮੇਰੇ ਕੋਲ ਕਿਸੇ ਵਿਊਅਰ ਨੇ ਪੁੱਛਿਆ ਕਿ ਨਿਊਜ਼ੀਲੈਂਡ ਮੈਂ ਜਾਵਾਂ ਕਿ ਨਾ ਜਾਵਾਂ। ਹੁਣ ਨਿਊਜ਼ੀਲੈਂਡ ਦੇ ਵਿੱਚ ਲੋਕ ਕਰਦੇ ਕੀ ਪਏ ਅੱਜ ਦੀ ਡੇਟ ਦੇ ਵਿੱਚ? ਉਦੋਂ ਜੋ ਹਾਲਾਤ ਸੀਗੇ, ਜ਼ਿਆਦਾਤਰ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਪਈਆਂ। ਹੁਣ ਜਦੋਂ ਅਸੀਂ ਕਿਸੇ ਨੂੰ ਕੋਈ ਗਾਲ ਕੱਢਣੀ ਹੁੰਦੀ ਹੈ ਜਾਂ ਅਸੀਂ ਕਿਸੇ ਤੋਂ ਦੁਖੀ ਹੁੰਦੇ ਹਾਂ, ਅਸੀਂ ਜ਼ਰੂਰੀ ਨਹੀਂ ਕਿ ਉਹਨੂੰ ਗਾਲ ਹੀ ਕੱਢਣੀ ਹੁੰਦੀ, ਅਸੀਂ ਉਹਨੂੰ ਤਰੀਕੇ ਨਾਲ ਸਮਝਾ ਦਿੰਦੇ ਹਾਂ। ਹੁਣ ਮੇਰਾ ਬਕਸੇ ਨੂੰ ਇਹ ਕਹਿਣ ਦਾ ਮਕਸਦ ਸੀਗਾ ਕਿ ਉੱਥੇ ਅੱਜ ਦੀ ਡੇਟ 'ਚ ਜੋਬਸ ਅਵੇਲੇਬਲ ਨਹੀਂ ਹੈਗੀਆਂ। ਜ਼ਿਆਦਾਤਰ ਲੋਕ ਉੱਥੇ ਦੇ ਪਿੰਡਾਂ ਦੇ ਵਿੱਚ ਖੇਤੀਬਾੜੀ ਦੇ ਨਾਲ ਰਿਲੇਟਡ, ਭੇਡਾਂ ਦਾ, ਬੱਕਰੀਆਂ ਦਾ ਕਾਰੋਬਾਰ ਕਰਦੇ ਆ। ਇੱਕ ਚੰਗਾ ਪੜ੍ਹਿਆ ਲਿਖਿਆ ਬੱਚਾ, ਸ਼ਹਿਰ ਵਾਲਾ ਬੱਚਾ, ਜਿਹਦੇ ਚੰਗੇ ਆਇਲਸ ਦੇ ਬੈਂਡ ਆ, ਉਹ ਕਿਸੇ ਚੰਗੇ ਮੁਲਕ ਦੇ ਵਿੱਚ ਜਾ ਸਕਦਾ, ਉਹ ਉੱਥੇ ਨਾ ਜਾਵੇ ਕਿਉਂਕਿ ਉੱਥੇ ਦੀ ਸਰਕਾਰ ਦੀਆਂ ਪੋਲਿਸੀਆਂ ਮਾੜੀਆਂ ਸੀਗੀਆਂ ਉਸ ਟਾਈਮ 'ਤੇ। ਉੱਥੇ ਦੀ ਸਰਕਾਰ ਬੱਚਿਆਂ ਨੂੰ ਪੱਕਾ ਨਹੀਂ ਕਰਦੀ ਪਈ। ਲੋਕਾਂ ਨੇ ਉਸ ਮੁੱਦੇ ਨੂੰ ਉਠਾ ਲਿਆ ਕਿ ਨਹੀਂ ਜੀ, ਵਿਨੇਹਰੀ ਨੇ ਤਾਂ ਲੋਕਾਂ ਨੂੰ ਕਹਿਤਾ ਉੱਥੇ ਭੇਡਾਂ ਚਾਰਨ ਜਾਂਦੇ ਆ। ਸੱਚ ਕੀ ਹੈ? ਸੱਚ ਇਹ ਹੈ ਵੀ ਹਰ ਕੰਟਰੀ ਦੇ ਕੋਲ ਇੱਕ ਕੋਟਾ ਵੈ ਬੱਚੇ ਲਿਜਾਣ ਦਾ, ਇੱਕ ਮਾਦਾ ਵੈ। ਜਦੋਂ ਅਸੀਂ ਜ਼ਿਆਦਾ ਬੱਚੇ ਪਾ ਦਿੰਦੇ ਹਾਂ ਉਹ ਚੀਜ਼ ਬਲਾਸਟ ਹੋ ਜਾਂਦੀ ਹੈ। ਮੈਂ 2009 ਦਾ ਕੰਮ ਕਰਦਾ ਪਿਆ, ਮੈਂ 2009 ਦੀ ਤੁਹਾਨੂੰ ਦੱਸ ਦਿੰਦਾ। 2009 ਦੇ ਵਿੱਚ ਇੰਗਲੈਂਡ ਦਾ ਵੀਜ਼ਾ ਸ਼ੁਰੂ ਹੋਇਆ, ਟੀਅਰ 4, ਕਹਿ ਲਓ ਜੇ ਪੰਜਾਬੀ 'ਚ ਕਹਾਂ ਟਰਾਲੀਆਂ ਭਰ ਭਰ ਕੇ ਵੀ ਲੋਕ ਗਏ ਤਾਂ ਥੋੜ੍ਹੇ ਸੀਗੇ। ਉਹ ਜਿੰਨੇ ਕੁ ਜ਼ਿਆਦਾ ਸਾਡੇ ਲੋਕ ਗਏ, ਕੀ ਹੋਇਆ, 2-4-5 ਸਾਲ ਬਾਅਦ ਉਹ ਸਿਸਟਮ ਬਲਾਸਟ ਹੋ ਗਿਆ। ਉਹ ਜਿੰਨੇ ਕੁ ਬੱਚੇ ਗਏ ਸੀ ਕਿਸੇ ਨੂੰ ਨੌਕਰੀ ਨਹੀਂ ਮਿਲੀ, ਮੈਕਸੀਮਮ ਲੋਕ ਵਾਪਸ ਆ ਗਏ ਜਾਂ ਉਹਨਾਂ ਨੇ ਵਾਪਸ ਕਰਤੇ। ਫਿਰ ਦੌਰ ਚੱਲਿਆ ਆਸਟ੍ਰੇਲੀਆ ਦਾ, ਆਸਟ੍ਰੇਲੀਆ ਨੇ ਦੇਖਿਆ ਕਿ ਮਾਈਗ੍ਰੈਂਟ ਚਾਹੀਦੇ ਆ, ਆਸਟ੍ਰੇਲੀਆ ਨੇ ਆਪਣੇ ਵੀਜ਼ੇ ਸ਼ੁਰੂ ਕੀਤੇ, ਸਾਡੇ ਲੋਕਾਂ ਨੇ ਪ੍ਰਮੋਸ਼ਨ ਸ਼ੁਰੂ ਕੀਤੀ, ਅਸੀਂ ਵੀ ਭੇਜੇ ਇੰਗਲੈਂਡ ਬੱਚੇ, ਅਸੀਂ ਵੀ ਆਸਟ੍ਰੇਲੀਆ ਭੇਜੇ। ਜਿੰਨੇ ਕੁ ਬੱਚੇ ਆਸਟ੍ਰੇਲੀਆ ਜਾ ਸਕਦੇ ਸੀ ਗਏ, ਅਲਟੀਮੇਟਲੀ ਆਸਟ੍ਰੇਲੀਆ ਨੇ ਵੀ ਬੰਦ ਕਰਤਾ। ਫਿਰ ਨਿਊਜ਼ੀਲੈਂਡ ਦੀ ਵਾਰੀ ਆਈ, ਨਿਊਜ਼ੀਲੈਂਡ ਦੀ ਸਰਕਾਰ ਚੇਂਜ ਹੋਈ, ਜਿੱਦਾਂ ਹੀ ਨਵੀਂ ਸਰਕਾਰ ਆਈ ਉਹਨੇ ਨਾਲ ਦੀ ਨਾਲ ਹੀ ਲੰਗਰ ਲਾ ਦਿੱਤੇ ਜੀ ਇੱਕ ਤਰ੍ਹਾਂ ਦੇ, ਕਿ ਵਿਦਆਊਟ ਆਇਲਸ 'ਤੇ ਆ ਜਾਓ। ਹੁਣ ਵੀਜ਼ਾ ਕੌਣ ਦਿੰਦਾ? ਉੱਥੇ ਦੀ ਸਰਕਾਰ ਦਿੰਦੀ ਹੈ। ਅਤੇ ਜਦੋਂ ਵੀਜ਼ਾ ਦਿੰਦੇ ਆ ਉਦੋਂ ਪੰਜਾਬੀ ਬਹੁਤ ਵਧੀਆ ਵੈ, ਜਦੋਂ ਵੀਜ਼ਾ ਰਿਫਿਊਜ਼ ਹੋਣਾ ਸ਼ੁਰੂ ਕਰਦਾ ਉਦੋਂ ਸਾਡੇ 'ਚ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਆ। ਅੱਜ ਨਿਊਜ਼ੀਲੈਂਡ ਦੇ ਲੋਕ ਕੀ ਕਹਿੰਦੇ ਆ ਕਿ ਪੰਜਾਬੀ ਲੋਕ ਇੱਥੇ ਆ ਕੇ ਪੜ੍ਹਦੇ ਨਹੀਂ, ਦੇਖਣਾ ਪੈਣਾ ਕਿ ਸਾਡੇ ਲੋਕ ਕਰਨ ਕੀ ਜਾਂਦੇ ਆ, ਸੱਚ ਕੀ ਹੈ। ਅੱਜ ਲੋਕ ਕੈਨੇਡਾ ਜਾ ਰਹੇ ਸੀਗੇ ਦੜਾਦੜ SPP ਪ੍ਰੋਗਰਾਮ ਦੇ ਵਿੱਚ, ਅੱਜ ਕੈਨੇਡਾ ਨੇ ਰੂਲ ਚੇਂਜ ਕਰਤੇ। ਅੱਜ ਕੈਨੇਡਾ ਨੂੰ ਕੁਆਲਿਟੀ ਵਾਲਾ ਬੱਚਾ ਚਾਹੀਦਾ ਜਿਹਦੇ 6 ਬੈਂਡ ਈਚ ਆ, ਜਿਹੜਾ ਸਾਲ ਦੇ ਪੈਸੇ ਦੇ ਕੇ ਜਾ ਰਿਹਾ। ਇੱਕ ਪੰਜਾਬੀ ਸਟੂਡੈਂਟ ਕੈਨੇਡਾ ਵਾਸਤੇ ਗਾਹਕ ਹੈ। ਅੱਜ ਕੈਨੇਡਾ ਜਾਣਾ 15 ਲੱਖ ਰੁਪਈਆ ਉਹਨਾਂ ਨੂੰ ਦੇਣਾ ਪੈਣਾ ਪਹਿਲਾਂ। ਤੁਸੀਂ 15 ਲੱਖ ਰੁਪਈਏ ਦੇ ਗਾਹਕ ਹੋ ਕੈਨੇਡਾ ਸਰਕਾਰ ਦੇ। ਇਹ ਨਾ ਸੋਚੋ ਕਿ ਤੁਸੀਂ ਪੜ੍ਹਨ ਚੱਲੇ ਹੋ। ਕਿੰਨੇ ਕੁ ਲੋਕ ਅੱਜ ਪੜ੍ਹਨ ਜਾਂਦੇ ਆ ਜੀ ਵਿਦੇਸ਼ ਦੇ? ਨਹੀਂ ਪੜ੍ਹਨ ਜਾਂਦੇ ਉੱਥੇ ਬੱਚੇ? ਜੇ ਮੈਂ ਤੁਹਾਨੂੰ ਇਹ ਸਵਾਲ ਪੁੱਛਾਂ, ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹੋਣੇ ਕਿ ਜਿਹੜੇ ਵਿਦੇਸ਼ ਦੇ ਵਿੱਚ ਪੜ੍ਹਨਗੇ, ਅੱਜ ਲੋਕ ਭਾਅ ਜੀ ਪੜ੍ਹਨ ਘੱਟ ਜਾਂਦੇ ਆ। ਅੱਜ ਜ਼ਿਆਦਾਤਰ ਲੋਕ ਪੈਸਾ ਕਮਾਉਣ ਜਾ ਰਹੇ ਆ, ਪੈਸਾ ਕਮਾਉਣ ਦੀ ਇੱਕ ਦੌੜ ਲੱਗ ਚੁੱਕੀ ਹੈ, ਕੋਈ ਬੱਚਾ ਇੱਥੇ ਪੜ੍ਹਨਾ ਨਹੀਂ ਚਾਹੁੰਦਾ। ਦੇਖ ਲਓ +2 ਦਾ ਰਿਜ਼ਲਟ ਕੀ ਆਇਆ, 65% ਲੋਕ ਪਾਸ ਹੋਏ। ਅਸੀਂ ਕਦੀ ਅੱਜ ਤੱਕ ਸੋਚਿਆ ਸੀ ਕਿ ਪੰਜਾਬ ਸਕੂਲ ਐਜੂਕੇਸ਼ਨ ਦਾ ਬੋਰਡ ਦਾ ਰਿਜ਼ਲਟ 65% ਆਏਗਾ? 65% ਲੋਕ ਪਾਸ ਹੋਏ, 35% ਫੇਲ ਹੋ ਗਏ। ਬੱਚਿਆਂ ਦਾ ਪੜ੍ਹਾਈ ਦੇ ਵਿੱਚ ਦਿਮਾਗ ਹੀ ਨਹੀਂ ਹੈਗਾ, ਬੱਚੇ ਨੂੰ
ਲੱਗਦਾ ਹੀ ਹੈ 10ਵੀਂ ਪਾਸ ਕਰਦੇ ਮੈਂ ਤਾਂ ਬਾਹਰ ਜਾਣਾ। ਤੁਹਾਡੇ ਕਰਕੇ ਵੀ ਹੈ ਨਾ, ਤੁਸੀਂ ਖਾਲੀ ਕਰਨ ਤੇ ਤੁਲੇ ਹੋ, ਪੰਜਾਬ ਪੂਰਾ ਚੱਕ ਕੇ ਉਧਰ ਲੈ ਕੇ ਜਾ ਰਹੇ ਹੋ, ਬੱਚੇ ਦਾ ਪੜ੍ਹਾਈ 'ਚ ਜੀ ਨਹੀਂ ਲੱਗ ਰਿਹਾ, ਉਹਦਾ ਇਹ ਮਨ ਹੈ ਕਿ ਮੈਂ ਵੀ ਬਾਹਰ ਹੀ ਚਲੇ ਜਾਣਾ। ਬੱਚਾ ਪੈਸੇ ਦੁੱਖੋਂ ਜਾ ਰਿਹਾ ਜੀ, ਬੱਚਾ ਸਰਕਾਰਾਂ ਨੂੰ ਦੋਸ਼ ਦੇ ਦਿੰਦਾ ਵਾ, ਬੱਚਾ ਆਪ ਤਾਂ ਪੜ੍ਹਾਈ ਕਰਦਾ ਨਹੀਂ। ਅੱਜ ਜੇ ਕੋਈ ਬੱਚਾ, ਜੇ ਆਪਾਂ ਪੁਰਾਣੇ ਸਮੇਂ ਦੀ ਗੱਲ, ਖਾਲੀ ਕਰ ਰਹੇ ਹੋ ਪੰਜਾਬ ਨੂੰ, ਇਹ ਮੰਨਦੇ ਹੋ ਕਿ ਵਿਨੇ ਹਰੀ ਨੇ ਪੰਜਾਬ ਖਾਲੀ ਕਰ 500,000 ਬੱਚੇ ਭੇਜਣਾ, ਕੋਈ ਪੰਜਾਬ ਖਾਲੀ ਨਹੀਂ ਜੀ ਹੋਣਾ। ਬੱਚਿਆਂ ਦੀ ਦੌੜ ਚੱਲੀ, ਸਾਡਾ ਵੀ ਇਹ ਕਾਰੋਬਾਰ ਹੈ ਕਿਤੇ ਨਾ ਕਿਤੇ, ਕਮਰਸ਼ੀਅਲ ਕਾਲ ਵੀ ਹੁੰਦੀ ਹੈ। ਜੇ ਬਾਹਰ ਪੜ੍ਹਨ ਦੀ ਗੱਲ ਕਰੀਏ ਤਾਂ ਪੜ੍ਹਨ ਕੌਣ ਜਾਂਦਾ ਸੀ? ਮੁਲਕ ਆਜ਼ਾਦ ਹੋਇਆ, ਪੰਡਿਤ ਜਵਾਹਰ ਲਾਲ ਨਹਿਰੂ ਜੀ ਪੜ੍ਹੇ, ਰਾਜੀਵ ਗਾਂਧੀ ਪੜ੍ਹੇ, ਟਾਟਾ ਬਿਰਲਾ, ਵੱਡੇ ਵੱਡੇ ਕਾਰਪੋਰੇਟ ਹਾਊਸ ਦੇ ਬੱਚੇ ਬਾਹਰ ਪੜ੍ਹਨ ਜਾਂਦੇ ਸੀ, ਲੀਡਰਾਂ ਦੇ ਬੱਚੇ ਬਾਹਰ ਪੜ੍ਹਨ ਜਾਂਦੇ ਸੀ। ਕੀ ਪੜ੍ਹਨ ਜਾਂਦੇ ਸੀ? ਲੀਡਰਾਂ ਦੇ ਬੱਚੇ ਬਾਹਰ ਪੋਲੀਟੀਕਲ ਸਾਇੰਸ ਪੜ੍ਹਨ ਜਾਂਦੇ ਸੀਗੇ, ਬਿਜ਼ਨਸਮੈਨਾਂ ਦੇ ਬੱਚੇ ਬਾਹਰ ਬਿਜ਼ਨਸ ਪੜ੍ਹਨ ਜਾਂਦੇ ਸੀਗੇ, ਡਾਕਟਰਾਂ ਦੇ ਬੱਚੇ ਬਾਹਰ ਡਾਕਟਰੀ ਪੜ੍ਹਨ ਜਾਂਦੇ ਸੀ ਕਿ ਆ ਕੇ ਇੰਡੀਆ 'ਚ ਡਾਕਟਰੀ ਕਰਾਂਗੇ, ਆ ਕੇ ਬਿਜ਼ਨਸਮੈਨ ਦਾ ਬੱਚਾ ਇੱਥੇ ਬਿਜ਼ਨਸ ਸੈੱਟ ਕਰਦਾ ਵਾ, ਜਿਹੜਾ ਲੀਡਰ ਹੈ ਉਹਦਾ ਬੱਚਾ ਆ ਕੇ ਇੱਥੇ ਲੀਡਰੀ ਕਰਦਾ। ਅੱਜ ਕੀ ਹੋ ਰਿਹਾ? ਅੱਜ ਸਾਡਾ ਬੰਦਾ ਬਾਹਰ ਮਜ਼ਦੂਰੀ ਕਰਨ ਜਾ ਰਿਹਾ। ਕਿੰਨੇ ਕੁ ਮਾਂ ਬਾਪ ਹੈਗੇ ਜਿਹੜੇ ਪੜ੍ਹਾਈ ਦੀ ਫੀਸ ਅਫੋਰਡ ਕਰ ਲੈਂਦੇ ਆ? 50,000 ਤੋਂ 1,00,000 ਰੁਪਈਆ ਮਹੀਨੇ ਦਾ ਰੋਟੀ ਦਾ ਖਰਚਾ ਵਾ ਕਿਸੇ ਵੀ ਡਿਵੈਲਪ ਕੰਟਰੀ 'ਚ। ਕੀ ਅੱਜ ਪੰਜਾਬ ਦੇ ਵਿੱਚ ਮਾਂ ਬਾਪ ਹੈਗਾ ਇੱਦਾਂ ਦਾ ਜਿਹੜਾ 50,000 ਤੋਂ 1,00,000 ਰੁਪਇਆ ਹਰ ਮਹੀਨੇ ਆਪਣੇ ਬੱਚੇ ਨੂੰ ਭੇਜ ਦੇਗਾ? ਜੇ ਭੇਜੇਗਾ ਤਾਂ ਉਹ ਪੜ੍ਹਨ ਜਾਂਦਾ। ਮਜੋਰਟੀ ਲੋਕ ਬਾਹਰ ਪੈਸਾ ਕਮਾਉਣ ਜਾਣਾ ਚਾਹੁੰਦੇ ਆ, ਅਸੀਂ ਭੇਜਦੇ ਹਾਂ, ਸਾਡਾ ਇਹ ਕਾਰੋਬਾਰ ਹੈ। ਬਹੁਤ ਸਵਾਲ ਉੱਠੇ, ਇੱਕ ਮੇਰੇ ਜ਼ਹਿਨ 'ਚ ਬੜੀ ਦੇਰ ਤੋਂ ਸਵਾਲ ਆ ਰਿਹਾ ਜਦੋਂ ਤੋਂ ਤੁਸੀਂ ਇਹ ਗੱਲ ਦੱਸ ਰਹੇ ਹੋ, ਕਿ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾਇਆ ਕਿ ਸਾਡੀਆਂ ਅੱਜ ਬੇਟੀਆਂ, ਧੀਆਂ, ਭੈਣਾਂ ਉੱਥੇ ਜਿਹੜੀਆਂ ਗਈਆਂ ਨੇ ਉਹ ਦੇਹ ਵਪਾਰ ਤੱਕ ਦੇ ਵਿੱਚ ਪੈ ਗਈਆਂ, ਇਹਦੇ 'ਚ ਇਹਦੇ ਸੱਚਾਈ ਹੈਗੀ ਹੈ ਕੋਈ? ਦੇਖੋ ਮੈਂ ਜੇ ਆਵਾਂ ਇੱਕ ਕੁਛ ਕਹਾਂਗਾ, ਮੇਰੀ ਗੱਲ ਅਕਸਰ ਫੜੀ ਜਾਂਦੀ ਹੈ, ਸਾਡਾ ਬੰਦਾ ਮਜਬੂਰ ਹੋ ਜਾਂਦਾ। ਕੁਛ ਸੱਚਾਈ ਹੈ ਜਾਂ ਨਹੀਂ ਹੈ, ਸੱਚ ਬੋਲਣ ਤੋਂ ਨਹੀਂ ਡਰਨਾ ਚਾਹੀਦਾ ਵਿਨੇ ਹਰੀ ਜੀ? ਸੱਚ ਦੀ ਗੱਲ ਇਹ ਹੈ ਜੀ ਕਿ ਅੱਜ ਇੱਕ ਬੱਚਾ ਬਾਹਰ ਪੜ੍ਹਨ ਵਾਸਤੇ ਚਲਾ ਗਿਆ, ਉਹਨੂੰ ਮਾਂ ਬਾਪ ਨੇ ਇੱਥੋਂ 6 ਮਹੀਨੇ ਦੀ ਫੀਸ ਦੇ ਕੇ ਭੇਜਤਾ, ਉਹਨੂੰ ਪਿੱਛੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਸਾਨੂੰ ਪੈਸੇ ਭੇਜ ਜਾਂ ਅਗਲੀ ਫੀਸ ਆਪ ਕੱਢ। ਬੱਚਾ ਮਜਬੂਰ ਹੋ ਜਾਂਦਾ ਕਿਸੇ ਵੀ ਹੱਦ ਤੱਕ ਜਾਣ ਵਾਸਤੇ, ਚਾਹੇ ਉਹ ਲੜਕੀ ਹੈ ਚਾਹੇ ਉਹ ਲੜਕਾ। ਮੈਂ ਇੰਨੀ ਕੁ ਗੱਲ ਕਹਾਂਗਾ ਕਿ ਬੱਚਾ ਮਜਬੂਰੀ ਦੇ ਵਿੱਚ ਹਰ ਤਰ੍ਹਾਂ ਦਾ ਗਲਤ ਕੰਮ ਕਰਨ ਨੂੰ ਤਿਆਰ ਹੋ ਜਾਂਦਾ। ਇਹ ਪ੍ਰੈਸ਼ਰ ਕੌਣ ਪਾ ਰਿਹਾ? ਇਹ ਪ੍ਰੈਸ਼ਰ ਮਾਂ ਬਾਪ ਪਾ ਰਿਹਾ ਜਾਂ ਸਿਸਟਮ ਨੇ ਪ੍ਰੈਸ਼ਰ ਪਾਤਾ? ਜਿਹੜਾ ਲੋਨ ਦੇਣਾ, ਬੈਂਕ ਤੋਂ ਲੋਨ ਕਰਾਇਆ, ਅਗਲੀ ਫੀਸ ਭਰਨੀ ਹੈ, ਜਿਹੜਾ ਜਾ ਕੇ ਉੱਥੋਂ ਦਾ ਖਰਚਾ ਚੱਲਣਾ, ਰੈਂਟ ਦੇਣਾ, ਇਸ ਪ੍ਰੈਸ਼ਰ ਦੇ ਕਰਕੇ ਹੈ ਜਾਂ ਕੋਈ ਹੋਰ ਰੀਜ਼ਨ ਹੈ? ਇਹ ਪ੍ਰੈਸ਼ਰ ਮਾਂ ਬਾਪ ਦਾ ਵਾ ਜੀ। ਬੱਚਾ ਇੱਥੋਂ ਭੇਜਿਆ ਜਾ ਰਿਹਾ ਇਹ ਸੋਚ ਕੇ ਕਿ ਇਹ ਕੰਮ ਕਰਨ ਜਾ ਰਿਹਾ, ਬੱਚੇ ਨੂੰ ਪੜ੍ਹਨ ਵਾਸਤੇ ਨਹੀਂ ਭੇਜਦੇ ਪਏ ਅਸੀਂ। ਅੱਜ ਮਜੋਰਿਟੀ ਲੋਕ ਬਾਹਰ ਕੰਮ ਕਰਨ ਜਾਣਾ ਚਾਹੁੰਦੇ ਆ, ਮਾਂ ਬਾਪ ਨੇ ਇੱਥੋਂ 6 ਮਹੀਨੇ ਦੀ ਫੀਸ ਦੇਤੀ, ਉਹ ਕਹਿੰਦਾ ਅਗਲੀ ਫੀਸ ਆਪ ਕੱਢ, ਸਾਡੇ ਵੀ ਪੈਸੇ ਭੇਜ। ਅੱਜ 80-90% ਲੋਕ ਪਿੰਡਾਂ ਦੇ ਵਿੱਚ ਰਹਿੰਦੇ ਆ, ਕਿੰਨੀ ਕੁ ਕਮਾਈ ਹੈ ਪਿੰਡ ਵਾਲੇ ਬੰਦੇ ਨੂੰ, ਉਹ ਆਪਣਾ 50,000-1,00,000 ਰੁਪਈਆ ਖਰਚਾ ਦੇ ਸਕਦਾ? ਅੱਜ ਆਪਾਂ ਰੂਲ ਦੀ ਗੱਲ ਕਰ ਲਈਏ, ਅੱਜ ਕੈਨੇਡਾ ਅੰਬੈਸੀ ਦਾ ਰੂਲ ਕੀ ਹੈ ਕਿ ਜੇ ਕਿਸੇ ਨੇ ਬਾਹਰ ਪੜ੍ਹਨ ਜਾਣਾ, $10,000 ਉਹਦਾ ਲਿਵਿੰਗ ਐਕਸਪੈਂਸ ਉਹ ਮੰਨਦੇ ਆ। $10,000 ਹੋ ਗਿਆ 5.5 ਲੱਖ ਰੁਪਈਆ, ਮਤਲਬ ਕਿ 48,000 ਰੁਪਈਆ ਮਹੀਨੇ ਦਾ ਕੈਨੇਡਾ ਗੌਰਮੈਂਟ ਕਹਿੰਦੀ ਹੈ ਕਿ ਲਿਵਿੰਗ ਐਕਸਪੈਂਸ ਆ, ਔਰ ਅਸੀਂ ਉਹ ਪਹਿਲਾਂ ਜਮ੍ਹਾਂ ਕਰਾਉਂਦੇ ਹਾਂ। ਅੱਜ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਕਹਿੰਦਾ 8 ਲੱਖ ਰੁਪਇਆ ਤੁਹਾਡੇ ਕੋਲ ਹੋਣਾ ਚਾਹੀਦਾ। ਕੀ ਮੇਰੇ ਪੰਜਾਬ ਦੇ ਖੇਤੀਬਾੜੀ ਵਾਲੇ ਬੰਦੇ ਨੂੰ 8 ਲੱਖ ਰੁਪਇਆ ਸਾਲ ਦੀ ਆਮਦਨ ਹੈਗੀ ਹੈ ਜਿਹੜੀ ਉਹ ਬੱਚੇ ਨੂੰ ਗਰੋਟੀ ਵਾਸਤੇ ਭੇਜ ਦੇਵੇ? ਆਮਦਨ ਸਾਨੂੰ ਇੱਥੇ ਨਹੀਂ ਹੈਗੀ, ਬੱਚਾ ਅਸੀਂ ਪੜ੍ਹਨ ਭੇਜਦੇ ਪਏ ਹਾਂ, ਰੋਟੀ ਦਾ ਖਰਚਾ ਕਿੱਥੋਂ ਆਏਗਾ? ਪਾਰਟ ਟਾਈਮ ਕੰਮ ਕਰਾਂਗੇ। ਬੱਚੇ ਨੂੰ ਪੁੱਛੋ ਬੇਟਾ ਕਿਆ ਕਰਨਾ ਚਾਹਤੇ ਹੋ ਆਪ? ਅੰਕਲ ਆਈ ਵੁੱਡ ਲਾਈਕ ਟੂ ਗੋ ਫੋਰ ਵਟ? ਅੰਕਲ ਕਹੀਂ ਵੀ ਭੇਜ ਦਿਓ, ਬਸ ਜਾਣਾ ਹੈ ਕਿਤੇ ਵੀ ਭੇਜ ਦਿਓ। ਬੱਚੇ ਨੂੰ ਤੁਸੀਂ ਪੁੱਛ ਲਓ 12ਵੀਂ ਪਾਸ ਕਿਸੇ ਯੂਨੀਵਰਸਿਟੀ 'ਚ, ਕਿਸੇ ਕੋਰਸ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ ਭੇਜ ਦਿਓ, ਪਰ ਅਸੀਂ ਜਾਣਾ। ਅਸੀਂ ਅੱਜ ਯੂਪੀ ਬਿਹਾਰ ਦੇ ਵਿੱਚ ਚਲੇ ਜਾਈਏ ਜਾਂ ਅਸੀਂ ਦਿੱਲੀ ਦੇ ਵਿੱਚ, ਬੰਬੇ 'ਚ, ਕਿਸੇ ਚੰਗੇ ਸ਼ਹਿਰ ਦੇ ਵਿੱਚ ਜਾ ਕੇ ਪੁੱਛੀਏ 12ਵੀਂ ਵਾਲੇ ਬੱਚੇ ਨੂੰ ਕਿ ਬੇਟਾ ਤੂੰ 12ਵੀਂ ਤੋਂ ਬਾਅਦ ਕੀ ਕਰਨਾ? ਉਹ ਕਹਿੰਦਾ ਮੈਂ ਬੀਟੈਕ ਕਰਨੀ, ਬੀਕੌਮ ਕਰਨੀ, ਮੈਂ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਸਾਇੰਟਿਸਟ ਬਣਨਾ। ਇੱਕ 12ਵੀਂ ਪਾਸ ਪੰਜਾਬੀ ਬੱਚੇ ਨੂੰ ਪੁੱਛੋ ਤੂੰ ਕੀ ਕਰਨਾ? ਕਹਿੰਦਾ ਬਾਹਰ ਜਾਣਾ। ਕਿੱਥੇ ਜਾਣਾ? ਕਹਿੰਦਾ ਕੈਨੇਡਾ ਜਾਣਾ। ਅੱਛਾ ਕੀ ਕਰੂੰਗਾ ਜਾ ਕੇ? ਇਹ ਤਾਂ ਉੱਥੇ ਜਾ ਕੇ ਦੇਖੂੰਗਾ ਜੀ। ਕਿੱਥੇ ਜਾਣਾ? ਜਿੱਥੇ ਦਾ ਵੀਜ਼ਾ ਮਿਲੂਗਾ ਜੀ। ਇਹ ਤਾਂ ਜਵਾਬ ਨੇ ਜੀ। ਮਾਂ ਪਿਓ ਦੀ ਕੀ ਥੋਟ ਰਹਿੰਦੀ ਹੈ? ਮਾਂ ਪਿਓ ਇਸੇ ਗੱਲ ਦੇ ਉੱਤੇ ਜਿਹੜਾ ਉਹ ਪਹਿਰਾ ਦੇ ਰਿਹਾ? ਦੇਖੋ ਅਲਟੀਮੇਟਲੀ ਜਿਹੜਾ ਸਟੱਡੀ ਅਬਰੋਡ ਦਾ ਕਾਰੋਬਾਰ ਹੈ ਉਹਨੂੰ ਵਰਕ ਅਬਰੋਡ ਬਣਾ ਲਿੱਤਾ ਗਿਆ ਵਾ, ਇਹ ਮਾਂ ਬਾਪ ਵੀ ਇਹਦੇ 'ਚ ਕਸੂਰਵਾਰ ਹੈ, ਇਹਦੇ ਵਿੱਚ ਕਹਿ ਲਓ ਸਿਸਟਮ ਸਾਡਾ ਸਾਰਾ ਕਸੂਰਵਾਰ ਹੈ ਕਿ ਸਾਨੂੰ ਲੱਗਦਾ ਕਿ ਬਾਹਰ ਜਾਣਾ ਮਤਲਬ ਕੰਮ ਕਰਨਾ ਜਾਣਾ, ਪੜ੍ਹਨ ਨਹੀਂ ਜਾਣਾ। ਪਰ ਉਹ ਕੌਣ ਨੇ ਵਿਨੇਹਰੀ ਜੀ ਜਿਹੜੇ ਆਉਂਦੇ ਆ ਜਲੰਧਰ ਦੀ ਮਾਲ ਟਾਊਨ ਦੇ ਵਿੱਚ ਜਾਂ ਸਰਾਭਾ ਨਗਰ ਲੁਧਿਆਣੇ ਦੇ ਵਿੱਚ ਜਾਂ ਜਗਰਾਉਂ ਦੇ ਕਿਸੇ ਮਾਰਕੀਟ ਦੇ ਵਿੱਚ ਮਹਿੰਗੀਆਂ ਐਨਕਾਂ, ਵਧੀਆ ਜੁੱਤੇ, ਗੱਡੀ ਅਤੇ ਸਿਸਟਮ ਦੇ ਨਾਲ ਪੂਰਾ ਐਂ ਸ਼ੋਅ ਕਰਨਾ ਵਾਲ ਉਸ ਤਰ੍ਹਾਂ ਖੜ੍ਹੇ ਕਰਕੇ ਕਿ ਅਸੀਂ ਕੈਨੇਡਾ ਤੋਂ ਆਏ ਹਾਂ, ਔਰ 2-2, 2.5-2.5 ਲੱਖ ਰੁਪਏ ਇੱਕ ਦਿਨ ਦੇ ਵਿੱਚ ਖਰਚ ਕੇ ਵਾਪਸ ਚਲੇ ਜਾਂਦੇ? ਬਹੁਤ ਘੱਟ ਲੋਕ ਨੇ ਜੀ ਇੱਦਾਂ ਦੇ।
हार्डली कह लो 2 या 4% लोग ने। वो स्टूडेंट ही है ना जेड़ा 2 साल 3 साल बाद जाके वापस आ रहा है, जिन्हों देख के इतने बैठे नू लग रहा है भी उत्थे पता नहीं की हो रहा है, किन्ना क पैसा कमा रहा है वो उत्थे लुई विटॉन दे जुत्ते पा रहा है, वो टॉमी दियां उत्थे शर्टा पा रहा है, बर्बरी दियां शर्टा पा रहा है, ये सारिया चीजा जो इधर लैके आंदा तो उहदे ताए दे चाचे दे पुत जिहड़े ने वो देख के प्रभावित तो हुंदे है ना। मैं एग्री हाँ तुहाडे नाल, इदां दे लोग 10% ने, 90% बच्चा खज्जल हो रहा अज की डेट के, पंजे उंगलां इक्को जिहियां नहीं हुंदियां, सारे पर सारे लोग कामयाब हो जाते हैं। पिछले साल 1,24,000 बंदा गया कनेडा, कि 1,24,000 बंदा कनेडा पक्का हो जाएगा, कि इन्ने लोगों को सिटीजनशिप दे दूंगे, नहीं, 10% लोग कामयाब होंगे है, 90% फेल होंगे है। सक्सेस स्टोरियां दिखाई जाए, साडे वालों भी दिखाई जाए, लोगों वालों भी दिखाई जाए, 10 वीजे लग गए, 20 वीजे लग गए, 50 वीजे लग गए, रिफ्यूजल वाले तो लगे नहीं, रिफ्यूजल वाला दिखाओ। ਆਪਾਂ ਇਹ ਵੀਡੀਓ ਦੇ ਥੱਲੇ ਦੇਖਿਓ ਕਮੈਂਟ ਲਿਖੇ ਹੋਣੇ ਲੋਕਾਂ ਨੇ ਕਿ ਇਹਨਾਂ ਦੇ ਜਿਹੜੇ ਵੀਜ਼ੇ ਰਿਫਿਊਜ਼ ਹੋਏ ਉਹਨਾਂ ਦੀਆਂ ਫੋਟੋਆਂ ਦਿਖਾਓ, ਮੈਂ ਕਿੱਦਾਂ ਦਿਖਾ ਦੇਵਾਂ, ਕਿਸੇ ਨੂੰ ਕਹਾਂ ਭਾਈ ਤੇਰੀ ਵੀਜ਼ਾ ਨਹੀਂ ਲੱਗਾ, ਤੂੰ ਆਪਣੀ ਮੇਰੇ ਨਾਲ ਫੋਟੋ ਖਿਚਾ ਅਤੇ ਅਸੀਂ ਫੇਸਬੁੱਕ 'ਤੇ ਫੋਟੋ ਪਾਈਏ ਕਿ ਇਹਦਾ ਬੰਦੇ ਦਾ ਵੀ ਨਹੀਂ ਹਰੀ ਕੋਲੋਂ ਵੀਜ਼ਾ ਨਹੀਂ ਲੱਗਾ, ਇਹ ਤਾਂ ਸਾਡੇ ਲੋਕ ਸੁਣਨਾ ਚਾਹੁੰਦੇ ਆ। ਇਹ ਕਹਿੰਦੇ ਨੇ ਕਿ ਵੀਜ਼ਾ ਪਤਾ ਨਹੀਂ ਏਜੰਟ ਕੋਲ ਚਲੇ ਗਏ, ਏਜੰਟ ਰੱਬ ਇਹਨੇ ਵੀਜ਼ਾ ਲਵਾ ਹੀ ਦੇਣਾ, ਉਹ ਭਾਈ ਮੇਰੇ ਕੋਲ ਨਹੀਂ ਵੀਜ਼ੇ ਲੱਗਦੇ। ਵੀਜ਼ਾ ਕਿਹਨੂੰ ਮਿਲਦਾ? ਵੀਜ਼ਾ ਇੱਕ ਸਟੂਡੈਂਟ ਨੂੰ ਮਿਲਦਾ, ਵੀਜ਼ਾ ਕੌਣ ਦਿੰਦਾ? ਅੰਬੈਸੀ ਦਿੰਦੀ ਹੈ। ਨਾ ਤਾਂ ਵਿਨੇ ਹਰੀ ਨੇ ਅੱਜ ਤੱਕ ਕੋਈ ਪਾਇਆ, ਕੋਈ ਜਾਦੂ ਹੈ ਨਹੀਂ ਤੁਹਾਡੇ ਕੋਲ, ਕਿਸੇ ਤਰ੍ਹਾਂ ਦਾ ਕੋਈ ਜਾਦੂ ਕਿਸੇ ਕੋਲ ਨਹੀਂ ਜੀ ਹੈਗਾ, ਠੱਗੀ ਦਾ ਕੰਮ ਹੈ, ਸਿਸਟਮ ਹੈ, ਕਾਰੋਬਾਰ ਹੈ, ਕਾਰੋਬਾਰ ਜਿੰਨਾ ਕੁ ਸਾਨੂੰ ਸਮਝ ਲੱਗਦਾ ਤਾਂ ਹੋਊਗੀ ਨਾ, ਪੰਜਾਬੀ ਜੇ ਇੰਨੇ ਜਾ ਰਹੇ ਹੈ ਕੋਈ ਤਾਂ ਘੁਲ ਕੇ ਪਿਆ ਰਿਹਾ ਹੋਣਾ ਕੁਛ। ਦੇਖੋ ਸਾਡਾ ਸਿਸਟਮ ਜਿਹੜੀ ਚੀਜ਼ ਚਾਹੁੰਦਾ ਹੈ, ਅੱਜ ਲੋਕ ਜੋ ਚਾਹੁੰਦੇ, ਕੈਨੇਡਾ ਵਾਲੇ ਕੀ ਵਰਤ ਰਹੇ ਇਹ ਸਰਕਾਰਾਂ ਜਿਹੜੀਆਂ ਨੇ, ਚਾਹੇ ਕੈਨੇਡਾ ਦੀ ਹੋਵੇ ਆਸਟ੍ਰੇਲੀਆ ਦੀ ਹੋਵੇ, ਇਹ ਪੰਜਾਬੀਆਂ ਨੂੰ ਯੂਜ਼ ਕਰ ਰਹੀ ਹੈ। ਹੋ ਗਿਆ ਜੀ, ਮੈਨੂੰ ਅੱਜ 10 ਸਾਲ ਕੰਮ ਕਰਦੇ ਨੂੰ ਹੋ ਗਏ ਜੀ, 10 ਸਾਲਾਂ 'ਚ ਵਰਤੇ ਹੀ ਆ ਉਹਨਾਂ ਨੇ। ਕੀ ਹੁੰਦਾ ਇੱਕ ਸੁਪਨਾ, ਇੱਕ ਪੰਜਾਬੀ ਦਾ ਸੁਪਨਾ ਕੀ ਹੈ? ਇੱਕ ਪੰਜਾਬੀ ਬੱਚਾ ਅੱਜ ਤੋਂ 10 ਸਾਲ ਪਹਿਲਾਂ ਕੈਨੇਡਾ ਗਿਆ, ਅਮਰੀਕਾ ਗਿਆ, ਆਸਟ੍ਰੇਲੀਆ ਗਿਆ, ਕਿਸੇ ਵੀ ਮੁਲਕ 'ਚ ਗਿਆ, 2-4-5 ਸਾਲ ਸਟਰਗਲ ਕੀਤੀ, 5 ਸਾਲਾਂ 'ਚ ਪੱਕਾ ਹੋ ਗਿਆ, ਘਰ ਲੈ ਲਿਆ, 7-8 ਸਾਲਾਂ 'ਚ ਜਨਾਨੀ ਹੋ ਗਈ, ਬੱਚੇ ਹੋ ਗਏ, ਫਿਰ 8 ਸਾਲਾਂ ਬਾਅਦ ਕਹਿੰਦਾ ਕਹਿੰਦਾ ਇੰਡੀਆ ਚੱਲੀਏ, ਇੱਥੇ ਇੱਥੇ ਦਿਹਾੜੀਆਂ ਲਾਉਣ ਨਾਲੋਂ ਵਧੀਆ ਉੱਥੇ ਸਰਦਾਰੀ ਕਰਾਂਗੇ, ਸਰਪੰਚੀ ਕਰਾਂਗੇ ਜਾ ਕੇ। ਅੱਜ ਵੱਡੀਆਂ ਗੱਡੀਆਂ ਤੁਸੀਂ ਦੇਖਦੇ ਹੋ, ਅਰਮਾਨੀ ਦੇ ਸ਼ੂ ਦੇਖਦੇ ਹੋ, ਇਹੋ ਲੋਕ ਆ ਜਿਹੜੇ ਅੱਜ ਤੋਂ 8 ਸਾਲ 10 ਸਾਲ ਪਹਿਲਾਂ ਗਏ ਸੀ। ਸਟੂਡੈਂਟ ਕੋਲ ਤਾਂ ਵਿਚਾਰੇ ਕੋਲ ਫੀਸ ਨਹੀਂ ਜੁੜਦੀ। ਲਿਟਰਲੀ ਮੈਂ ਆਪਣੀ ਦੱਸ ਦੇਵਾਂ, ਮੈਂ ਅੱਜ ਤੋਂ 2 ਮਹੀਨੇ ਪੁਰਾਣੀ ਗੱਲ ਕਰਦਾ, 2 ਮਹੀਨੇ ਪਹਿਲਾਂ ਮੈਂ ਬ੍ਰਾਮਟਨ ਦੀ ਇੱਕ ਸੜਕ 'ਤੇ ਘੁੰਮਦਾ ਪਿਆ ਸੀ, 2 ਕੁੜੀਆਂ ਮੇਰੇ ਕੋਲ ਆਈਆਂ, ਕਹਿੰਦੀ ਜੀ ਤੁਸੀਂ ਵਿਨੇ ਹਰੀ ਹੋ? ਮੈਂ ਕਿਹਾ ਜੀ ਹਾਂਜੀ। ਕਹਿੰਦੀ ਅਸੀਂ ਤੁਹਾਡੇ ਪ੍ਰੋਗਰਾਮ ਦੇਖਦੇ ਸੀ ਟੀ ਵੀ 'ਤੇ, ਪਲੀਜ਼ ਸਾਡੀ ਮਦਦ ਕਰ ਦਿਓ, ਸਾਨੂੰ 4 ਮਹੀਨੇ ਹੋ ਗਏ ਆਈਆਂ ਨੂੰ, ਸਾਨੂੰ ਰੋਜ਼ ਜੋਬ ਨਹੀਂ ਮਿਲਦੀ ਵੀ, ਤੁਸੀਂ ਕੋਈ ਰੈਫਰੈਂਸ ਦੇ ਦਿਓ। ਕੀ ਸੋਚਦੇ ਹੋ ਹਰ ਮਹੀਨੇ ਜਦੋਂ 500,000, 5,000, 10,000 ਬੰਦਾ ਜਾਣਾ, ਕਿ ਉੱਥੇ ਫੈਕਟਰੀਆਂ ਲੱਗੀਆਂ ਕੈਨੇਡਾ ਦੇ ਵਿੱਚ, ਕਿ ਸਾਰੇ ਬੰਦੇ ਕੰਮ 'ਤੇ ਲੱਗ ਜੂਗੇ? ਇਸੇ ਵੀਡੀਓ ਦੇ ਥੱਲੇ ਦੇਖੋ ਨੈਗੇਟਿਵ ਕਮੈਂਟ ਜ਼ਿਆਦਾ ਹੋਣਗੇ, ਲੋਕ ਸੱਚ ਸੁਣਨਾ ਨਹੀਂ ਚਾਹੁੰਦੇ, ਲੋਕਾਂ ਨੂੰ ਝੂਠ ਦਿਖਾਓ ਕਿ ਹਾਂਜੀ ਗੱਫੇ ਲੱਗ ਗਏ ਜੀ ਕੈਨੇਡਾ ਦੇ ਵਿੱਚ ਤਾਂ 10 ਲੱਖ ਰੁਪਏ ਮਹੀਨਾ ਕਮਾ ਲਓਗੇ, ਨੌਕਰੀ ਨਹੀਂ ਮਿਲਦੀ ਭਾਅ ਜੀ। ਉਹ ਜਿਹੜੇ ਜਿੰਨੇ ਅਖਬਾਰਾਂ ਦੇ ਵਿੱਚ ਪੋਸਟਰ ਲੱਗ ਰਹੇ ਹੈ, ਜਿਹੜੀਆਂ ਐਡਸ ਆ ਰਹੀਆਂ, ਬਿਨਾਂ ਆਇਲਸ ਜਾਓ, 10 ਲੱਖ ਕਮਾਓ, ਰੋਜ਼ ਦੇ $16 ਪਰ ਆਰ 'ਤੇ ਤੁਹਾਨੂੰ ਜੋਬ ਮਿਲੂਗੀ, ਸਾਡੇ ਬੰਦੇ ਜੋਬ ਦਵਾਣਗੇ, ਝੂਠ ਹੈ ਉਹ? ਹੋ ਸਕਦਾ ਸੱਚ ਹੋਵੇ, ਮੈਂ ਤਾਂ ਕਦੀ ਦੇਖਿਆ ਨਹੀਂ ਜੀ ਇੱਦਾਂ ਇੱਦਾਂ ਦਾ ਬੰਦਾ ਕਿ ਜਿਹੜਾ ਇੱਥੋਂ ਕਹੇ ਜੋਬ ਮਿਲਵਾ ਦਾਂਗੇ ਤੁਹਾਨੂੰ। ਸੱਚ ਇਹ ਹੈ ਕਿ ਸਾਡੇ ਲੋਕ ਪੜ੍ਹਨ ਨਹੀਂ ਜਾਂਦੇ, ਚਾਹੇ ਤੁਹਾਨੂੰ ਮੇਰੀ ਗੱਲ ਕੌੜੀ ਲੱਗੇ, ਮਾੜੀ ਲੱਗੇ, ਮੈਨੂੰ ਕੋਈ ਪ੍ਰਮੋਸ਼ਨ ਨਹੀਂ ਚਾਹੀਦੀ, ਮੇਰਾ ਕਾਰੋਬਾਰ ਬੜਾ ਵਧੀਆ, ਜਿੰਨੇ ਕੁ ਲੋਕ ਮੈਂ ਭੇਜ ਲਏ ਆ ਉਹਨਾਂ ਦੇ ਮੈਨੂੰ ਰੈਫਰੈਂਸ ਹੀ ਨਹੀਂ ਮੁੱਕਦੇ, ਮੈਂ ਕਿਸੇ ਨੂੰ ਝੂਠ ਬੋਲ ਕੇ ਨਹੀਂ ਭੇਜਣਾ ਚਾਹੁੰਦਾ। ਪਰ ਭਾਅ ਜੀ ਰੂਲਸ ਹੁਣ ਬਦਲੇ ਹੈ, ਇਹ ਦੱਸਣੇ ਬਹੁਤ ਲਾਜ਼ਮੀ ਹੈ ਲੋਕਾਂ ਨੂੰ, ਹਾਲਾਂਕਿ ਕਿਸੇ ਤਰ੍ਹਾਂ ਦੀ ਇਹ ਉਹ ਨਹੀਂ ਹੈ, ਪਰ ਕੈਨੇਡਾ ਦੇ ਵਿੱਚ ਹੁਣ ਰੂਲਸ ਬਦਲੇ ਹੈ, ਤਾਂ ਇੱਕ ਵਾਰੀ ਉਹ ਵੀ ਦੱਸ ਦਿਓ ਵੀ ਕੀ ਰੂਲਸ ਬਦਲੇ ਹੈ, ਘੱਟੋ ਘੱਟ ਲੋਕਾਂ ਨੂੰ ਇੰਨੀ ਕੁ ਪਤਾ ਹੋਵੇ ਵੀ ਹੋਰ ਕੋਈ ਏਜੰਟ ਤੁਹਾਨੂੰ ਮੂਰਖ ਨਾ ਬਣਾ ਸਕੇ। ਮੂਰਖ ਹੈ ਜੀ ਕਿ ਰੂਲ ਬਦਲੇ ਹੈ, ਇਹਦੇ ਨਾਲ ਠੱਗੀ ਬਹੁਤ ਜ਼ਿਆਦਾ ਵੱਧ ਜਾਣੀ ਹੈ ਜੀ ਪਹਿਲੇ ਨਾਲੋਂ। ਰੂਲ ਕੀ ਬਦਲੇ ਹੈ? ਰੂਲ ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਅੱਗੇ ਸਾਨੂੰ 6 ਮਹੀਨੇ ਦੀ ਫੀਸ ਦੇ ਕੇ ਆਉਂਦਾ ਸੀ, ਹੁਣ ਉਹ ਸਾਲ ਦੀ ਫੀਸ ਦੇ ਕੇ ਆਵੇ। ਜੇ 50,000 ਬੰਦੇ ਲਿਜਾਣਾ ਸੀ, ਉਹ ਕਹਿੰਦਾ ਅੱਜ 25 ਲੈ ਜਾਓ, ਵੀਜ਼ਾ ਦੀ ਰੇਸ਼ੋ ਘਟੂਗੀ। ਪਹਿਲਾਂ ਤਾਂ ਪੈਸੇ ਡਬਲ ਕਰਤੇ ਉਹਨਾਂ ਨੇ ਕਿ ਹੁਣ ਸਾਨੂੰ ਸਾਲ ਦੀ ਫੀਸ ਦਿਓ, 6 ਮਹੀਨੇ ਦੀ ਫੀਸ ਨਾਲ ਅਸੀਂ ਨਹੀਂ ਲਿਜਾਣਾ ਤੁਹਾਨੂੰ। ਦੂਸਰਾ, ਆਇਲਸ ਦੇ ਵਿੱਚ ਸਾਨੂੰ ਸਾਰਿਆਂ 'ਚੋਂ 6 ਚਾਹੀਦੇ ਹੈ, 6 ਮੋਡਿਊਲ ਇਕੱਲੇ ਇਕੱਲੇ 'ਚੋਂ ਚਾਹੀਦੀ ਹੈ। ਆਇਲ ਸੈਂਟਰ ਵਾਲਿਆਂ ਦੀ ਚਾਂਦੀ ਲੱਗ ਗਈ, 30% ਬੱਚੇ ਸੀਗੇ ਜਿਨ੍ਹਾਂ ਦੇ 6 E ਚਾਹੁੰਦੇ ਸੀਗੇ, 70% ਲੋਕਾਂ ਦੇ ਤਾਂ ਨੰਬਰ ਹੀ ਨਹੀਂ ਸੀ ਆਉਂਦੇ। ਹੁਣ 6 ਮਹੀਨੇ ਬਾਅਦ ਕੈਨੇਡਾ ਦੀ ਮਾਰਕੀਟ ਖੁੱਲੂਗੀ, ਹਜੇ 6 ਮਹੀਨੇ ਠੰਡ ਹੈਗੀ ਆ, 6 ਮਹੀਨੇ ਲੋਕਾਂ ਦੇ ਬੈਂਡ ਨਹੀਂ ਆਉਣੇ, ਜਦੋਂ 6 E ਚਾਹੂਗੀ ਜਦ ਨੂੰ ਮੌਸਮ ਫਿਰ ਚੇਂਜ ਹੋਏਗਾ, ਹਜੇ 6 ਮਹੀਨੇ ਦਾ ਏਜੰਟ ਸਾਰੇ ਘੁੰਮਣ ਹੀ ਜਾਣਗੇ ਜੀ।
ਆਇਲ ਸੈਂਟਰਾਂ ਦਾ ਕੀ ਸੱਚ ਹੈ? ਇਹ ਵੀ ਬਹੁਤ ਸਵਾਲ ਉੱਠਦੇ ਰਹੇ ਆ ਵੀ ਆਇਲ ਸੈਂਟਰਾਂ ਨੇ ਇੰਨਾ, ਕਹਿੰਦੇ ਏਜੰਟਾਂ ਨੇ ਵੀ ਨਹੀਂ ਲੁੱਟਿਆ ਜਿੰਨਾ ਆਇਲ ਸੈਂਟਰਾਂ ਨੇ ਲੁੱਟਿਆ। ਕਈ ਤਾਂ 6-6 ਸਾਲਾਂ ਤੋਂ ਬੈਠੇ ਐ, ਆਇਲਸ ਹੀ ਕਰੀ ਜਾ ਰਹੇ ਆ ਲੋਕ, ਅਜੇ ਉਹਨਾਂ ਨੂੰ ਬੈਂਡ ਹੀ ਨਹੀਂ ਮਿਲ ਰਹੇ। ਸੱਚ ਬੋਲ ਦਵਾਂ ਜੀ? ਸੱਚ ਬੋਲੋਗੇ ਤਾਂ ਵਿਨੇ ਹਰੀ ਨੂੰ ਲੋਕ ਜਾਣਨਗੇ, ਜੇ ਝੂਠ ਬੋਲੋਗੇ ਤਾਂ ਵਿਨੇ ਹਰੀ ਨੂੰ ਗਾਲਾਂ ਕੱਢਣਗੇ ਲੋਕ। ਅੱਡੇ ਬਣ ਚੁੱਕੇ ਆ ਜੀ, ਕੁੜੀਆਂ ਮੁੰਡਿਆਂ ਨੂੰ ਮਿਲਣ ਦੇ ਅੱਡੇ ਆ। 10% ਆਇਲ ਸੈਂਟਰ ਨੇ ਜਿਹੜੇ ਸਹੀ ਨੇ, 90% ਆਇਲ ਸੈਂਟਰਾਂ ਦੇ ਵਿੱਚ ਗਲਤ ਕੰਮ ਹੁੰਦੇ ਪਏ ਨੇ। ਲੜਕੀ 30 ਕਿਲੋਮੀਟਰ ਇੱਧਰ ਰਹਿੰਦੀ ਹੈ, ਲੜਕਾ 20 ਕਿਲੋਮੀਟਰ ਉੱਧਰ ਰਹਿੰਦਾ, ਮੀਟਿੰਗ ਪੁਆਇੰਟ ਬਣਿਆ ਹੋਇਆ, ਛੋਟੇ ਛੋਟੇ ਆਇਲ ਸੈਂਟਰ ਖੋਲ੍ਹੇ ਹੋਏ ਲੋਕਾਂ ਨੇ। ਬੱਚਾ ਘਰੋਂ ਇਹ ਕਹਿ ਕੇ ਨਿਕਲਦਾ ਮੈਂ ਆਇਲਸ ਕਰਨ ਚੱਲਾਂ, 6-6 ਮਹੀਨੇ, ਸਾਲ ਸਾਲ, 2-2 ਸਾਲ ਹੋ ਗਏ ਲੋਕਾਂ ਨੂੰ ਆਇਲਸ ਕਰਦੇ ਆ, ਜਦਕਿ ਮਹੀਨਾ ਵੀ ਡੱਟ ਕੇ ਪੜਿਆ ਹੋਵੇ ਤਾਂ ਮਹੀਨੇ ਦੇ ਵਿੱਚ ਰਿਜ਼ਲਟ ਨਿਕਲਦਾ। ਪੰਜਾਬ ਦੇ ਕਸਬਿਆਂ ਦੇ ਵਿੱਚ ਉਹਨੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਜਿੰਨੇ ਅੱਜ ਦੀ ਰੇਟ 'ਚ ਆਇਲਸ ਸੈਂਟਰ ਖੁੱਲ੍ਹ ਚੁੱਕੇ ਆ। ਜੇ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਇਹ ਛੋਟੇ ਛੋਟੇ ਅੱਡਿਆਂ 'ਚ ਜਾਣਾ ਜ਼ਿਆਦਾ ਹਾਨੀਕਾਰਕ ਹੈ। ਆਇਲਸ ਕਰਨਾ ਵੀ ਹੁਣ ਹਾਨੀਕਾਰਕ ਹੋ ਗਿਆ। ਹਾਨੀਕਾਰਕ ਮਤਲਬ ਕਿਸੇ ਰਿਪਿਊਟਿਡ ਆਇਲ ਸੈਂਟਰ ਦੇ ਵਿੱਚ ਜਾਇਆ ਜਾਵੇ ਜਿਹੜੇ ਕੋਈ ਬੱਚਿਆਂ ਨੂੰ ਪੜ੍ਹਾਉਣ ਦਾ ਕਾਰੋਬਾਰ ਕਰਦੇ ਆ। ਮਾਂ ਪਿਓ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੋਣਾ ਨਾ, ਉਹ ਤਾਂ ਪਿੰਡ 'ਚ ਬੈਠੇ ਆ, ਉਹ ਤਾਂ ਬੱਚਾ ਤਾਂ ਕਹਿ ਕੇ ਬਸ ਚੜ੍ਹ ਕੇ ਆ ਗਿਆ। ਬੜਾ ਵਧੀਆ ਪਤਾ ਲੱਗਦਾ ਪਿਆ ਨਾ, 6 ਮਹੀਨੇ ਹੋ ਗਏ ਨੰਬਰ ਹੀ ਨਹੀਂ ਆਉਂਦੇ ਪਏ, ਸਾਲ ਹੋ ਗਿਆ ਆਇਲਸ, 2-2 ਸਾਲ ਹੋ ਗਏ ਲੋਕਾਂ ਨੂੰ ਆਇਲਸ ਕਰਦੇ ਆ। ਇੱਕ 15-20 ਦਿਨ ਦੀ ਮਹੀਨੇ ਦੀ ਕੋਚਿੰਗ ਨੂੰ ਬੱਚਾ 2 ਸਾਲ ਲਾ ਰਿਹਾ, ਮਾਂ ਬਾਪ ਨੂੰ ਖੁਦ ਜਾ ਕੇ ਚੈੱਕ ਕਰਨਾ ਚਾਹੀਦਾ ਪੜ੍ਹਾਉਂਦੇ ਕੀ ਪਏ ਹੋ ਤੁਸੀਂ। ਉਮੀਦ ਕਰਦਾ ਸੱਚ ਪਸੰਦ ਆਏਗਾ, ਲੋਕਾਂ ਨੂੰ ਗਾਲਾਂ ਘੱਟ ਕੱਢਣਗੇ। ਠੀਕ ਹੈ, ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ। ਧੰਨਵਾਦ ਜੀ ਤੁਹਾਡਾ। ਇਹ ਸਨ ਵਿਨੇ ਹਰੀ, ਨਾਮ ਇਹਨਾਂ ਦਾ ਪੰਜਾਬ ਦੇ ਵਿੱਚ ਹੈ ਕਿ ਬਾਹਰ ਭੇਜਦੇ ਨੇ ਬੱਚੇ, ਪਰ ਇਹ ਕੌੜਾ ਸੱਚ ਹੈ ਪੰਜਾਬ ਦਾ ਕਿ ਅੱਜ ਪੰਜਾਬੀ ਬਾਹਰ ਜਾ ਰਹੇ ਹੈ ਇਹ ਬਿਨਾਂ ਸੋਚੇ ਕਿ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਸਾਡੇ ਬੱਚਿਆਂ ਦਾ ਕੀ ਹਾਲ ਹੋਣਾ। ਆਇਲ ਸੈਂਟਰ ਬਾਰੇ ਜਿਸ ਤਰ੍ਹਾਂ ਇਹਨਾਂ ਨੇ ਟਿੱਪਣੀ ਕੀਤੀ ਹੈ ਕਿ ਇਹ ਆਸ਼ਕੀ ਦਾ ਅੱਡਾ ਜ਼ਿਆਦਾ ਬਣ ਗਿਆ, ਪੜ੍ਹਾਈ ਘੱਟ ਹੁੰਦੀ ਹੈ ਇੱਥੇ, ਪਰ ਪੰਜਾਬ ਨੂੰ, ਪੰਜਾਬ ਦੇ ਬੁੱਧੀਜੀਵੀਆਂ ਨੂੰ ਇਹ ਸੋਚਣਾ ਪਊਗਾ, ਦਾਨਿਸ਼ਵਰਾਂ ਨੂੰ ਇਹਦੇ 'ਤੇ ਲਿਖਣਾ ਪਊਗਾ, ਕਿਉਂਕਿ ਸਮੇਂ ਦੇ ਦਾਨਿਸ਼ਵਰਾਂ ਨੇ ਜੇ ਇਹਦੇ 'ਤੇ ਨਹੀਂ ਲਿਖਿਆ ਤਾਂ ਇਤਿਹਾਸ ਹਮੇਸ਼ਾ ਹੀ ਅਸੀਂ ਅੱਜ ਪੁਣਦੇ ਹਾਂ ਅਤੇ ਭਵਿੱਖ 'ਚ ਜਾ ਕੇ ਅੱਜ ਦੀ ਸਾਨੂੰ ਜਿਹੜੇ ਦਾਨਿਸ਼ਵਰ ਨੇ ਉਹਨਾਂ ਨੂੰ ਗਾਲਾਂ ਕੱਢਣ ਨੂੰ ਲੋਕ ਤਿਆਰ ਰਹਿਣਗੇ, ਕਿਉਂਕਿ ਤੁਸੀਂ ਸੱਚ ਜਿਹੜਾ ਉਹ ਨਹੀਂ ਬੋਲਿਆ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਜਲੰਧਰ। ਇਸ ਜਿਹੜੀ ਇੰਡਸਟਰੀ ਉਹਦੇ ਵਿੱਚ ਬਹੁਤ ਵੱਡਾ ਹੋ ਚੁੱਕਿਆ ਹੈ। ਅਸੀਂ ਅੱਜ ਗੱਲਬਾਤ ਕਰਾਂਗੇ ਵਿਨੇ ਹਰੀ ਦੇ ਨਾਲ ਤੇ ਜੋ ਲੁੱਟਿਆ ਜਾ ਰਿਹਾ ਹੈ, ਕੀ ਸੱਚ ਕੀ ਹੈ? ਸੱਚ ਇਹ ਹੈ ਜੀ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਵੀ ਕਿਸੇ ਨੇ ਵਿਦੇਸ਼ ਦੇ ਵਿੱਚ ਜਾਣਾ, ਉਹ ਜਦੋਂ ਕਿਸੇ ਏਜੰਟ ਦੇ ਕੋਲ ਜਾਂਦਾ ਉਹਨੂੰ ਲੱਗਦਾ ਕਿ ਪਤਾ ਨਹੀਂ ਵੀਰਾ ਵੀਜ਼ਾ 100% ਹੀ ਲੱਗ ਜਾਣਾ। ਬੇਸਿਕ ਪ੍ਰੋਬਲਮ ਕਿੱਥੇ ਹੈਗੀ ਹੈ ਕਿ ਸਾਡੇ ਲੋਕ ਐਲੀਜੀਬਲ ਨਹੀਂ ਹੈਗੇ, ਉਹ ਜਦੋਂ ਕਿਸੇ ਏਜੰਟ ਕੋਲ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਏਜੰਟ ਨੇ ਕੇਸ ਫੜ ਲਿਆ ਤਾਂ ਮੇਰਾ ਵੀਜ਼ਾ ਲੱਗ ਜਾਣਾ। ਬਾਕੀ ਜਿੱਥੇ ਤੱਕ ਗੱਲ ਲੁੱਟਦੀ ਹੈਗੀ ਹੈ, ਜੋ ਸਾਡੀ ਕੰਪਨੀ ਦਾ ਸਾਡਾ ਆਪਣਾ ਸਿਸਟਮ ਹੈ, ਅਸੀਂ ਪਿਛਲੇ 3 ਸਾਲਾਂ 'ਚ ਕਿਸੇ ਵੀ ਕਲਾਇੰਟ ਕੋਲ ਕੋਈ ਪੈਸੇ ਐਡਵਾਂਸ ਨਹੀਂ ਲਏ। ਪੈਸੇ ਜਿਹੜਾ ਬੰਦਾ ਐਡਵਾਂਸ ਲੈਂਦਾ ਪੈਸਿਆਂ ਨਾਲ ਠੱਗੀ ਹੁੰਦੀ ਹੈ। ਜਦੋਂ ਕਿਸੇ ਜਗ੍ਹਾ ਦੇ ਉੱਤੇ ਪੈਸੇ ਇਨਵੋਲਵ ਨਹੀਂ ਹੈਗੇ ਤਾਂ ਠੱਗੀ ਕਿੱਦਾਂ ਹੋ ਸਕਦੀ ਆ? ਬਾਕੀ ਜਦੋਂ ਲੁਟੇਰਿਆਂ ਦੀ ਗੱਲ ਕਰਦੇ ਹਾਂ, ਅੱਜ ਅਸੀਂ ਪ੍ਰਸ਼ਾਸਨ ਦੇ ਵਿੱਚ ਵੀ ਦੇਖਦੇ ਹਾਂ, ਅੱਜ ਰੇਡਸ ਹੋ ਰਹੀਆਂ ਵੱਖਰੇ ਵੱਖਰੇ ਇਮੀਗ੍ਰੇਸ਼ਨ ਏਜੰਟਾਂ ਦੇ ਉੱਤੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ। ਰੀਸੈਂਟਲੀ ਜਲੰਧਰ ਦੇ ਵਿੱਚ 20-22 ਲੋਕਾਂ ਨੂੰ, ਕਹੋ ਉਹਨਾਂ 'ਤੇ ਕੇਸ ਵੀ ਦਰਜ ਕੀਤਾ ਗਿਆ। ਕੌਣ ਨੇ ਇਹ ਲੋਕ, ਇਹ ਜਾਣਨਾ ਜ਼ਿਆਦਾ ਜ਼ਰੂਰੀ ਹੈ ਕਿ ਲੁਟੇਰਾ ਕੌਣ ਹੈਗਾ ਵੈ, ਹੋ ਕੀ ਰਿਹਾ ਵੈ। ਅੱਜ ਜੇ ਮੈਂ ਕੰਮ ਕਰਦਾ ਪਿਆ ਤਾਂ ਮੈਂ ਜਲੰਧਰ ਦਾ ਵਾਸੀ ਹਾਂ, ਮੇਰਾ ਜਨਮ ਜਲੰਧਰ ਦਾ ਵੈ, ਔਰ ਮੈਂ ਜਿਹੜਾ ਕਾਰੋਬਾਰ ਕਰਦਾ ਪਿਆ, ਮੇਰੀ ਇਹ ਪ੍ਰਾਈਵੇਟ ਲਿਮਿਟਡ ਕੰਪਨੀ ਹੈ, ਔਰ ਮੈਂ ਅੱਜ ਤੋਂ 10 ਸਾਲ ਪਹਿਲਾਂ ਵਪਾਰ ਕੀਤਾ ਸੀ ਸ਼ੁਰੂ, ਔਰ ਮੇਰੇ ਕੋਲ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਲਾਇਸੈਂਸ ਵੀ ਹੈ, ਔਰ ਜਿੱਥੇ ਮੈਂ 10 ਸਾਲ ਪਹਿਲਾਂ ਦਫ਼ਤਰ ਸ਼ੁਰੂ ਕੀਤਾ ਸੀ ਅੱਜ ਵੀ ਮੇਰਾ ਉੱਥੇ ਹੀ ਦਫ਼ਤਰ ਹੈ। ਜਦੋਂ ਮੈਂ ਲੁਟੇਰਿਆਂ ਦੀ ਗੱਲ ਕਰਦਾ, ਹੋ ਕੀ ਰਿਹਾ ਵੈ ਦਿੱਲੀ? ਲੋਕ ਸਵਾਲ ਕਰਦੇ ਆ ਨਾ ਵਿਨੇ ਹਰੀ, 10 ਸਾਲ ਪਹਿਲਾਂ ਜਦੋਂ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਅੱਜ 'ਚ ਬਹੁਤ ਫਰਕ ਆ ਗਿਆ ਨਾ, ਵਿਨੇ ਹਰੀ ਬਹੁਤ ਵੱਡਾ ਨਾਮ ਬਣ ਗਿਆ, ਹੁਣ ਇੰਨੇ ਦਫ਼ਤਰ ਹੋ ਗਏ। ਲੋਕ ਸਵਾਲ ਤਾਂ ਕਰਨਗੇ ਨਾ, ਕਿੱਥੋਂ ਆ ਰਿਹਾ ਸਭ ਕੁਛ, ਕੀ ਹੋ ਰਿਹਾ, ਇਹ ਚੀਜ਼ਾਂ ਤਾਂ ਸਾਹਮਣੇ ਆਉਂਦੀਆਂ, ਲੋਕ ਜਵਾਬ ਮੰਗਦੇ ਆ। ਸਕਸੈਸ ਰੇਟ ਤੇ ਕੰਮ ਕਰਦੇ ਆ ਜੀ, ਕੋਈ ਵੀ ਇਨਸਾਨ ਜਦੋਂ ਕੰਮ ਕਰਦਾ ਵਾ ਉਹਨੂੰ ਜਦੋਂ ਰਿਜ਼ਲਟ ਮਿਲਦਾ ਵਾ ਤੇ ਉਹਨੇ ਅਲਟੀਮੇਟਲੀ ਗਰੋ ਹੋਣਾ। ਇੱਕ ਕਾਰੋਬਾਰ ਦੀ ਸ਼ੁਰੂਆਤ ਕੀਤੀ ਕਿ 10 ਸਾਲ ਦੇ ਵੇ ਪਹਿਲਾਂ, 10 ਸਾਲ ਪਹਿਲਾਂ ਅਸੀਂ ਕਾਰੋਬਾਰ ਸ਼ੁਰੂ ਕੀਤਾ, ਉਹ ਅਲਟੀਮੇਟਲੀ ਸਾਡੀ ਟੀਮ ਨੇ ਮਿਹਨਤ ਕੀਤੀ, ਅੱਜ ਅੱਗੇ ਅਸੀਂ 1 ਦਫ਼ਤਰ ਸੀਗਾ ਸਾਡੇ, ਅੱਜ ਸਾਡੇ 4 ਦਫ਼ਤਰ ਹੈ। ਮੈਂ ਤੁਹਾਡੀ ਲੁਟੇਰਿਆਂ ਵਾਲੀ ਗੱਲ ਖਤਮ ਕਰਦਾ ਕਿ ਅੱਜ ਕੀ ਹੋ ਕੀ ਰਿਹਾ ਵਾ ਇੰਡਸਟਰੀ ਦੇ ਵਿੱਚ।
ਬਹੁਤ ਸਾਰੀਆਂ ਬਾਹਰਲੀਆਂ ਸਟੇਟਾਂ ਦੇ ਲੋਕ ਅੱਜ ਪੰਜਾਬ ਦੇ ਵਿੱਚ ਆ ਕੇ ਠੱਗੀ ਕਰਦੇ ਪਏ ਆ। ਅਸੀਂ ਆਏ ਦਿਨ ਦੇਖਦੇ ਹਾਂ ਵਰਕ ਪਰਮਿਟ ਦੀ ਐਡ ਆਉਂਦੀ ਹੈ, ਇੱਕ ਐਡ ਨੂੰ ਪ੍ਰਸ਼ਾਸਨ ਬੰਦ ਕਰਾਉਂਦਾ, ਇੱਕ ਬੰਦੇ 'ਤੇ ਪਰਚਾ ਦਰਜ ਕਰਦਾ, ਨਾਲ ਦੀ ਨਾਲ ਉਹੀ ਬੰਦਾ ਅਗਲੇ ਦਿਨ ਦੁਬਾਰਾ ਫਿਰ ਨਵਾਂ ਦਫ਼ਤਰ ਖੋਲ੍ਹ ਲੈਂਦਾ। ਅੱਜ ਪ੍ਰਸ਼ਾਸਨ ਨੇ ਬਹੁਤ ਸਾਰੇ ਬੰਦੇ ਚੁੱਕ ਕੇ ਅੰਦਰ ਦੇ ਦਿੱਤੇ। ਉਹ ਕੌਣ ਨੇ ਬੰਦੇ ਚੈੱਕ ਤਾਂ ਕੀਤਾ ਜਾਏ, ਕੋਈ ਦਿੱਲੀ ਦਾ ਬੰਦਾ ਵਾ, ਕੋਈ ਮੋਹਾਲੀ ਦਾ ਬੰਦਾ, ਕੋਈ ਵੱਖਰੀਆਂ ਵੱਖਰੀਆਂ ਸਟੇਟਾਂ ਤੋਂ ਲੋਕ ਪੰਜਾਬ ਦੇ ਵਿੱਚ ਮਾਈਗ੍ਰੈਂਟ ਹੋਏ ਆ ਠੱਗੀ ਵਾਸਤੇ। ਅੱਜ ਹਰਿਆਣੇ ਦੇ ਸੂਬਿਆਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ 150 ਤੋਂ 200 ਤੋਂ ਵੱਧ ਏਜੰਟ ਜਿਹੜੇ ਹਰਿਆਣੇ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਪੰਜਾਬ ਦੇ ਵਿੱਚ ਆਪਦੀਆਂ ਬ੍ਰਾਂਚਾਂ ਖੋਲ੍ਹੀਆਂ ਹੋਈਆਂ, ਅਤੇ 200 ਤੋਂ 250 ਕੰਪਨੀਆਂ ਜਿਹੜੀਆਂ ਕਿ ਦਿੱਲੀ ਦੀਆਂ ਵੈ ਜਾਂ ਮਹਾਰਾਸ਼ਟਰ ਦੀਆਂ ਵੈ ਜਾਂ ਬਹੁਤ ਸਾਰੇ ਰੀਸੈਂਟਲੀ ਪਰਚੇ ਵੀ ਹੋਏ, 3-4 ਕੰਪਨੀਆਂ ਹੀ ਸਾਰੀਆਂ, ਮਾਲਕ ਹੀ ਕੋਈ ਦਿੱਲੀ ਬੈਠਾ ਵਾ, ਕੋਈ ਕਲਕੱਤੇ ਬੈਠਾ ਵਾ, ਪੰਜਾਬੀਆਂ ਨੂੰ ਲੁੱਟਿਆ ਜਾ ਰਿਹਾ ਇੱਥੇ ਆ ਕੇ, ਪੰਜਾਬ ਦੇ ਵਿੱਚ ਪੈਸੇ ਐਡਵਾਂਸ ਲਏ ਜਾ ਰਹੇ ਆ। ਹੁੰਦਾ ਕੀ ਹੈ ਕਿ ਜਦੋਂ ਵੀ ਕੋਈ ਕਲਾਇੰਟ ਇੱਕ ਵਿਊਅਰ ਸਾਡੇ ਜਿੰਨੇ ਕੁ ਵੀ ਨੇ, ਅੱਜ ਤੁਸੀਂ ਵੀ ਕੰਮ ਕਰਦੇ ਜੇ ਤੁਹਾਨੂੰ ਵੀ ਪਤਾ ਜੇ ਕਿਸੇ ਨੇ ਬੱਚੇ ਨੇ ਬਾਹਰ ਜਾਣਾ ਤਾਂ ਅਲਟੀਮੇਟਲੀ ਉਹ ਕਿਸੇ ਨਾ ਕਿਸੇ ਏਜੰਟ ਕੋਲ ਜਾਊਗਾ, ਆਪ ਤਾਂ ਫਾਈਲ ਲਾਣੋ ਲਿਆ। ਅੱਜ ਕਿਸੇ ਵੀ ਏਜੰਟ ਕੋਲ ਜਾਂਦੇ ਹਾਂ, ਕੀ ਕਹਿੰਦਾ ਏਜੰਟ ਕਿ ਲਿਆਓ ਪਹਿਲਾਂ 25,000 ਰੁਪਈਆ ਦਿਓ, ਤੁਹਾਡੀ ਸਾਡੀ ਰਜਿਸਟਰੇਸ਼ਨ ਫੀਸ ਹੈ। ਕਿੰਨੇ ਕੁ ਲੋਕ ਨੇ ਅੱਜ ਦੀ ਡੇਟ 'ਚ ਜਿਹੜੇ ਕਹਿੰਦੇ ਆ ਕਿ ਜੀ ਮੈਂ ਵੀਜ਼ਾ ਲਵਾ ਕੇ ਪੈਸੇ ਲੈ ਲਵਾਂਗਾ। ਜਦੋਂ ਕਿਸੇ ਇਨਸਾਨ ਨੇ 20,000-25,000 ਰੁਪਇਆ ਪਹਿਲਾਂ ਹੀ ਲੈ ਲਿਆ, ਉਹਦਾ ਤਾਂ ਮਕਸਦ ਖਤਮ ਹੋ ਗਿਆ ਜੀ। ਇੱਕ ਪੰਜਾਬ ਗੌਰਮੈਂਟ ਤੋਂ ਲਾਇਸੈਂਸ ਲੈਣਾ 25,000 ਰੁਪਈਆ ਲਾਇਸੈਂਸ ਦੀ ਫੀਸ ਹੈ, ਜੇ ਦਫ਼ਤਰ 'ਤੇ 2-4-5 ਲੱਖ ਰੁਪਈਆ ਲੱਗ ਵੀ ਗਿਆ ਤਾਂ ਅਲਟੀਮੇਟਲੀ 10 ਲੱਖ ਰੁਪਈਏ 'ਚ ਠੱਗੀ ਦੀ ਦੁਕਾਨ ਸ਼ੁਰੂ ਹੋ ਗਈ। 10,000 ਲੈ ਲਿਆ ਤੁਸੀਂ, ਕਹਿ ਰਹੇ ਹੋ ਤੁਸੀਂ ਠੀਕ ਹੋ, ਬਾਕੀ ਸਾਰੇ ਗਲਤ ਹੈ। ਦੇਖੋ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ, ਮੇਰੇ 'ਤੇ ਇਲਜ਼ਾਮ ਲੱਗਦੇ ਆ, ਮੇਰੇ 'ਤੇ ਇਲਜ਼ਾਮ ਲੱਗਦੇ ਆ ਕਿ ਸਾਡੇ ਕੋਲ ਪੈਸੇ ਪਹਿਲਾਂ ਲੈ ਲਏ, ਵੀ ਭਾਈ ਜੇ ਕਿਸੇ ਨੇ ਪਹਿਲਾਂ ਪੈਸੇ ਲਏ ਤਾਂ ਸਾਡੇ ਕੋਲ ਆਉਂਦਾ ਕਿਉਂ ਨਹੀਂ ਕੋਈ, ਸਾਡੀ ਕੋਈ ਕੰਪਲੇਂਟ ਕਿਉਂ ਨਹੀਂ ਕਰਦਾ ਪ੍ਰਸ਼ਾਸਨ ਨੂੰ ਜਾ ਕੇ। ਕਹਿ ਰਹੇ ਹੋ ਕਿ ਜਿਹੜੇ ਗਲਤ ਕੰਮ ਹੋ ਰਹੇ ਆ, ਜਿਹੜੇ ਫੜੇ ਗਏ ਆ, ਉਹ ਬਾਹਰੋਂ ਆ ਰਹੇ, ਉਹ ਪੰਜਾਬੀ ਨਹੀਂ ਹੈਗੇ, ਮਹਾਰਾਸ਼ਟਰ ਤੋਂ ਬਾਹਰੋਂ ਆ ਰਹੇ। ਜ਼ਿਆਦਾਤਰ ਅੱਜ ਜ਼ਿਆਦਾਤਰ ਠੱਗੀ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਵਾਲੇ ਲੋਕ ਆ ਕੇ ਕਰਦੇ ਪਏ ਆ। ਪਰ ਇਹਦਾ ਕੀ ਕਾਰਨ ਹੈ ਕਿ ਬਾਹਰ ਵਾਲਿਆਂ ਨੂੰ ਲੱਗ ਰਿਹਾ ਵੀ ਪੰਜਾਬੀਆਂ ਨੂੰ ਮੂਰਖ ਬਣਾਉਣਾ ਇੰਨਾ ਸੌਖਾ ਹੋ ਗਿਆ? ਅੱਜ ਦੀ ਡੇਟ 'ਚ ਸਾਡੇ ਲੋਕ ਵੀਜ਼ੇ ਦੇ ਚੱਕਰ ਦੇ ਵਿੱਚ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਆ। ਬੱਚਾ ਐਲੀਜੀਬਲ ਨਹੀਂ ਆ, ਤੁਸੀਂ ਉਹਨੂੰ ਕਹਿ ਦਿਓ ਹਾਂ ਵੀ ਐਲੀਜੀਬਲ ਆ, 1.5 ਲੱਖ ਰੁਪਈਆ ਲੱਗੂਗਾ, ਇਹ ਪੈਸੇ ਵਾਪਸ ਨਹੀਂ ਹੋਣਗੇ। ਫੰਡ ਸ਼ੋਅ ਕਰਨ ਦੇ ਨਾਂ ਤੇ ਲੋਕੀ 2-2 ਲੱਖ ਰੁਪਈਆ ਲਈ ਜਾ ਰਹੇ ਆ। ਮੈਂ ਨਹੀਂ ਕਹਿੰਦਾ ਮੈਂ ਬਹੁਤ ਵਧੀਆ ਹੈਗਾ, ਤੁਸੀਂ ਵੀ ਮੀਡੀਆ ਦਾ ਕੰਮ ਕਰਦੇ ਹੋ, ਤੁਸੀਂ ਵੀ ਰਿਸਰਚ ਕਰ ਸਕਦੇ ਹੋ। ਅੱਜ ਪੂਰੇ ਪੰਜਾਬ ਦੇ ਵਿੱਚ ਮੈਨੂੰ ਕੋਈ 4-5-8-10 ਬੰਦੇ ਲੱਭ ਕੇ ਦਿਖਾਓ ਜਿਹੜੇ ਕਹਿਣ ਕਿ ਅਸੀਂ ਵੀਜ਼ੇ ਤੋਂ ਬਾਅਦ ਪੈਸੇ ਲੈਂਦੇ ਹਾਂ। ਅੱਜ ਪੰਜਾਬ ਸਰਕਾਰ ਨੇ, ਜੇ ਮੈਂ ਜਲੰਧਰ ਦੀ ਗੱਲ ਕਰਾਂ, ਜਲੰਧਰ 'ਚ 350 ਤੋਂ 400 ਲਾਇਸੈਂਸ ਇਸ਼ੂ ਹੋ ਗਿਆ। ਮੈਂ ਨਹੀਂ ਕਹਿੰਦਾ ਮੈਂ ਬਹੁਤ ਵਧੀਆ ਹੈਗਾ। ਫਿਰ ਕੀ ਗੇਮ ਹੈ ਉਹ, ਗੇਮ ਕੀ ਖੇਡ ਰਿਹਾ ਉਹ? ਭਾਜੀ ਸਿੱਧੀ ਸਿੱਧੀ ਗੇਮ ਹੈ ਕਿ ਜਿਹੜਾ ਬੰਦਾ ਆਇਆ ਲਿਆਓ 10,000 ਰੁਪਈਆ ਮੱਥਾ ਟੇਕੋ। ਅੱਜ ਤੁਸੀਂ ਡਾਕਟਰ ਕੋਲ ਜਾਂਦੇ ਹੋ, ਇੱਕ MBBS MD ਡਾਕਟਰ ਕੋਲ ਵੀ ਜਾਂਦੇ ਹੋ, ਉਹਦੀ ਫੀਸ 200 ਰੁਪਇਆ 500 ਰੁਪਇਆ ਹੁੰਦੀ ਹੈ। ਇੱਕ ਏਜੰਟ ਦੀ ਫੀਸ ਸ਼ੁਰੂ 10,000 ਰੁਪਏ ਤੋਂ ਹੁੰਦੀ ਹੈ। ਵੀਜ਼ਾ ਲੱਗੇ ਨਾ ਲੱਗੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼ਾਇਦ ਇਹਦਾ ਵੀਜ਼ਾ ਨਹੀਂ ਲੱਗੂਗਾ, ਫਿਰ ਵੀ ਉਹ 10,000 ਜਮ੍ਹਾਂ ਕਰ ਲੈਂਦੇ। ਵੀਰ ਜੀ, 99% ਲੋਕਾਂ ਦਾ ਕਾਰੋਬਾਰ ਇਹ ਹੈ, ਮੈਂ ਕੋਈ 1% ਨਹੀਂ ਕਹਿ ਰਿਹਾ। ਅੱਜ 99% ਦੁਕਾਨਾਂ ਚੱਲਦੀਆਂ ਇਹਦੇ 'ਤੇ ਪਈਆਂ ਕਿ ਆ 10,000 ਦੇ ਜਾ, 20,000 ਦੇ ਜਾ, 50,000 ਦੇ ਜਾ। ਹੁਣ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵਧੀਆ ਕਰਦਾ ਪਿਆ। ਜਿਹੜੇ ਬੋਰਡ ਲੱਗੇ ਹੁੰਦੇ ਆ, ਜਿਹੜੇ ਵੀਜ਼ਾ ਦਫ਼ਤਰ 'ਚ ਜਾਈਦਾ, ਵੀਜ਼ਾ ਪਾਸਪੋਰਟ ਵਾਲੀਆਂ ਫੋਟੋਆਂ ਲਾ ਕੇ 10-20 ਉਹ ਲਾ ਰੱਖੇ ਨੇ, ਸਕਸੈਸ ਰੇਟ ਸਾਡਾ 100% ਹੈ, ਉਹ ਦਾਅਵੇ ਫਿਰ ਆਪਾਂ ਸਕਸੈਸ ਰੇਟ ਦੀ ਤਾਂ ਗੱਲ ਹੀ ਨਹੀਂ ਕਰਦੇ ਪਏ ਨਾ ਜੀ। ਇੱਥੇ ਗੱਲ ਹੁੰਦੀ ਵੀ ਪਹਿਲਾਂ ਠੱਗੀ ਦੀ, ਮੈਂ ਸਕਸੈਸ ਰੇਟ 'ਤੇ ਤੁਹਾਡੇ ਕੋਲ ਬਾਅਦ 'ਚੋਂ ਆਉਣਾ, ਤੁਸੀਂ ਜਲੰਧਰੋਂ ਅੰਮ੍ਰਿਤਸਰ ਜਾਣਾ। ਪਰ ਠੱਗੀ ਤਾਂ ਹੀ ਹੁੰਦੀ ਹੈ ਨਾ, ਜਦੋਂ ਇੱਕ ਮੇਰੇ ਵਰਗਾ ਆਮ ਵਿਅਕਤੀ ਜਦੋਂ ਜਾਂਦਾ ਹੈ, ਦੇਖਦਾ ਕਿ ਇਹਦਾ 100% ਸਕਸੈਸ ਰੇਟ ਹੈ, ਮੈਂ ਇਹਨੂੰ 10,000 ਦੇਊਂਗਾ, ਮੇਰੇ ਮੁੰਡੇ ਦਾ ਜਾਂ ਮੇਰਾ ਵੀਜ਼ਾ 100% ਲੱਗਣਾ ਹੀ ਲੱਗਣਾ ਹੈ, ਫਿਰ ਠੱਗੀ ਕਿੱਥੇ ਹੁੰਦੀ ਹੈ ਜੀ? ਠੱਗੀ ਉੱਥੇ ਹੋ ਰਹੀ ਕਿ ਬੰਦੇ ਦਾ ਵੀਜ਼ਾ ਲੱਗਾ ਨਹੀਂ, ਅਸੀਂ 10,000 ਰੁਪਏ ਲੈ ਲਿਆ, 100% ਜ਼ਿੰਮੇਵਾਰੀ ਗਰੰਟੀ ਕੌਣ ਲੈ ਸਕਦਾ? ਤੁਹਾਨੂੰ ਲੱਗਦਾ ਲੈ ਸਕਦਾ? ਦੋ ਬੰਦੇ ਲੈ ਸਕਦੇ ਜੀ, ਇੱਕ ਗੋਡ ਲੈ ਸਕਦਾ, ਇੱਕ ਫਰੌਡ ਲੈ ਸਕਦਾ। ਵਿਨੇ ਹਰੀ ਨਹੀਂ ਲੈਂਦਾ? ਨਹੀਂ, ਵਿਨੇ ਹਰੀ ਨੇ ਅੱਜ ਤੱਕ ਨਹੀਂ ਪੈਸੇ ਲਏ ਜੀ ਕਿਸੇ ਕੋਲ। 100% ਗਰੰਟੀ ਵੀ ਨਹੀਂ, 100% ਗਰੰਟੀ ਵਾਲਾ ਕੋਈ ਕੰਮ ਨਹੀਂ ਹੈਗਾ ਜੀ ਸਾਡੇ ਕੋਲ। ਅਸੀਂ ਬੱਚੇ ਦਾ ਕੇਸ ਅਪਲਾਈ ਕਰਦੇ ਹਾਂ, ਸਾਡਾ ਮਕਸਦ ਅਪਲਾਈ ਕਰਨ ਦਾ ਵੈ, ਸਾਡਾ ਮਕਸਦ ਬੱਚੇ ਨੂੰ ਉਹਦੀ ਸਕਸੈਸ ਦਿਵਾਉਣ ਤੱਕ ਹੈ। ਅਸੀਂ ਬੱਚੇ ਦੇ ਉੱਤੇ ਕੰਮ ਕਰਦੇ ਹਾਂ, ਅਸੀਂ ਉਹਦੇ ਕੇਸ ਦੀ ਚੰਗੀ ਐਡਮਿਸ਼ਨ ਕਰਾਉਂਦੇ ਹਾਂ, ਅਸੀਂ ਉਹਦਾ ਚੰਗੀ ਯੂਨੀਵਰਸਿਟੀ 'ਚ ਦਾਖਲਾ ਕਰਾ ਕੇ ਉਹਦੀ ਵੀਜ਼ੇ ਦੀ ਫਾਈਲ ਅਪਲਾਈ ਕਰਦੇ ਹਾਂ, ਵੀਜ਼ੇ ਸਾਡੇ ਵੀ ਸਾਰੇ ਨਹੀਂ ਲੱਗਦੇ। ਤੁਸੀਂ 100% ਦੀ ਗੱਲ ਕਹਿੰਦੇ ਹੋ, ਮੈਂ ਔਨ ਏਅਰ TV 'ਤੇ ਕਹਿਣ ਨੂੰ ਤਿਆਰ ਹਾਂ, ਮੇਰਾ ਰਿਜ਼ਲਟ ਵੀ 50% ਤੋਂ ਘੱਟ ਹੈ। ਪਰ ਫਿਰ ਉਹ ਦਾਅਵੇ ਕਿਹਦੇ ਹੈ? ਬਹੁਤ ਬਹੁਤ ਐਡਸ ਚੱਲਦੀਆਂ, ਬੜਾ ਹਰ ਪਾਸੇ ਦਾਵਾ ਹੁੰਦਾ 100%, 100% ਵਿੱਚ ਲਿਖਿਆ ਵਾ 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਪਰ ਇਹ ਬਹੁਤ ਵੱਡੀ ਸਟੇਟਮੈਂਟ ਹੈ, ਵਿਨੇ ਹਰੀ ਇਹ ਗੱਲ ਕਹਿ ਰਹੇ ਕਿ ਮੈਂ 50% ਤੋਂ ਘੱਟ ਹੈ, ਤੁਸੀਂ ਮੰਨ ਰਹੇ ਹੋਏਗਾ ਸਕਸੈਸ ਰੇਟ 50% ਤੋਂ ਘੱਟ ਹੈ ਜੀ। ਔਨ ਏਅਰ ਕਿਹੜਾ ਬੰਦਾ ਕਹਿੰਦਾ ਮੇਰੇ 100% ਵੀਜ਼ੇ ਨਹੀਂ ਲੱਗਦੇ? ਕਿਉਂ ਨਹੀਂ ਲੱਗਦੇ? ਕਿਉਂਕਿ ਮੈਂ ਹਰ ਬੱਚੇ ਦਾ ਵੀਜ਼ਾ ਅਪਲਾਈ ਕਰਦਾ।
ਸਾਡੇ ਕੋਲ ਉਹ ਵੀਜ਼ੇ ਲੱਗਦੇ ਜੋ ਲੋਕ ਕਦੀ ਬਾਹਰ ਜਾ ਨਹੀਂ ਸਕਦੇ, ਜੋ ਲੋਕ ਡੀਮੋਰਲਾਈਜ਼ ਹੋ ਕੇ ਬੈਠੇ ਹੋਏ ਆ। ਬੰਦੇ ਨੂੰ ਪਤਾ ਹੁੰਦਾ ਮੇਰਾ ਅੰਦਰ ਕੋਈ ਨਾ ਕੋਈ ਕਮੀ ਹੈ, ਹਰ ਇਨਸਾਨ 'ਚ ਕੋਈ ਚੀਜ਼ ਚੰਗੀ ਵੀ ਹੁੰਦੀ ਹੈ। ਸਾਡੀ ਟੀਮ ਰਿਸਰਚ ਕਰਦੀ ਹੈ, ਅਸੀਂ ਬੱਚੇ ਦੇ ਕਾਗਜ਼ ਦੇਖਦੇ ਹਾਂ, ਬੱਚਾ ਕਿਹੜੀ ਕੰਟਰੀ 'ਚ ਜਾ ਸਕਦਾ, ਇਹਦੇ ਅੰਦਰ ਕੀ ਕੀ ਖੂਬੀ ਹੈ ਜਿਹਦੇ ਕਰਕੇ ਵੀਜ਼ਾ ਲੱਗ ਸਕਦਾ। ਤੁਸੀਂ 100% ਦੀ ਗੱਲ ਕਰਦੇ ਹੋ, ਲੋਕ 100% ਦੇ ਦਾਅਵਾ ਕਰਦੇ ਆ। ਮੈਂ ਕਹਿੰਦਾ ਮੇਰਾ ਸਕਸੈਸ ਰੇਟ ਹੀ 50% ਤੋਂ ਘੱਟ ਆ, ਸਮ ਟਾਈਮ 25% 'ਤੇ ਰਹਿ ਜਾਂਦਾ। ਜਿਹੜੇ ਮਾਂ ਪਿਓ ਨੂੰ ਇਹ ਪਤਾ ਹੈ, ਜਿਹੜੇ ਇੱਕ ਦੋ ਜਗ੍ਹਾ ਤੋਂ ਰਿਜੈਕਟ ਹੋ ਗਏ, ਉਹਨਾਂ ਨੂੰ ਪਤਾ ਹੈ ਕਿ ਵੀਜ਼ਾ ਨਹੀਂ ਲੱਗਣਾ, ਉਹ ਫਿਰ ਵੀ ਤੁਹਾਡੇ ਕੋਲ ਆ ਰਹੇ ਹੈ, ਉਹਦੇ ਵੀ 25% ਵੀਜ਼ਾ ਲੱਗ ਗਿਆ ਜੀ। ਜਦੋਂ ਕਿਸੇ ਦਾ ਵੀਜ਼ਾ ਇੱਕ ਵਾਰ ਕਿਸੇ ਏਜੰਟ ਕੋਲ ਅਪਲਾਈ ਕੀਤਾ ਨਹੀਂ ਲੱਗਾ, ਉਹਨਾਂ ਸਕਸੈਸ ਉਹਨਾਂ ਕੇਸਾਂ 'ਚੋਂ ਵੀ ਅਸੀਂ 25 ਤੋਂ 30% ਰਿਜ਼ਲਟ ਲੈ ਲੈਂਦੇ ਹਾਂ। ਨਹੀਂ ਪਰ ਮੇਰਾ ਸਵਾਲ ਹੋਰ ਹੈ, ਮੇਰਾ ਸਵਾਲ ਹੈ ਕਿ ਕੀ ਉਹ ਮਾਂ ਪਿਓ ਕਸੂਰਵਾਰ ਹੈ ਜਿਹੜਾ 4-5 ਵਾਰੀ ਥਾਂ ਥਾਂ 'ਤੇ ਜਾ ਰਿਹਾ, ਉਹਨੂੰ ਪਤਾ ਹੈ ਵੀਜ਼ਾ ਨਹੀਂ ਲੱਗ ਸਕਦਾ, ਕਮੀਆਂ ਹੈ, ਸ਼ਾਇਦ ਕਿਸੇ ਬੱਚੇ ਦੇ ਬੈਂਡ ਨਹੀਂ ਪੂਰੇ ਹੋ ਰਹੇ ਜਾਂ ਪਰਸੈਂਟੇਜ ਸਹੀ ਨਹੀਂ ਹੈਗੀ, ਫਿਰ ਵੀ ਉਹਨਾਂ ਦੀ ਹੋੜ ਲੱਗੀ ਹੈ ਕਿ ਬਾਹਰ ਭੇਜਣਾ ਹੈ ਭੇਜਣਾ ਹੈ ਭੇਜਣਾ ਹੈ, ਕਿੱਥੇ ਕਮੀ ਕਿੱਥੇ ਹੈ, ਮਾਂ ਪਿਓ ਦੀ ਸੋਚ ਕਿੱਥੇ ਜਾ ਰਹੀ ਹੈ? ਕਮੀ ਦੋ ਪਾਸੇ ਹੈ ਜੀ। ਨੰਬਰ ਇੱਕ ਤਾਂ ਮਾਂ ਪਿਓ ਕਦੀ ਗਲਤ ਨਹੀਂ ਹੁੰਦਾ, ਕੋਈ ਵੀ ਮਾਂ ਬਾਪ ਕਦੀ ਇਹ ਨਹੀਂ ਚਾਹੁੰਦਾ ਕਿ ਉਹਦੇ ਬੱਚੇ ਦੇ ਨਾਲ ਗਲਤ ਹੋਵੇ। ਮਾਂ ਬਾਪ ਸ਼ਿਕਾਰ ਹੁੰਦਾ ਵੈ, ਸ਼ਿਕਾਰੀ ਨੇ ਜਾਲ ਫੈਲਾਇਆ ਹੋਇਆ ਵੈ, ਸ਼ਿਕਾਰੀ ਕਹਿੰਦਾ ਮੇਰੇ ਕੋਲ ਆਓ, ਮੈਨੂੰ 1.5 ਲੱਖ ਰੁਪਈਆ ਹੁੰਦੇ ਜੋ, ਤੁਹਾਨੂੰ 100% ਦੀ ਗਰੰਟੀ ਹੈ। ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੂੰਗਾ, ਮੈਂ ਜਿਹੜੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਆ ਉਹਨਾਂ ਦੇ ਮਾਂ ਬਾਪ ਨੂੰ ਵੀ ਕਹਿਣਾ ਚਾਹੂੰਗਾ, ਜਿਹੜਾ ਬੰਦਾ ਤੁਹਾਨੂੰ 100% ਦੀ ਗਰੰਟੀ ਦਿੰਦਾ ਉਹਨੂੰ ਪੈਸੇ ਨਾ ਐਡਵਾਂਸ ਦਿਓ। ਜਦੋਂ ਪੈਸੇ ਐਡਵਾਂਸ ਨਹੀਂ ਦਿੱਤੇ ਹੋਣਗੇ ਅਗਲਾ ਆਪਣੇ ਆਪ ਕੰਮ ਕਰਾਏਗਾ। ਹੁਣ ਕਮੀ ਕਿੱਥੇ ਹੈਗੀ ਹੈ? ਕਮੀ ਹੈਗੀ ਸਾਡੇ ਬੱਚੇ ਦੇ ਵਿੱਚ। ਸਾਡੇ ਬੱਚੇ ਦੇ ਨੰਬਰ ਆਏ ਨਹੀਂ, 60% ਨੰਬਰ ਚਾਹੀਦੇ ਅੱਜ ਕੈਨੇਡਾ ਜਾਣ ਨੂੰ, ਸਾਡੇ ਬੱਚੇ ਦੇ 40% ਆਏ ਆ। ਅਤੇ ਅਸੀਂ ਏਜੰਟ ਕੋਲ ਜਾ ਕਹਿੰਦੇ ਹਾਂ, ਅਗਲਾ ਕਹਿੰਦਾ ਹਾਂਜੀ ਹਾਂਜੀ ਵੀਜ਼ਾ ਦਾ 100% ਲੱਗ ਜੂਗਾ ਜੀ। 99.9% ਲੱਗ ਜਾਏਗਾ ਭਾਈ ਸਾਹਿਬ। ਇਹ ਭਾਈ ਸਾਹਿਬ ਜਿਹੜੇ ਲੋਕ ਬੋਲਦੇ ਨਾ, ਇਹ ਸਾਰੇ ਹਰਿਆਣਵੀ ਹੈ, ਇੱਥੇ ਲੁੱਟਣ ਆਏ ਹੋਏ ਆ। ਇਹਨਾਂ ਨੇ ਜਲੰਧਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਚੰਡੀਗੜ੍ਹ, ਮੋਹਾਲੀ 'ਚ ਇਹ ਲੋਕ ਸਿਰਫ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਆਏ ਹੋਏ ਆ। ਜ਼ਿਆਦਾਤਰ ਸਵਾਲ ਉਹੀ ਹੈ ਨਾ, ਮੈਂ ਏਜੰਟ ਔਰ ਤੁਹਾਡੇ ਬਿਜ਼ਨਸ ਤੋਂ ਪਾਸੇ ਹੋ ਕੇ ਤੁਹਾਨੂੰ ਐਜ਼ ਅ ਪੰਜਾਬੀ ਪੁੱਛ ਰਿਹਾ ਵੀ ਇਹ ਕਿਉਂ ਬੇਵਕੂਫ ਬਣ ਰਹੇ ਪੰਜਾਬੀ? ਯਾਰ ਮੈਂ ਤੁਹਾਨੂੰ ਦੱਸਦਾ ਮੈਂ ਕਿ 40% ਨੰਬਰ ਆਏ, ਪੜ੍ਹਾਈ 'ਚ ਨੰਬਰ ਘੱਟ ਆ ਗਏ, ਪੜ੍ਹਾਈ ਮਾਨਸਿਕਤਾ ਕਿਉਂ ਹੈ, ਜਾਣਾ ਕਿਉਂ ਹੈ, ਇੱਥੇ ਕਿਉਂ ਨਹੀਂ ਰਹਿ ਸਕਦੇ? ਅੱਜ ਦੀ ਡੇਟ ਦੇ ਵਿੱਚ ਬੱਚਾ ਪਰੇਸ਼ਾਨ ਹੋ ਰਿਹਾ ਕਿਉਂਕਿ ਹਰ ਕਿਸੇ ਦਾ ਕੋਈ ਨਾ ਕੋਈ ਜਾਣਨ ਵਾਲਾ ਕੈਨੇਡਾ ਪਹੁੰਚ ਗਿਆ। ਕੈਨੇਡਾ ਸਰਕਾਰ ਨੂੰ ਬੰਦਿਆਂ ਦੀ ਲੋੜ ਹੈ, ਉਹਨਾਂ ਦੀ ਜ਼ਿਆਦਾਤਰ ਪਾਪੂਲੇਸ਼ਨ ਇਸ ਟਾਈਮ ਬੁੜੀ ਹੋ ਚੁੱਕੀ ਹੈ, ਉਹਨਾਂ ਨੂੰ ਹੋਰ ਅਗਲੇ 2-3 ਸਾਲਾਂ 'ਚ 10 ਲੱਖ ਮਾਈਗ੍ਰੈਂਟ ਚਾਹੀਦਾ। ਉਹਨਾਂ ਨੂੰ ਪੰਜਾਬੀ ਵਧੀਆ ਲੱਗਦੇ ਆ, ਪੰਜਾਬੀ ਲੋਕ ਆਪਣੇ ਸਿਵਲਾਈਜ਼ਡ ਨੇ, ਜਾ ਕੇ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ, ਅਤੇ ਬਾਕੀ ਕੰਟਰੀਆਂ ਦੀਆਂ ਜਿਹੜੀਆਂ ਪਾਪੂਲੇਸ਼ਨ ਉਹਨਾਂ ਨਾਲੋਂ ਸਾਡੇ ਲੋਕ ਜ਼ਿਆਦਾ ਵਧੀਆ। ਅੱਜ ਕਹਿ ਰਹੇ ਹੋ ਪੰਜਾਬੀ ਸਿਵਿਲਾਈਜ਼ਡ ਹੈ, ਕਦੇ ਤੁਸੀਂ ਇਹ ਬਿਆਨ ਦੇ ਦਿੰਦੇ ਹੋ ਕਿ ਨਿਊਜ਼ੀਲੈਂਡ 'ਚ ਜਾ ਕੇ ਬੱਕਰੀਆਂ ਚਾਰਦੇ ਆ ਪੰਜਾਬੀ? ਦੇਖੋ ਨਿਊਜ਼ੀਲੈਂਡ ਦਾ ਇੱਕ ਇਸ਼ੂ ਸੀਗਾ ਜੀ, ਮੇਰੀ ਇੱਕ ਚੈਨਲ 'ਤੇ ਕੋਈ ਇੰਟਰਵਿਊ ਚੱਲਦੀ ਪਈ ਸੀ, ਮੈਂ ਕੋਈ ਲਾਈਵ ਦੇ ਜ਼ਰੀਏ ਕੋਈ ਗੱਲ ਕਰਦਾ ਪਿਆ ਸੀ, ਕਿਸੇ ਨੇ ਮੇਰੀਆਂ ਗੱਲਾਂ ਕੱਟ ਲਈਆਂ। ਹੁੰਦਾ ਕੀ ਸੀਗਾ, ਮੇਰੇ ਕੋਲ ਕਿਸੇ ਵਿਊਅਰ ਨੇ ਪੁੱਛਿਆ ਕਿ ਨਿਊਜ਼ੀਲੈਂਡ ਮੈਂ ਜਾਵਾਂ ਕਿ ਨਾ ਜਾਵਾਂ। ਹੁਣ ਨਿਊਜ਼ੀਲੈਂਡ ਦੇ ਵਿੱਚ ਲੋਕ ਕਰਦੇ ਕੀ ਪਏ ਆ ਅੱਜ ਦੀ ਡੇਟ ਦੇ ਵਿੱਚ? ਉਦੋਂ ਜੋ ਹਾਲਾਤ ਸੀਗੇ, ਜ਼ਿਆਦਾਤਰ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਪਈਆਂ। ਹੁਣ ਜਦੋਂ ਅਸੀਂ ਕਿਸੇ ਨੂੰ ਕੋਈ ਗਾਲ ਕੱਢਣੀ ਹੁੰਦੀ ਹੈ ਜਾਂ ਅਸੀਂ ਕਿਸੇ ਤੋਂ ਦੁਖੀ ਹੁੰਦੇ ਹਾਂ, ਅਸੀਂ ਜ਼ਰੂਰੀ ਨਹੀਂ ਕਿ ਉਹਨੂੰ ਗਾਲ ਹੀ ਕੱਢਣੀ ਹੁੰਦੀ, ਅਸੀਂ ਉਹਨੂੰ ਤਰੀਕੇ ਨਾਲ ਸਮਝਾ ਦਿੰਦੇ ਹਾਂ। ਹੁਣ ਮੇਰਾ ਬਖਸ਼ੇ ਨੂੰ ਇਹ ਕਹਿਣ ਦਾ ਮਕਸਦ ਸੀਗਾ ਕਿ ਉੱਥੇ ਅੱਜ ਦੀ ਡੇਟ 'ਚ ਜੋਬਸ ਅਵੇਲੇਬਲ ਨਹੀਂ ਹੈਗੀਆਂ। ਜ਼ਿਆਦਾਤਰ ਲੋਕ ਉੱਥੇ ਦੇ ਪਿੰਡਾਂ ਦੇ ਵਿੱਚ ਖੇਤੀਬਾੜੀ ਦੇ ਨਾਲ ਰਿਲੇਟਡ, ਭੇਡਾਂ ਦਾ, ਬੱਕਰੀਆਂ ਦਾ ਕਾਰੋਬਾਰ ਕਰਦੇ ਆ। ਇੱਕ ਚੰਗਾ ਪੜ੍ਹਿਆ ਲਿਖਿਆ ਬੱਚਾ, ਸ਼ਹਿਰ ਵਾਲਾ ਬੱਚਾ, ਜਿਹਦੇ ਚੰਗੇ ਆਇਲਸ ਦੇ ਬੈਂਡ ਆ, ਉਹ ਕਿਸੇ ਚੰਗੇ ਮੁਲਕ ਦੇ ਵਿੱਚ ਜਾ ਸਕਦਾ, ਉਹ ਉੱਥੇ ਨਾ ਜਾਵੇ ਕਿਉਂਕਿ ਉੱਥੇ ਦੀ ਸਰਕਾਰ ਦੀਆਂ ਪੋਲਿਸੀਆਂ ਮਾੜੀਆਂ ਸੀਗੀਆਂ ਉਸ ਟਾਈਮ 'ਤੇ। ਉੱਥੇ ਦੀ ਸਰਕਾਰ ਬੱਚਿਆਂ ਨੂੰ ਪੱਕਾ ਨਹੀਂ ਕਰਦੀ ਪਈ। ਲੋਕਾਂ ਨੇ ਉਸ ਮੁੱਦੇ ਨੂੰ ਉਠਾ ਲਿਆ ਕਿ ਨਹੀਂ ਜੀ, ਵਿਨੇਹਰੀ ਨੇ ਤਾਂ ਲੋਕਾਂ ਨੂੰ ਕਹਿ ਦਿੱਤਾ ਉੱਥੇ ਭੇਡਾਂ ਚਾਰਨ ਜਾਂਦੇ ਆ। ਸੱਚ ਕੀ ਹੈ? ਸੱਚ ਇਹ ਹੈ ਵੀ ਹਰ ਕੰਟਰੀ ਦੇ ਕੋਲ ਇੱਕ ਕੋਟਾ ਵੈ ਬੱਚੇ ਲਿਜਾਣ ਦਾ, ਇੱਕ ਮਾਦਾ ਵੈ। ਜਦੋਂ ਅਸੀਂ ਜ਼ਿਆਦਾ ਬੱਚੇ ਪਾ ਦਿੰਦੇ ਹਾਂ ਉਹ ਚੀਜ਼ ਬਲਾਸਟ ਹੋ ਜਾਂਦੀ ਹੈ। ਮੈਂ 2009 ਦਾ ਕੰਮ ਕਰਦਾ ਪਿਆ, ਮੈਂ 2009 ਦੀ ਤੁਹਾਨੂੰ ਦੱਸ ਦੇਣਾ। 2009 ਦੇ ਵਿੱਚ ਇੰਗਲੈਂਡ ਦਾ ਵੀਜ਼ਾ ਸ਼ੁਰੂ ਹੋਇਆ ਟੀਅਰ 4, ਕਹਿ ਲਓ ਜੇ ਪੰਜਾਬੀ 'ਚ ਕਹਾਂ ਟਰਾਲੀਆਂ ਭਰ ਭਰ ਕੇ ਵੀ ਲੋਕ ਗਏ ਤਾਂ ਥੋੜ੍ਹੇ ਸੀਗੇ। ਉਹ ਜਿੰਨੇ ਕੁ ਜ਼ਿਆਦਾ ਸਾਡੇ ਲੋਕ ਗਏ, ਕੀ ਹੋਇਆ, 2-4-5 ਸਾਲ ਬਾਅਦ ਉਹ ਸਿਸਟਮ ਬਲਾਸਟ ਹੋ ਗਿਆ। ਉਹ ਜਿੰਨੇ ਕੁ ਬੱਚੇ ਗਏ ਸੀ ਕਿਸੇ ਨੂੰ ਨੌਕਰੀ ਨਹੀਂ ਮਿਲੀ, ਮੈਕਸੀਮਮ ਲੋਕ ਵਾਪਸ ਆ ਗਏ ਜਾਂ ਉਹਨਾਂ ਨੇ ਵਾਪਸ ਕਰਤੇ। ਫਿਰ ਦੌਰ ਚੱਲਿਆ ਆਸਟ੍ਰੇਲੀਆ ਦਾ, ਆਸਟ੍ਰੇਲੀਆ ਨੇ ਦੇਖਿਆ ਕਿ ਮਾਈਗ੍ਰੈਂਟ ਚਾਹੀਦੇ ਆ, ਆਸਟ੍ਰੇਲੀਆ ਨੇ ਆਪਣੇ ਵੀਜ਼ੇ ਸ਼ੁਰੂ ਕੀਤੇ, ਸਾਡੇ ਲੋਕਾਂ ਨੇ ਪ੍ਰਮੋਸ਼ਨ ਸ਼ੁਰੂ ਕੀਤੀ, ਅਸੀਂ ਵੀ ਭੇਜੇ ਇੰਗਲੈਂਡ ਬੱਚੇ, ਅਸੀਂ ਵੀ ਆਸਟ੍ਰੇਲੀਆ ਭੇਜੇ। ਜਿੰਨੇ ਕੁ ਬੱਚੇ ਆਸਟ੍ਰੇਲੀਆ ਜਾ ਸਕਦੇ ਸੀ ਗਏ, ਅਲਟੀਮੇਟਲੀ ਆਸਟ੍ਰੇਲੀਆ ਨੇ ਵੀ ਬੰਦ ਕਰਤਾ। ਫਿਰ ਨਿਊਜ਼ੀਲੈਂਡ ਦੀ ਵਾਰੀ ਆਈ, ਨਿਊਜ਼ੀਲੈਂਡ ਦੀ ਸਰਕਾਰ ਚੇਂਜ ਹੋਈ, ਜਿੱਦਾਂ ਹੀ ਨਵੀਂ ਸਰਕਾਰ ਆਈ ਉਹਨੇ ਨਾਲ ਦੀ ਨਾਲ ਹੀ ਲੰਗਰ ਲਾਤੇ ਜੀ ਇੱਕ ਤਰ੍ਹਾਂ ਦੇ ਕਿ ਵਿਦਆਊਟ ਆਇਲਸ 'ਤੇ ਆ ਜਾਓ। ਹੁਣ ਵੀਜ਼ਾ ਕੌਣ ਦਿੰਦਾ? ਉੱਥੇ ਦੀ ਸਰਕਾਰ ਦਿੰਦੀ ਹੈ, ਅਤੇ ਜਦੋਂ ਵੀਜ਼ਾ ਦਿੰਦੇ ਆ ਉਦੋਂ ਪੰਜਾਬੀ ਬਹੁਤ ਵਧੀਆ ਵੈ, ਜਦੋਂ ਵੀਜ਼ਾ ਰਿਫਿਊਜ਼ ਹੋਣਾ ਸ਼ੁਰੂ ਕਰਦਾ ਉਦੋਂ ਸਾਡੇ 'ਚ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਆ। ਅੱਜ ਨਿਊਜ਼ੀਲੈਂਡ ਦੇ ਲੋਕ
ਦੇਖਣਾ ਪੈਣਾ ਕਿ ਸਾਡੇ ਲੋਕ ਕਰਨ ਕੀ ਜਾਂਦੇ ਆ, ਸੱਚ ਕੀ ਹੈ। ਅੱਜ ਲੋਕ ਕੈਨੇਡਾ ਜਾ ਰਹੇ ਸੀਗੇ ਦੜਾਦੜ SPP ਪ੍ਰੋਗਰਾਮ ਦੇ ਵਿੱਚ, ਅੱਜ ਕੈਨੇਡਾ ਨੇ ਰੂਲ ਚੇਂਜ ਕਰਤੇ। ਅੱਜ ਕੈਨੇਡਾ ਨੂੰ ਕੁਆਲਿਟੀ ਵਾਲਾ ਬੱਚਾ ਚਾਹੀਦਾ ਜਿਹਦੇ 6 ਬੈਂਡ ਈਚ ਆ, ਜਿਹੜਾ ਸਾਲ ਦੇ ਪੈਸੇ ਦੇ ਕੇ ਜਾ ਰਿਹਾ। ਇੱਕ ਪੰਜਾਬੀ ਸਟੂਡੈਂਟ ਕੈਨੇਡਾ ਵਾਸਤੇ ਗਾਹਕ ਹੈ। ਅੱਜ ਕੈਨੇਡਾ ਜਾਣਾ 15 ਲੱਖ ਰੁਪਈਆ ਉਹਨਾਂ ਨੂੰ ਦੇਣਾ ਪੈਣਾ ਪਹਿਲਾਂ। ਤੁਸੀਂ 15 ਲੱਖ ਰੁਪਈਏ ਦੇ ਗਾਹਕ ਕੈਨੇਡਾ ਸਰਕਾਰ ਦੇ, ਇਹ ਨਾ ਸੋਚੋ ਕਿ ਤੁਸੀਂ ਪੜ੍ਹਨ ਚੱਲੇ ਹੋ। ਕਿੰਨੇ ਕੁ ਲੋਕ ਅੱਜ ਪੜ੍ਹਨ ਜਾਂਦੇ ਆ ਜੀ ਵਿਦੇਸ਼ ਦੇ? ਨਹੀਂ ਨਹੀਂ ਪੜ੍ਹਨ ਜਾਂਦੇ ਉੱਥੇ ਬੱਚੇ। ਜੇ ਮੈਂ ਤੁਹਾਨੂੰ ਇਹ ਸਵਾਲ ਪੁੱਛਾਂ, ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹੋਣੇ ਕਿ ਜਿਹੜੇ ਵਿਦੇਸ਼ ਦੇ ਵਿੱਚ ਪੜ੍ਹਨਗੇ, ਅੱਜ ਲੋਕ ਭਾਅ ਜੀ ਪੜ੍ਹਨ ਘੱਟ ਜਾਂਦੇ ਆ। ਅੱਜ ਜ਼ਿਆਦਾਤਰ ਲੋਕ ਪੈਸਾ ਕਮਾਉਣ ਜਾ ਰਹੇ ਆ, ਪੈਸਾ ਕਮਾਉਣ ਦੀ ਇੱਕ ਦੌੜ ਲੱਗ ਚੁੱਕੀ ਹੈ। ਕੋਈ ਬੱਚਾ ਇੱਥੇ ਪੜ੍ਹਨਾ ਹੀ ਨਹੀਂ ਚਾਹੁੰਦਾ। ਦੇਖ ਲਓ +2 ਦਾ ਰਿਜ਼ਲਟ ਕੀ ਆ, 65% ਲੋਕ ਪਾਸ ਹੋਏ। ਅਸੀਂ ਕਦੀ ਅੱਜ ਤੱਕ ਸੋਚਿਆ ਸੀ ਕਿ ਪੰਜਾਬ ਸਕੂਲ ਐਜੂਕੇਸ਼ਨ ਦਾ ਬੋਰਡ ਦਾ ਰਿਜ਼ਲਟ 65% ਆਏਗਾ? 65% ਲੋਕ ਪਾਸ ਹੋਏ, 35% ਫੇਲ ਹੋ ਗਏ। ਬੱਚਿਆਂ ਦਾ ਪੜ੍ਹਾਈ ਦੇ ਵਿੱਚ ਦਿਮਾਗ ਹੀ ਨਹੀਂ ਹੈਗਾ। ਬੱਚੇ ਨੂੰ ਲੱਗਦਾ ਹੀ ਇਹ 10ਵੀਂ ਪਾਸ ਕਰਦੇ ਮੈਂ ਤਾਂ ਬਾਹਰ ਜਾਣਾ। ਤੁਹਾਡੇ ਕਰਕੇ ਵੀ ਹੈ ਨਾ, ਤੁਸੀਂ ਖਾਲੀ ਕਰਨ ਤੇ ਤੁਲੇ ਹੋ, ਪੰਜਾਬ ਪੂਰਾ ਚੱਕ ਕੇ ਉਧਰ ਲੈ ਕੇ ਜਾ ਰਹੇ ਹੋ। ਬੱਚੇ ਦਾ ਪੜ੍ਹਾਈ 'ਚ ਜੀ ਨਹੀਂ ਲੱਗ ਰਿਹਾ, ਉਹਦਾ ਇਹ ਮਨ ਹੈ ਕਿ ਮੈਂ ਵੀ ਬਾਹਰ ਹੀ ਚਲੇ ਜਾਣਾ। ਬੱਚਾ ਪੈਸੇ ਦੁੱਖੋਂ ਜਾ ਰਿਹਾ ਜੀ, ਬੱਚਾ ਸਰਕਾਰਾਂ ਨੂੰ ਦੋਸ਼ ਦੇ ਦਿੰਦਾ ਵਾ, ਬੱਚਾ ਆਪ ਤਾਂ ਪੜ੍ਹਾਈ ਕਰਦਾ ਨਹੀਂ। ਅੱਜ ਜੇ ਕੋਈ ਬੱਚਾ, ਜੇ ਆਪਾਂ ਪੁਰਾਣੇ ਸਮੇਂ ਦੀ ਗੱਲ, ਖਾਲੀ ਕਰ ਰਹੇ ਹੋ ਪੰਜਾਬ ਨੂੰ, ਇਹ ਮੰਨਦੇ ਹੋ ਕਿ ਵਿਨੇ ਹਰੀ ਨੇ ਪੰਜਾਬ ਖਾਲੀ ਕਰ 500,000 ਬੱਚੇ ਭੇਜਣਾ, ਕੋਈ ਪੰਜਾਬ ਖਾਲੀ ਨਹੀਂ ਜੀ ਹੋਣਾ। ਬੱਚਿਆਂ ਦੀ ਦੌੜ ਚੱਲੀ, ਸਾਡਾ ਵੀ ਇਹ ਕਾਰੋਬਾਰ ਹੈ ਕਿਤੇ ਨਾ ਕਿਤੇ, ਕਮਰਸ਼ੀਅਲ ਕਾਲ ਵੀ ਹੁੰਦੀ ਹੈ। ਜੇ ਬਾਹਰ ਪੜ੍ਹਨ ਦੀ ਗੱਲ ਕਰੀਏ ਤਾਂ ਪੜ੍ਹਨ ਕੌਣ ਜਾਂਦਾ ਸੀ? ਮੁਲਕ ਆਜ਼ਾਦ ਹੋਇਆ, ਪੰਡਿਤ ਜਵਾਹਰ ਲਾਲ ਨਹਿਰੂ ਜੀ ਪੜ੍ਹੇ, ਰਾਜੀਵ ਗਾਂਧੀ ਪੜ੍ਹੇ, ਟਾਟਾ ਬਿਰਲਾ, ਵੱਡੇ ਵੱਡੇ ਕਾਰਪੋਰੇਟ ਹਾਊਸ ਦੇ ਬੱਚੇ ਬਾਹਰ ਪੜ੍ਹਨ ਜਾਂਦੇ ਸੀ, ਲੀਡਰਾਂ ਦੇ ਬੱਚੇ ਬਾਹਰ ਪੜ੍ਹਨ ਜਾਂਦੇ ਸੀ। ਕੀ ਪੜ੍ਹਨ ਜਾਂਦੇ ਸੀ? ਲੀਡਰਾਂ ਦੇ ਬੱਚੇ ਬਾਹਰ ਪੋਲੀਟੀਕਲ ਸਾਇੰਸ ਪੜ੍ਹਨ ਜਾਂਦੇ ਸੀਗੇ, ਬਿਜ਼ਨਸਮੈਨਾਂ ਦੇ ਬੱਚੇ ਬਾਹਰ ਬਿਜ਼ਨਸ ਪੜ੍ਹਨ ਜਾਂਦੇ ਸੀਗੇ, ਡਾਕਟਰਾਂ ਦੇ ਬੱਚੇ ਬਾਹਰ ਡਾਕਟਰੀ ਪੜ੍ਹਨ ਜਾਂਦੇ ਸੀ ਕਿ ਆ ਕੇ ਇੰਡੀਆ 'ਚ ਡਾਕਟਰੀ ਕਰਾਂਗੇ। ਆ ਕੇ ਬਿਜ਼ਨਸਮੈਨ ਦਾ ਬੱਚਾ ਇੱਥੇ ਬਿਜ਼ਨਸ ਸੈੱਟ ਕਰਦਾ ਵਾ, ਜਿਹੜਾ ਲੀਡਰ ਹੈ ਉਹਦਾ ਬੱਚਾ ਆ ਕੇ ਇੱਥੇ ਲੀਡਰੀ ਕਰਦਾ। ਅੱਜ ਕੀ ਹੋ ਰਿਹਾ? ਅੱਜ ਸਾਡਾ ਬੰਦਾ ਬਾਹਰ ਮਜ਼ਦੂਰੀ ਕਰਨ ਜਾ ਰਿਹਾ। ਕਿੰਨੇ ਕੁ ਮਾਂ ਬਾਪ ਹੈਗੇ ਜਿਹੜੇ ਪੜ੍ਹਾਈ ਦੀ ਫੀਸ ਅਫੋਰਡ ਕਰ ਲੈਂਦੇ ਆ? 50,000 ਤੋਂ 1 ਲੱਖ ਰੁਪਈਆ ਮਹੀਨੇ ਦਾ ਰੋਟੀ ਦਾ ਖਰਚਾ ਵਾ ਕਿਸੇ ਵੀ ਡਿਵੈਲਪ ਕੰਟਰੀ 'ਚ। ਕੀ ਅੱਜ ਪੰਜਾਬ ਦੇ ਵਿੱਚ ਮਾਂ ਬਾਪ ਹੈਗਾ ਇੱਦਾਂ ਦਾ ਜਿਹੜਾ 50,000 ਤੋਂ 1 ਲੱਖ ਰੁਪਇਆ ਹਰ ਮਹੀਨੇ ਆਪਣੇ ਬੱਚੇ ਨੂੰ ਭੇਜ ਦੇਗਾ? ਜੇ ਭੇਜੇਗਾ ਤਾਂ ਉਹ ਪੜ੍ਹਨ ਜਾਂਦਾ। ਮਜੋਰਟੀ ਲੋਕ ਬਾਹਰ ਪੈਸਾ ਕਮਾਉਣ ਜਾਣਾ ਚਾਹੁੰਦੇ ਆ, ਅਸੀਂ ਭੇਜਦੇ ਹਾਂ, ਸਾਡਾ ਇਹ ਕਾਰੋਬਾਰ ਹੈ। ਬਹੁਤ ਸਵਾਲ ਉੱਠੇ, ਇੱਕ ਮੇਰੇ ਜ਼ਹਿਨ 'ਚ ਬੜੀ ਦੇਰ ਤੋਂ ਸਵਾਲ ਆ ਰਿਹਾ ਜਦੋਂ ਤੋਂ ਤੁਸੀਂ ਇਹ ਗੱਲ ਦੱਸ ਰਹੇ ਹੋ, ਕਿ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾਇਆ ਕਿ ਸਾਡੀਆਂ ਅੱਜ ਬੇਟੀਆਂ ਧੀਆਂ ਭੈਣਾਂ ਉੱਥੇ ਜਿਹੜੀਆਂ ਗਈਆਂ ਨੇ ਉਹ ਦੇਹ ਵਪਾਰ ਤੱਕ ਦੇ ਵਿੱਚ ਪੈ ਗਈਆਂ, ਇਹਦੇ 'ਚ ਇਹਦੇ ਸੱਚਾਈ ਹੈਗੀ ਹੈ ਕੋਈ? ਦੇਖੋ ਮੈਂ ਜੇ ਆਵਾਂ ਕੁਛ ਕਹਾਂਗਾ, ਮੇਰੀ ਗੱਲ ਅਕਸਰ ਫੜੀ ਜਾਂਦੀ ਹੈ, ਸਾਡਾ ਬੰਦਾ ਮਜਬੂਰ ਹੋ ਜਾਂਦਾ। ਕੁਛ ਸੱਚਾਈ ਹੈ ਜਾਂ ਨਹੀਂ ਹੈ, ਸੱਚ ਬੋਲਣ ਤੋਂ ਨਹੀਂ ਡਰਨਾ ਚਾਹੀਦਾ ਵਿਨੇ ਹਰੀ ਜੀ? ਸੱਚ ਦੀ ਗੱਲ ਇਹ ਹੈ ਜੀ ਕਿ ਅੱਜ ਇੱਕ ਬੱਚਾ ਬਾਹਰ ਪੜ੍ਹਨ ਵਾਸਤੇ ਚਲਾ ਗਿਆ, ਉਹਨੂੰ ਮਾਂ ਬਾਪ ਨੇ ਇੱਥੋਂ 6 ਮਹੀਨੇ ਦੀ ਫੀਸ ਦੇ ਕੇ ਭੇਜਤਾ, ਉਹਨੂੰ ਪਿੱਛੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਸਾਨੂੰ ਪੈਸੇ ਭੇਜ ਜਾਂ ਅਗਲੀ ਫੀਸ ਆਪ ਕੱਢ। ਬੱਚਾ ਮਜਬੂਰ ਹੋ ਜਾਂਦਾ ਕਿਸੇ ਵੀ ਹੱਦ ਤੱਕ ਜਾਣ ਵਾਸਤੇ, ਚਾਹੇ ਉਹ ਲੜਕੀ ਹੈ ਚਾਹੇ ਉਹ ਲੜਕਾ। ਮੈਂ ਇੰਨੀ ਕੁ ਗੱਲ ਕਹਾਂਗਾ ਕਿ ਬੱਚਾ ਮਜਬੂਰੀ ਦੇ ਵਿੱਚ ਹਰ ਤਰ੍ਹਾਂ ਦਾ ਗਲਤ ਕੰਮ ਕਰਨ ਨੂੰ ਤਿਆਰ ਹੋ ਜਾਂਦਾ। ਇਹ ਪ੍ਰੈਸ਼ਰ ਕੌਣ ਪਾ ਰਿਹਾ? ਇਹ ਪ੍ਰੈਸ਼ਰ ਮਾਂ ਬਾਪ ਪਾ ਰਿਹਾ ਜਾਂ ਸਿਸਟਮ ਨੇ ਪ੍ਰੈਸ਼ਰ ਪਾਤਾ? ਜਿਹੜਾ ਲੋਨ ਦੇਣਾ, ਬੈਂਕ ਤੋਂ ਲੋਨ ਕਰਾਇਆ, ਅਗਲੀ ਫੀਸ ਭਰਨੀ ਹੈ, ਜਿਹੜਾ ਜਾ ਕੇ ਉੱਥੋਂ ਦਾ ਖਰਚਾ ਚੱਲਣਾ, ਰੈਂਟ ਦੇਣਾ, ਇਸ ਪ੍ਰੈਸ਼ਰ ਦੇ ਕਰਕੇ ਹੈ ਜਾਂ ਕੋਈ ਹੋਰ ਰੀਜ਼ਨ ਹੈ? ਇਹ ਪ੍ਰੈਸ਼ਰ ਮਾਂ ਬਾਪ ਦਾ ਵਾ ਜੀ। ਬੱਚਾ ਇੱਥੋਂ ਭੇਜਿਆ ਜਾ ਰਿਹਾ ਇਹ ਸੋਚ ਕੇ ਕਿ ਇਹ ਕੰਮ ਕਰਨ ਜਾ ਰਿਹਾ। ਬੱਚੇ ਨੂੰ ਪੜ੍ਹਨ ਵਾਸਤੇ ਨਹੀਂ ਭੇਜਦੇ ਪਏ ਅਸੀਂ। ਅੱਜ ਮਜੋਰਿਟੀ ਲੋਕ ਬਾਹਰ ਕੰਮ ਕਰਨ ਜਾਣਾ ਚਾਹੁੰਦੇ ਆ। ਮਾਂ ਬਾਪ ਨੇ ਇੱਥੋਂ 6 ਮਹੀਨੇ ਦੀ ਫੀਸ ਦਿੱਤੀ, ਉਹ ਕਹਿੰਦਾ ਅਗਲੀ ਫੀਸ ਆਪ ਕੱਢ, ਸਾਡੇ ਵੀ ਪੈਸੇ ਭੇਜ। ਅੱਜ 80-90% ਲੋਕ ਪਿੰਡਾਂ ਦੇ ਵਿੱਚ ਰਹਿੰਦੇ ਆ। ਕਿੰਨੀ ਕੁ ਕਮਾਈ ਹੈ ਪਿੰਡ ਵਾਲੇ ਬੰਦੇ ਨੂੰ, ਉਹ ਆਪਣਾ 50,000-1 ਲੱਖ ਰੁਪਈਆ ਖਰਚਾ ਦੇ ਸਕਦਾ? ਅੱਜ ਆਪਾਂ ਰੂਲ ਦੀ ਗੱਲ ਕਰ ਲਈਏ, ਅੱਜ ਕੈਨੇਡਾ ਅੰਬੈਸੀ ਦਾ ਰੂਲ ਕੀ ਹੈ ਕਿ ਜੇ ਕਿਸੇ ਨੇ ਬਾਹਰ ਪੜ੍ਹਨ ਜਾਣਾ, $10,000 ਉਹਦਾ ਲਿਵਿੰਗ ਐਕਸਪੈਂਸ ਉਹ ਮੰਨਦੇ ਆ। $10,000 ਹੋ ਗਿਆ 5.5 ਲੱਖ ਰੁਪਈਆ, ਮਤਲਬ ਕਿ 48,000 ਰੁਪਈਆ ਮਹੀਨੇ ਦਾ ਕੈਨੇਡਾ ਗੌਰਮੈਂਟ ਕਹਿੰਦੀ ਹੈ ਕਿ ਲਿਵਿੰਗ ਐਕਸਪੈਂਸ ਆ, ਔਰ ਅਸੀਂ ਉਹ ਪਹਿਲਾਂ ਜਮ੍ਹਾਂ ਕਰਾਉਂਦੇ ਹਾਂ। ਅੱਜ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਕਹਿੰਦਾ 8 ਲੱਖ ਰੁਪਇਆ ਤੁਹਾਡੇ ਕੋਲ ਹੋਣਾ ਚਾਹੀਦਾ। ਕੀ ਮੇਰੇ ਪੰਜਾਬ ਦੇ ਖੇਤੀਬਾੜੀ ਵਾਲੇ ਬੰਦੇ ਨੂੰ 8 ਲੱਖ ਰੁਪਇਆ ਸਾਲ ਦੀ ਆਮਦਨ ਹੈਗੀ ਹੈ ਜਿਹੜੀ ਉਹ ਬੱਚੇ ਨੂੰ ਗਰੋਟੀ ਵਾਸਤੇ ਭੇਜ ਦੇਵੇ? ਆਮਦਨ ਸਾਨੂੰ ਇੱਥੇ ਨਹੀਂ ਹੈਗੀ, ਬੱਚਾ ਅਸੀਂ ਪੜ੍ਹਨ ਭੇਜਦੇ ਪਏ ਹਾਂ, ਰੋਟੀ ਦਾ ਖਰਚਾ ਕਿੱਥੋਂ ਆਏਗਾ? ਪਾਰਟ ਟਾਈਮ ਕੰਮ ਕਰਾਂਗੇ। ਬੱਚੇ ਨੂੰ ਪੁੱਛੋ ਬੇਟਾ ਕਿਆ ਕਰਨਾ ਚਾਹਤੇ ਹੋ ਆਪ? ਅੰਕਲ ਆਈ ਵੁੱਡ ਲਾਈਕ ਟੂ ਗੋ ਫੋਰ ਵਟ? ਅੰਕਲ ਕਹੀਂ ਵੀ ਭੇਜ ਦਿਓ, ਬਸ ਜਾਣਾ ਹੈ ਕਿਤੇ ਵੀ ਭੇਜ ਦਿਓ। ਬੱਚੇ ਨੂੰ ਤੁਸੀਂ ਪੁੱਛ ਲਓ 12ਵੀਂ ਪਾਸ ਕਿਸੇ ਯੂਨੀਵਰਸਿਟੀ 'ਚ, ਕਿਸੇ ਕੋਰਸ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ,
ਭੇਜ ਦਿਓ, ਪਰ ਅਸੀਂ ਜਾਣਾ ਹੈ। ਅਸੀਂ ਅੱਜ ਯੂਪੀ ਬਿਹਾਰ ਦੇ ਵਿੱਚ ਚਲੇ ਜਾਈਏ ਜਾਂ ਅਸੀਂ ਦਿੱਲੀ ਦੇ ਵਿੱਚ ਬੰਬੇ 'ਚ ਕਿਸੇ ਚੰਗੇ ਸ਼ਹਿਰ ਦੇ ਵਿੱਚ ਜਾ ਕੇ ਪੁੱਛੀਏ 12ਵੀਂ ਵਾਲੇ ਬੱਚੇ ਨੂੰ ਕਿ ਬੇਟਾ ਤੂੰ 12ਵੀਂ ਤੋਂ ਬਾਅਦ ਕੀ ਕਰਨਾ, ਉਹ ਕਹਿੰਦਾ ਮੈਂ ਬੀਟੈਕ ਕਰਨੀ, ਬੀਕੌਮ ਕਰਨੀ, ਮੈਂ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਸਾਇੰਟਿਸਟ ਬਣਨਾ। ਇੱਕ 12ਵੀਂ ਪਾਸ ਪੰਜਾਬੀ ਬੱਚੇ ਨੂੰ ਪੁੱਛੋ ਤੂੰ ਕੀ ਕਰਨਾ, ਕਹਿੰਦਾ ਬਾਹਰ ਜਾਣਾ। ਕਿੱਥੇ ਜਾਣਾ? ਕਹਿੰਦਾ ਕੈਨੇਡਾ ਜਾਣਾ। ਅੱਛਾ ਕੀ ਕਰੂੰਗਾ ਜਾ ਕੇ? ਇਹ ਤਾਂ ਉੱਥੇ ਜਾ ਕੇ ਦੇਖੂੰਗਾ ਜੀ। ਕਿੱਥੇ ਜਾਣਾ? ਜਿੱਥੇ ਦਾ ਵੀਜ਼ਾ ਮਿਲੂਗਾ ਜੀ। ਇਹ ਤਾਂ ਜਵਾਬ ਨੇ ਜੀ। ਪੁੱਛ ਕੇ ਦੇਖ ਲਓ। ਮਾਂ ਪਿਓ ਦੀ ਕੀ ਥੌਟ ਰਹਿੰਦੀ ਹੈ? ਮਾਂ ਪਿਓ ਇਸੇ ਗੱਲ ਦੇ ਉੱਤੇ ਜਿਹੜਾ ਉਹ ਪਹਿਰਾ ਦੇ ਰਿਹਾ? ਦੇਖੋ ਅਲਟੀਮੇਟਲੀ ਜਿਹੜਾ ਸਟੱਡੀ ਅਬਰੋਡ ਦਾ ਕਾਰੋਬਾਰ ਹੈ ਉਹਨੂੰ ਵਰਕ ਅਬਰੋਡ ਬਣਾ ਲਿੱਤਾ ਗਿਆ ਵੈ। ਇਹ ਮਾਂ ਬਾਪ ਵੀ ਇਹਦੇ 'ਚ ਕਸੂਰਵਾਰ ਹੈ, ਇਹਦੇ ਵਿੱਚ ਕਹਿ ਲਓ ਸਿਸਟਮ ਸਾਡਾ ਸਾਰਾ ਕਸੂਰਵਾਰ ਹੈ ਕਿ ਸਾਨੂੰ ਲੱਗਦਾ ਕਿ ਬਾਹਰ ਜਾਣਾ ਮਤਲਬ ਕੰਮ ਕਰਨਾ ਜਾਣਾ, ਪੜ੍ਹਨ ਨਹੀਂ ਜਾਣਾ। ਪਰ ਉਹ ਕੌਣ ਨੇ ਵਿਨੇਹਰੀ ਜੀ ਜਿਹੜੇ ਆਉਂਦੇ ਹੈ ਜਲੰਧਰ ਦੀ ਮਾਲ ਟਾਊਨ ਦੇ ਵਿੱਚ ਜਾਂ ਸਰਾਭਾ ਨਗਰ ਲੁਧਿਆਣੇ ਦੇ ਵਿੱਚ ਜਾਂ ਜਗਰਾਉਂ ਦੇ ਕਿਸੇ ਮਾਰਕੀਟ ਦੇ ਵਿੱਚ ਮਹਿੰਗੀਆਂ ਐਨਕਾਂ, ਵਧੀਆ ਜੁੱਤੇ, ਗੱਡੀ ਅਤੇ ਸਿਸਟਮ ਦੇ ਨਾਲ ਪੂਰਾ ਐਂ ਸ਼ੋਅ ਕਰਨਾ, ਵਾਲ ਉਸ ਤਰ੍ਹਾਂ ਖੜ੍ਹੇ ਕਰਕੇ ਕਿ ਅਸੀਂ ਕੈਨੇਡਾ ਤੋਂ ਆਏ ਹਾਂ, ਔਰ ਦੋ ਦੋ ਢਾਈ ਢਾਈ ਲੱਖ ਰੁਪਏ ਇੱਕ ਦਿਨ ਦੇ ਵਿੱਚ ਖਰਚ ਕੇ ਵਾਪਸ ਚਲੇ ਜਾਂਦੇ? ਬਹੁਤ ਘੱਟ ਲੋਕ ਨੇ ਜੀ ਇੱਦਾਂ ਦੇ, ਹਾਰਡਲੀ ਕਹਿ ਲਓ 2 ਜਾਂ 4% ਲੋਕ ਨੇ। ਉਹ ਸਟੂਡੈਂਟ ਹੀ ਹੈ ਨਾ ਜਿਹੜਾ 2 ਸਾਲ 3 ਸਾਲ ਬਾਅਦ ਜਾ ਕੇ ਵਾਪਸ ਆ ਰਿਹਾ, ਜਿਹਨੂੰ ਦੇਖ ਕੇ ਇੱਥੇ ਬੈਠੇ ਨੂੰ ਲੱਗ ਰਿਹਾ ਵੀ ਉੱਥੇ ਪਤਾ ਨਹੀਂ ਕੀ ਹੋ ਰਿਹਾ, ਕਿੰਨਾ ਕੁ ਪੈਸਾ ਕਮਾ ਰਿਹਾ ਉਹ, ਉਹ ਉੱਥੇ ਲੂਈ ਵਿਟੋਨ ਦੇ ਜੁੱਤੇ ਪਾ ਰਿਹਾ, ਉਹ ਟੋਮੀ ਦੀਆਂ ਉੱਥੇ ਸ਼ਰਟਾਂ ਪਾ ਰਿਹਾ, ਬਰਬਰੀ ਦੀਆਂ ਸ਼ਰਟਾਂ ਪਾ ਰਿਹਾ। ਇਹ ਸਾਰੀਆਂ ਚੀਜ਼ਾਂ ਜਦੋਂ ਉਹ ਇੱਧਰ ਲੈ ਕੇ ਆਉਂਦਾ ਤਾਂ ਉਹਦੇ ਤਾਏ ਦੇ ਚਾਚੇ ਦੇ ਪੁੱਤ ਜਿਹੜੇ ਨੇ ਉਹ ਦੇਖ ਕੇ ਪ੍ਰਭਾਵਿਤ ਤਾਂ ਹੁੰਦੇ ਆ ਨਾ। ਮੈਂ ਐਗਰੀ ਹਾਂ ਤੁਹਾਡੇ ਨਾਲ, ਇੱਦਾਂ ਦੇ ਲੋਕ 10% ਨੇ, 90% ਬੱਚਾ ਖੱਜਲ ਹੋ ਰਿਹਾ ਅੱਜ ਦੀ ਡੇਟ ਦੇ ਵਿੱਚ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਲੋਕ ਕਾਮਯਾਬ ਹੋ ਜਾਂਦੇ ਆ। ਪਿਛਲੇ ਸਾਲ 1,24,000 ਬੰਦਾ ਗਿਆ ਕੈਨੇਡਾ, ਕੀ 1,24,000 ਬੰਦਾ ਕੈਨੇਡਾ ਪੱਕਾ ਹੋ ਜਾਏਗਾ? ਕੀ ਇੰਨੇ ਲੋਕਾਂ ਨੂੰ ਸਿਟੀਜ਼ਨਸ਼ਿਪ ਦੇ ਦੂਗੇ? ਨਹੀਂ, 10% ਲੋਕ ਕਾਮਯਾਬ ਹੁੰਦੇ ਆ, 90% ਫੇਲ ਹੁੰਦੇ ਆ। ਸਕਸੈਸ ਸਟੋਰੀਆਂ ਦਿਖਾਈਆਂ ਜਾਂਦੀਆਂ, ਸਾਡੇ ਵੱਲੋਂ ਵੀ ਦਿਖਾਈਆਂ ਜਾਂਦੀਆਂ, ਲੋਕਾਂ ਵੱਲੋਂ ਵੀ ਦਿਖਾਈਆਂ ਜਾਂਦੀਆਂ। 10 ਵੀਜ਼ੇ ਲੱਗ ਗਏ, 20 ਵੀਜ਼ੇ ਲੱਗ ਗਏ, 50 ਵੀਜ਼ੇ ਲੱਗ ਗਏ, ਰਿਫਿਊਜ਼ਲ ਵਾਲੇ ਤਾਂ ਲੱਗੇ ਨਹੀਂ। ਰਿਫਿਊਜ਼ਲ ਵਾਲਾ ਦਿਖਾਓ, ਆਪਾਂ ਇਹ ਵੀਡੀਓ ਦੇ ਥੱਲੇ ਦੇਖਿਓ, ਕਮੈਂਟ ਲਿਖੇ ਹੋਣੇ ਲੋਕਾਂ ਨੇ ਕਿ ਇਹਨਾਂ ਦੇ ਜਿਹੜੇ ਵੀਜ਼ੇ ਰਿਫਿਊਜ਼ ਹੋਏ ਉਹਨਾਂ ਦੀਆਂ ਫੋਟੋਆਂ ਦਿਖਾਓ। ਮੈਂ ਕਿੱਦਾਂ ਦਿਖਾ ਦੇਵਾਂ? ਕਿਸੇ ਨੂੰ ਕਹਾਂ ਭਾਈ ਤੇਰੀ ਵੀਜ਼ਾ ਨਹੀਂ ਲੱਗਾ, ਤੂੰ ਆਪਣੀ ਮੇਰੇ ਨਾਲ ਫੋਟੋ ਖਿਚਾ ਅਤੇ ਅਸੀਂ ਫੇਸਬੁੱਕ 'ਤੇ ਫੋਟੋ ਪਾਈਏ ਕਿ ਇਹਦਾ ਬੰਦੇ ਦਾ ਵੀ ਨਹੀਂ ਹਰੀ ਕੋਲੋਂ ਵੀਜ਼ਾ ਨਹੀਂ ਲੱਗਾ। ਇਹ ਤਾਂ ਸਾਡੇ ਲੋਕ ਸੁਣਨਾ ਚਾਹੁੰਦੇ ਆ। ਇਹ ਕਹਿੰਦੇ ਨੇ ਕਿ ਵੀਜ਼ਾ ਪਤਾ ਨਹੀਂ ਏਜੰਟ ਕੋਲ ਚਲੇ ਗਏ, ਏਜੰਟ ਰੱਬ ਇਹਨੇ ਵੀਜ਼ਾ ਲਵਾ ਹੀ ਦੇਣਾ। ਉਹ ਭਾਈ ਮੇਰੇ ਕੋਲ ਨਹੀਂ ਵੀਜ਼ੇ ਲੱਗਦੇ। ਵੀਜ਼ਾ ਕਿਹਨੂੰ ਮਿਲਦਾ? ਵੀਜ਼ਾ ਇੱਕ ਸਟੂਡੈਂਟ ਨੂੰ ਮਿਲਦਾ। ਵੀਜ਼ਾ ਕੌਣ ਦਿੰਦਾ? ਅੰਬੈਸੀ ਦਿੰਦੀ ਹੈ। ਨਾ ਤਾਂ ਵਿਨੇ ਹਰੀ ਨੇ ਅੱਜ ਤੱਕ ਕੋਈ ਵੀਜ਼ਾ ਲਵਾਇਆ। ਕੋਈ ਜਾਦੂ ਹੈ ਨਹੀਂ ਤੁਹਾਡੇ ਕੋਲ? ਕਿਸੇ ਤਰ੍ਹਾਂ ਦਾ ਕੋਈ ਜਾਦੂ ਕਿਸੇ ਕੋਲ ਨਹੀਂ ਜੀ ਹੈਗਾ। ਠੱਗੀ ਦਾ ਕੰਮ ਹੈ, ਸਿਸਟਮ ਹੈ, ਕਾਰੋਬਾਰ ਹੈ। ਕਾਰੋਬਾਰ ਜਿੰਨਾ ਕੁ ਸਾਨੂੰ ਸਮਝ ਲੱਗਦਾ ਤਾਂ ਹੋਊਗੀ ਨਾ। ਪੰਜਾਬੀ ਜੇ ਇੰਨੇ ਜਾ ਰਹੇ ਹੈ, ਕੋਈ ਤਾਂ ਘੋਲ ਕੇ ਪਿਆ ਰਿਹਾ ਹੋਣਾ ਕੁਛ। ਦੇਖੋ ਸਾਡਾ ਸਿਸਟਮ ਜਿਹੜੀ ਚੀਜ਼ ਚਾਹੁੰਦਾ ਹੈ, ਅੱਜ ਲੋਕ ਜੋ ਚਾਹੁੰਦੇ। ਕੈਨੇਡਾ ਵਾਲੇ ਕੀ ਵਰਤ ਰਹੇ ਸਰਕਾਰਾਂ ਜਿਹੜੀਆਂ ਨੇ, ਚਾਹੇ ਕੈਨੇਡਾ ਦੀ ਹੋਵੇ, ਆਸਟ੍ਰੇਲੀਆ ਦੀ ਹੋਵੇ, ਇਹ ਪੰਜਾਬੀਆਂ ਨੂੰ ਯੂਜ਼ ਕਰ ਰਹੀ ਹੈ? ਮੈਨੂੰ ਅੱਜ 10 ਸਾਲ ਕੰਮ ਕਰਦੇ ਨੂੰ ਹੋ ਗਏ ਜੀ, 10 ਸਾਲਾਂ 'ਚ ਵਰਤੇ ਹੀ ਆ ਉਹਨਾਂ ਨੇ। ਕੀ ਹੁੰਦਾ ਇੱਕ ਸੁਪਨਾ? ਇੱਕ ਪੰਜਾਬੀ ਦਾ ਸੁਪਨਾ ਕੀ ਹੈ? ਇੱਕ ਪੰਜਾਬੀ ਬੱਚਾ ਅੱਜ ਤੋਂ 10 ਸਾਲ ਪਹਿਲਾਂ ਕੈਨੇਡਾ ਗਿਆ, ਅਮਰੀਕਾ ਗਿਆ, ਆਸਟ੍ਰੇਲੀਆ ਗਿਆ, ਕਿਸੇ ਵੀ ਮੁਲਕ 'ਚ ਗਿਆ, 2-4-5 ਸਾਲ ਸਟਰਗਲ ਕੀਤੀ, 5 ਸਾਲਾਂ 'ਚ ਪੱਕਾ ਹੋ ਗਿਆ, ਘਰ ਲੈ ਲਿਆ, 7-8 ਸਾਲਾਂ 'ਚ ਜਨਾਨੀ ਹੋ ਗਈ, ਬੱਚੇ ਹੋ ਗਏ, ਫਿਰ 8 ਸਾਲਾਂ ਬਾਅਦ ਕਹਿੰਦਾ ਕਹਿੰਦਾ ਇੰਡੀਆ ਚੱਲੀਏ, ਇੱਥੇ ਇੱਥੇ ਦਿਹਾੜੀਆਂ ਲਾਉਣ ਨਾਲੋਂ ਵਧੀਆ ਉੱਥੇ ਸਰਦਾਰੀ ਕਰਾਂਗੇ, ਸਰਪੰਚੀ ਕਰਾਂਗੇ ਜਾ ਕੇ। ਅੱਜ ਵੱਡੀਆਂ ਗੱਡੀਆਂ ਤੁਸੀਂ ਦੇਖਦੇ ਹੋ, ਅਰਮਾਨੀ ਦੇ ਸ਼ੂ ਦੇਖਦੇ ਹੋ, ਇਹੋ ਲੋਕ ਆ ਜਿਹੜੇ ਅੱਜ ਤੋਂ 8 ਸਾਲ 10 ਸਾਲ ਪਹਿਲਾਂ ਗਏ ਸੀ। ਸਟੂਡੈਂਟ ਕੋਲ ਤਾਂ ਵਿਚਾਰੇ ਕੋਲ ਫੀਸ ਨਹੀਂ ਜੁੜਦੀ। ਲਿਟਰਲੀ ਮੈਂ ਆਪਣੀ ਦੱਸ ਦੇਵਾਂ, ਮੈਂ ਅੱਜ ਤੋਂ 2 ਮਹੀਨੇ ਪੁਰਾਣੀ ਗੱਲ ਕਰਦਾ, 2 ਮਹੀਨੇ ਪਹਿਲਾਂ ਮੈਂ ਬ੍ਰਾਮਟਨ ਦੀ ਇੱਕ ਸੜਕ 'ਤੇ ਘੁੰਮਦਾ ਪਿਆ ਸੀ, 2 ਕੁੜੀਆਂ ਮੇਰੇ ਕੋਲ ਆਈਆਂ, ਕਹਿੰਦੀ ਜੀ ਤੁਸੀਂ ਵਿਨੇ ਹਰੀ ਹੋ? ਮੈਂ ਕਿਹਾ ਜੀ ਹਾਂਜੀ। ਕਹਿੰਦੀ ਅਸੀਂ ਤੁਹਾਡੇ ਪ੍ਰੋਗਰਾਮ ਦੇਖਦੇ ਸੀ ਟੀ ਵੀ 'ਤੇ, ਪਲੀਜ਼ ਸਾਡੀ ਮਦਦ ਕਰ ਦਿਓ, ਸਾਨੂੰ 4 ਮਹੀਨੇ ਹੋ ਗਏ ਆਈਆਂ ਨੂੰ, ਸਾਨੂੰ ਰੋਜ਼ ਜੋਬ ਨਹੀਂ ਮਿਲਦੀ ਵੀ, ਤੁਸੀਂ ਕੋਈ ਰੈਫਰੈਂਸ ਦੇ ਦਿਓ। ਕੀ ਸੋਚਦੇ ਹੋ ਹਰ ਮਹੀਨੇ ਜਦੋਂ 500,000, 5,000, 10,000 ਬੰਦਾ ਜਾਣਾ, ਕੀ ਉੱਥੇ ਫੈਕਟਰੀਆਂ ਲੱਗੀਆਂ ਕੈਨੇਡਾ ਦੇ ਵਿੱਚ ਕਿ ਸਾਰੇ ਬੰਦੇ ਕੰਮ 'ਤੇ ਲੱਗ ਜੂਗੇ? ਇਸੇ ਵੀਡੀਓ ਦੇ ਥੱਲੇ ਦੇਖੋ ਨੈਗੇਟਿਵ ਕਮੈਂਟ ਜ਼ਿਆਦਾ ਹੋਣਗੇ, ਲੋਕ ਸੱਚ ਸੁਣਨਾ ਨਹੀਂ ਚਾਹੁੰਦੇ। ਲੋਕਾਂ ਨੂੰ ਝੂਠ ਦਿਖਾਓ ਕਿ ਹਾਂਜੀ ਗੱਫੇ ਲੱਗ ਗਏ ਜੀ ਕੈਨੇਡਾ ਦੇ ਵਿੱਚ ਤਾਂ 10 ਲੱਖ ਰੁਪਏ ਮਹੀਨਾ ਕਮਾ ਲਓਗੇ, ਨੌਕਰੀ ਨਹੀਂ ਮਿਲਦੀ ਭਾਜੀ। ਉਹ ਜਿਹੜੇ ਜਿੰਨੇ ਅਖਬਾਰਾਂ ਦੇ ਵਿੱਚ ਪੋਸਟਰ ਲੱਗ ਰਹੇ ਹੈ, ਜਿਹੜੀਆਂ ਐਡਸ ਆ ਰਹੀਆਂ, ਬਿਨਾਂ ਆਇਲਸ ਜਾਓ, 10 ਲੱਖ ਕਮਾਓ, ਰੋਜ਼ ਦੇ $16 ਪਰ ਆਰ 'ਤੇ ਤੁਹਾਨੂੰ ਜੌਬ ਮਿਲੂਗੀ, ਸਾਡੇ ਬੰਦੇ ਜੌਬ ਦਵਾਉਣਗੇ, ਝੂਠ ਹੈ ਉਹ? ਹੋ ਸਕਦਾ ਸੱਚ ਹੋਵੇ, ਮੈਂ ਤਾਂ ਕਦੀ ਦੇਖਿਆ ਨਹੀਂ ਜੀ ਇੱਦਾਂ ਇੱਦਾਂ ਦਾ ਬੰਦਾ ਕਿ ਜਿਹੜਾ ਇੱਥੋਂ ਕਹੇ ਜੌਬ ਮਿਲਵਾ ਦਾਂਗੇ ਤੁਹਾਨੂੰ। ਸੱਚ ਇਹ ਹੈ ਕਿ ਸਾਡੇ ਲੋਕ ਪੜ੍ਹਨ ਨਹੀਂ ਜਾਂਦੇ, ਚਾਹੇ ਤੁਹਾਨੂੰ ਮੇਰੀ ਗੱਲ ਕੌੜੀ ਲੱਗੇ, ਮਾੜੀ ਲੱਗੇ, ਮੈਨੂੰ ਕੋਈ ਪ੍ਰਮੋਸ਼ਨ ਨਹੀਂ ਚਾਹੀਦੀ, ਮੇਰਾ ਕਾਰੋਬਾਰ ਬੜਾ ਵਧੀਆ, ਜਿੰਨੇ ਕੁ ਲੋਕ ਮੈਂ ਭੇਜ ਲਏ ਆ ਉਹਨਾਂ ਦੇ ਮੈਨੂੰ ਰੈਫਰੈਂਸ ਹੀ ਨਹੀਂ ਮੁੱਕਦੇ, ਮੈਂ ਕਿਸੇ ਨੂੰ ਝੂਠ ਬੋਲ ਕੇ ਨਹੀਂ ਭੇਜਣਾ ਚਾਹੁੰਦਾ। ਪਰ ਭਾਅ ਜੀ ਰੂਲਸ ਹੁਣ ਬਦਲੇ ਹੈ,
ਇਹ ਦੱਸਣੇ ਬਹੁਤ ਲਾਜ਼ਮੀ ਹੈ ਲੋਕਾਂ ਨੂੰ, ਹਾਲਾਂਕਿ ਕਿਸੇ ਤਰ੍ਹਾਂ ਦੀ ਇਹ ਉਹ ਨਹੀਂ ਹੈ, ਪਰ ਕੈਨੇਡਾ ਦੇ ਵਿੱਚ ਹੁਣ ਰੂਲਸ ਬਦਲੇ ਆ, ਤਾਂ ਇੱਕ ਵਾਰੀ ਉਹ ਵੀ ਦੱਸ ਦਿਓ ਵੀ ਕੀ ਰੂਲਸ ਬਦਲੇ ਆ, ਘੱਟੋ ਘੱਟ ਲੋਕਾਂ ਨੂੰ ਇੰਨੀ ਕੁ ਪਤਾ ਹੋਵੇ ਵੀ ਹੋਰ ਕੋਈ ਏਜੰਟ ਤੁਹਾਨੂੰ ਮੂਰਖ ਨਾ ਬਣਾ ਸਕੇ। ਮੂਰਖ ਹੈ ਜੀ ਕਿ ਰੂਲ ਬਦਲੇ ਆ, ਇਹਦੇ ਨਾਲ ਠੱਗੀ ਬਹੁਤ ਜ਼ਿਆਦਾ ਵੱਧ ਜਾਣੀ ਹੈ ਜੀ ਪਹਿਲੇ ਨਾਲੋਂ। ਰੂਲ ਕੀ ਬਦਲੇ ਆ, ਰੂਲ ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਅੱਗੇ ਸਾਨੂੰ 6 ਮਹੀਨੇ ਦੀ ਫੀਸ ਦੇ ਕੇ ਆਉਂਦਾ ਸੀ, ਹੁਣ ਉਹ ਸਾਲ ਦੀ ਫੀਸ ਦੇ ਕੇ ਆਵੇ। ਜੇ 50,000 ਬੰਦੇ ਲਿਜਾਣਾ ਸੀ, ਉਹ ਕਹਿੰਦਾ ਅੱਜ 25 ਲੈ ਜਾਓ, ਵੀਜ਼ਾ ਦੀ ਰੇਸ਼ੋ ਘਟੂਗੀ। ਪਹਿਲਾਂ ਤਾਂ ਪੈਸੇ ਡਬਲ ਕਰਤੇ ਉਹਨਾਂ ਨੇ ਕਿ ਹੁਣ 6 ਮਹੀਨੇ ਦੀ ਫੀਸ ਨਾਲ ਅਸੀਂ ਨਹੀਂ ਲਿਜਾਣਾ ਤੁਹਾਨੂੰ। ਦੂਸਰਾ, ਆਇਲਸ ਦੇ ਵਿੱਚ ਸਾਨੂੰ ਸਾਰਿਆਂ 'ਚੋਂ 6 ਚਾਹੀਦੇ ਆ, 6 ਮੋਡਿਊਲ ਇਕੱਲੇ ਇਕੱਲੇ 'ਚੋਂ ਚਾਹੀਦੀ ਹੈ। ਆਇਲ ਸੈਂਟਰ ਵਾਲਿਆਂ ਦੀ ਚਾਂਦੀ ਲੱਗ ਗਈ, 30% ਬੱਚੇ ਸੀਗੇ ਜਿਨ੍ਹਾਂ ਦੇ 6 ਈਚ ਆਉਂਦੇ ਸੀਗੇ, 70% ਲੋਕਾਂ ਦੇ ਤਾਂ ਨੰਬਰ ਹੀ ਨਹੀਂ ਸੀ ਆਉਂਦੇ। ਹੁਣ 6 ਮਹੀਨੇ ਬਾਅਦ ਕੈਨੇਡਾ ਦੀ ਮਾਰਕੀਟ ਖੁੱਲੂਗੀ, ਹਜੇ 6 ਮਹੀਨੇ ਠੰਡ ਹੈਗੀ ਆ, 6 ਮਹੀਨੇ ਲੋਕਾਂ ਦੇ ਬੈਂਡ ਨਹੀਂ ਆਉਣੇ, ਜਦੋਂ 6 ਈਚ ਆਊਗੀ ਜਦ ਨੂੰ ਮੌਸਮ ਫਿਰ ਚੇਂਜ ਹੋਏਗਾ, ਹਜੇ 6 ਮਹੀਨੇ ਦਾ ਏਜੰਟ ਸਾਰੇ ਘੁੰਮਣ ਹੀ ਜਾਣਗੇ ਜੀ। ਆਇਲ ਸੈਂਟਰਾਂ ਦਾ ਕੀ ਸੱਚ ਹੈ? ਇਹ ਵੀ ਬਹੁਤ ਸਵਾਲ ਉੱਠਦੇ ਰਹੇ ਆ ਵੀ ਆਇਲ ਸੈਂਟਰਾਂ ਨੇ ਇੰਨਾ, ਕਹਿੰਦੇ ਏਜੰਟਾਂ ਨੇ ਵੀ ਨਹੀਂ ਲੁੱਟਿਆ ਜਿੰਨਾ ਆਇਲ ਸੈਂਟਰਾਂ ਨੇ ਲੁੱਟਿਆ। ਕਈ ਤਾਂ 6-6 ਸਾਲਾਂ ਤੋਂ ਬੈਠੇ ਆ, ਆਇਲਸ ਹੀ ਕਰੀ ਜਾ ਰਹੇ ਆ ਲੋਕ, ਅਜੇ ਉਹਨਾਂ ਨੂੰ ਬੈਂਡ ਹੀ ਨਹੀਂ ਮਿਲ ਰਹੇ। ਸੱਚ ਬੋਲਦਾ ਜੀ, ਸੱਚ ਬੋਲੋਗੇ ਤਾਂ ਵਿਨੇ ਹਰੀ ਨੂੰ ਲੋਕ ਜਾਣਨਗੇ, ਜੇ ਝੂਠ ਬੋਲੋਗੇ ਤਾਂ ਵਿਨੇ ਹਰੀ ਨੂੰ ਗਾਲਾਂ ਕੱਢਣਗੇ ਲੋਕ। ਅੱਡੇ ਬਣ ਚੁੱਕੇ ਆ ਜੀ, ਕੁੜੀਆਂ ਮੁੰਡਿਆਂ ਨੂੰ ਮਿਲਣ ਦੇ ਅੱਡੇ ਆ। 10% ਆਇਲ ਸੈਂਟਰ ਨੇ ਜਿਹੜੇ ਸਹੀ ਨੇ, 90% ਆਇਲ ਸੈਂਟਰਾਂ ਦੇ ਵਿੱਚ ਗਲਤ ਕੰਮ ਹੁੰਦੇ ਪਏ ਨੇ। ਲੜਕੀ 30 ਕਿਲੋਮੀਟਰ ਇੱਧਰ ਰਹਿੰਦੀ ਹੈ, ਲੜਕਾ 20 ਕਿਲੋਮੀਟਰ ਉੱਧਰ ਰਹਿੰਦਾ, ਮੀਟਿੰਗ ਪੁਆਇੰਟ ਬਣਿਆ ਹੋਇਆ, ਛੋਟੇ ਛੋਟੇ ਆਇਲ ਸੈਂਟਰ ਖੋਲ੍ਹੇ ਹੋਏ ਲੋਕਾਂ ਨੇ। ਬੱਚਾ ਘਰੋਂ ਇਹ ਕਹਿ ਕੇ ਨਿਕਲਦਾ ਮੈਂ ਆਇਲਸ ਕਰਨ ਚੱਲਾਂ, 6-6 ਮਹੀਨੇ, ਸਾਲ 2-2 ਸਾਲ ਹੋ ਗਏ ਲੋਕਾਂ ਨੂੰ ਆਇਲਸ ਕਰਦਿਆਂ, ਜਦਕਿ ਮਹੀਨਾ ਵੀ ਡੱਟ ਕੇ ਪੜਿਆ ਹੋਵੇ ਤਾਂ ਮਹੀਨੇ ਦੇ ਵਿੱਚ ਰਿਜ਼ਲਟ ਨਿਕਲਦਾ। ਪੰਜਾਬ ਦੇ ਕਸਬਿਆਂ ਦੇ ਵਿੱਚ ਉਹਨੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਜਿੰਨੇ ਅੱਜ ਦੀ ਡੇਟ 'ਚ ਆਇਲਸ ਸੈਂਟਰ ਖੁੱਲ੍ਹ ਚੁੱਕੇ ਆ। ਜੇ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਇਹ ਛੋਟੇ ਛੋਟੇ ਅੱਡਿਆਂ 'ਚ ਜਾਣਾ ਜ਼ਿਆਦਾ ਹਾਨੀਕਾਰਕ ਹੈ। ਆਇਲਸ ਕਰਨਾ ਵੀ ਹੁਣ ਹਾਨੀਕਾਰਕ ਹੋ ਗਿਆ। ਹਾਨੀਕਾਰਕ ਮਤਲਬ ਕਿਸੇ ਰਿਪਿਊਟਿਡ ਆਇਲ ਸੈਂਟਰ ਦੇ ਵਿੱਚ ਜਾਇਆ ਜਾਵੇ, ਜਿਹੜੇ ਕੋਈ ਬੱਚਿਆਂ ਨੂੰ ਪੜ੍ਹਾਉਣ ਦਾ ਕਾਰੋਬਾਰ ਕਰਦੇ ਆ। ਮਾਂ ਪਿਓ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੋਣਾ ਨਾ, ਉਹ ਤਾਂ ਪਿੰਡ 'ਚ ਬੈਠੇ ਆ, ਉਹ ਤਾਂ ਬੱਚਾ ਤਾਂ ਕਹਿ ਕੇ ਬੱਸ ਚੜ੍ਹ ਕੇ ਆ ਗਿਆ। ਬੜਾ ਵਧੀਆ ਪਤਾ ਲੱਗਦਾ ਪਿਆ ਨਾ, 6 ਮਹੀਨੇ ਹੋ ਗਏ ਨੰਬਰ ਹੀ ਨਹੀਂ ਆਉਂਦੇ ਪਏ, ਸਾਲ ਹੋ ਗਿਆ ਆਇਲਸ, 2-2 ਸਾਲ ਹੋ ਗਏ ਲੋਕਾਂ ਨੂੰ ਆਇਲਸ ਕਰਦੇ ਆ। ਇੱਕ 15-20 ਦਿਨ ਦੀ ਮਹੀਨੇ ਦੀ ਕੋਚਿੰਗ ਨੂੰ ਬੱਚਾ 2 ਸਾਲ ਲਾ ਰਿਹਾ, ਮਾਂ ਬਾਪ ਨੂੰ ਖੁਦ ਜਾ ਕੇ ਚੈੱਕ ਕਰਨਾ ਚਾਹੀਦਾ ਪੜ੍ਹਾਉਂਦੇ ਕੀ ਪਏ ਹੋ ਤੁਸੀਂ। ਉਮੀਦ ਕਰਦਾ ਸੱਚ ਪਸੰਦ ਆਏਗਾ, ਲੋਕਾਂ ਨੂੰ ਗਾਲਾਂ ਘੱਟ ਕੱਢਣਗੇ। ਠੀਕ ਹੈ, ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ। ਧੰਨਵਾਦ ਜੀ ਤੁਹਾਡਾ। ਇਹ ਸਾਨੂੰ ਵਿਨੇ ਹਰੀ ਨਾਮ ਇਹਨਾਂ ਦਾ ਪੰਜਾਬ ਦੇ ਵਿੱਚ ਹੈ ਕਿ ਬਾਹਰ ਭੇਜਦੇ ਨੇ ਬੱਚੇ, ਪਰ ਇਹ ਕੌੜਾ ਸੱਚ ਹੈ ਪੰਜਾਬ ਦਾ ਕਿ ਅੱਜ ਪੰਜਾਬੀ ਬਾਹਰ ਜਾ ਰਹੇ ਹੈ ਇਹ ਬਿਨਾਂ ਸੋਚੇ ਕਿ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਸਾਡੇ ਬੱਚਿਆਂ ਦਾ ਕੀ ਹਾਲ ਹੋਣਾ। ਆਇਲ ਸੈਂਟਰ ਬਾਰੇ ਜਿਸ ਤਰ੍ਹਾਂ ਇਹਨਾਂ ਨੇ ਟਿੱਪਣੀ ਕੀਤੀ ਹੈ ਕਿ ਇਹ ਆਸ਼ਕੀ ਦਾ ਅੱਡਾ ਜ਼ਿਆਦਾ ਬਣ ਗਿਆ, ਪੜ੍ਹਾਈ ਘੱਟ ਹੁੰਦੀ ਹੈ ਇੱਥੇ, ਪਰ ਪੰਜਾਬ ਨੂੰ, ਪੰਜਾਬ ਦੇ ਬੁੱਧੀਜੀਵੀਆਂ ਨੂੰ ਇਹ ਸੋਚਣਾ ਪਊਗਾ, ਦਾਨਿਸ਼ਵਰਾਂ ਨੂੰ ਇਹਦੇ 'ਤੇ ਲਿਖਣਾ ਪਊਗਾ, ਕਿਉਂਕਿ ਸਮੇਂ ਦੇ ਦਾਨਿਸ਼ਵਰਾਂ ਨੇ ਜੇ ਇਹਦੇ 'ਤੇ ਨਹੀਂ ਲਿਖਿਆ ਤਾਂ ਇਤਿਹਾਸ ਹਮੇਸ਼ਾ ਹੀ ਅਸੀਂ ਅੱਜ ਪੁਣਦੇ ਹਾਂ ਅਤੇ ਭਵਿੱਖ 'ਚ ਜਾ ਕੇ ਅੱਜ ਦੀ ਸਾਨੂੰ ਜਿਹੜੇ ਦਾਨਿਸ਼ਵਰ ਨੇ ਉਹਨਾਂ ਨੂੰ ਗਾਲਾਂ ਕੱਢਣ ਨੂੰ ਲੋਕ ਤਿਆਰ ਰਹਿਣਗੇ, ਕਿਉਂਕਿ ਤੁਸੀਂ ਸੱਚ ਜਿਹੜਾ ਉਹ ਨਹੀਂ ਬੋਲਿਆ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਜਲੰਧਰ।